ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਨਿਗਾਹ ਸਵਾਗਤ ਕਰਦੇ ਹਾਂ ਮੈਂ ਹਰ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਅਸੀਂ ਖਬਰਾਂ ਤੇ ਚਰਚਾ ਕਰਦੀ ਹੈ ਕੋਸ਼ਿਸ਼ ਕਰਦੀ ਹੈ ਕਿ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਤੁਹਾਡੇ ਸਾਹਮਣੇ ਰੱਖੀਏ ਪਰ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ ਤੇ ਚਰਚਾ ਘੱਟ ਕਰਨੀ ਹੈ ਪਰ ਪੰਜਾਬ ਦੇ ਵਿੱਚ ਅਚਾਨਕ ਜੇਸਾਬ ਦੇ ਨਾਲ ਰਿਜ਼ਲਟ ਸਾਹਮਣੇ ਆਈ ਸੀ ਚਾਹੇ ਉਹ ਏਸ਼ੀਅਨ ਗੇਮਾਂ ਦੀ ਗੱਲ ਹੋਵੇ ਤੇ ਜਾਂ ਫਿਰ ਜਿਹੜਾ ਜੱਜ ਬਣਨ ਲਈ ਪੇਪਰ ਦਿੱਤਾ ਗਿਆ ਉਹਦੇ ਵਿੱਚੋਂ ਕੁਸ਼ਕ ਧੀਆਂ ਤੇ ਪੁੱਤਾਂ ਨੇ ਜਿਸ ਹੱਬ ਦੇ ਨਾਲ ਪੋਜੀਸ਼ਨ ਹਾਸਲ ਕਰਕੇ ਪੰਜਾਬ ਦਾ ਭਾਰਤ ਦਾ ਤੇ ਦੁਨੀਆ ਦੇ ਉਹ ਹਾਰ ਚੁੱਕੇ ਲੋਕਾਂ ਲਈ ਇੱਕ ਮਿਸਾਲ ਪੈਦਾ ਕੀਤੀ ਹੈ ਜਿਹੜੀ ਕਹਿੰਦੇ ਜੀ ਸਾਡੇ ਕੋਲ ਕੁਝ ਨਹੀਂ ਸਾਧਨ ਨਹੀਂ ਹੈ ਨਹੀਂ ਕਿ ਅਸੀਂ ਪੜ ਨਹੀਂ ਸਕਦੇ ਅੱਜ ਦਾ ਇਹ ਪ੍ਰੋਗਰਾਮ ਥੋੜਾ ਜਿਹਾ ਖਾਸ ਹੈ ਅਸੀਂ ਖਬਰਾਂ ਤੇ ਬਿਲਕੁਲ ਘੱਟ ਚਰਚਾ ਕਰਾਂਗੇ ਅੱਜ ਪਰ ਅੱਜ ਉਹਨਾਂ ਪੰਜਾਬ ਦੀਆਂ ਧੀਆਂ ਦੀ ਪੁੱਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਜੁਡੀਸ਼ਰੀ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ ਜਿਨ੍ਹਾਂ ਨੇ ਕਈਆਂ ਨੇ ਮਿਸਾਲ ਬਣ ਕੇ ਦਿਖਾਖ ਦਿੱਤਾ ਜਿਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਕਿ ਸਾਧਨ ਤੁਹਾਡੇ ਕੋਲ ਨਾ ਵੀ ਹੋਣ ਤੇ ਕੋਈ ਗੱਲ ਨਹੀਂ ਜੇਕਰ ਤੁਹਾਡੇ ਵਿੱਚ ਹੌਸਲਾ ਹੋਵੇ ਜੇਕਰ ਤੁਸੀਂ ਇਹ ਸੋਚਿਆ ਹੋਵੇ ਕਿ ਅਸਮਾਨ ਦੇ ਉੱਪਰ پرواز ਭਰਨੀ ਭਰਨੀ ਆ ਤੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡੇ ਮੋਲੇ ਜਿੱਡੇ ਮਰਜੀ ਪਹਾੜ ਆ ਜਾਣ ਤੁਸੀਂ ਮੰਜ਼ਲਾ ਸਰ ਕਰਨੀਆਂ ਹੀ ਕਰਨੀਆਂ ਹਮੇਸ਼ਾ ਕਿਹਾ ਜਾਂਦਾ ਕਿ ਮਿਹਨਤ ਕਰਕੇ ਅੱਗੇ ਵੱਲ ਵਧਣ ਦੇ ਵਿੱਚ ਜੋ ਨਜ਼ਾਰਾ ਹੁੰਦਾ ਜੋ ਮਜ਼ਾ ਹੁੰਦਾ ਉਹ ਕਿਤੇ ਨਹੀਂ ਮਿਲਦਾ ਕੋਈ ਕੋਈ ਕਰ ਸਕਦਾ ਇਸ ਵਾਰ ਏਸ਼ੀਅਨ ਖੇਡਾਂ ਦੇ ਵਿੱਚ ਭਾਰਤ ਨੇ ਜਿਸ ਹਿਸਾਬ ਦੇ ਨਾਲ ਤਗਮੇ ਜਿੱਤ ਕੇ ਖਿਡਾਰੀਆਂ ਖਿਡਾਰਨਾਂ ਨੇ ਮਾਣ ਹਾਸਲ ਕੀਤਾ ਤੇ ਪੰਜਾਬ ਦਾ ਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਇਸ ਵਾਰ ਪਹਿਲਾਂ ਕਦੀ ਇੰਨਾ ਰਿਕਾਰਡ ਨਹੀਂ ਬਣਿਆ ਸੀ ਇਹ ਭਾਰਤ ਨੇ ਆਪਣੇ ਆਪ ਦੇ ਵਿੱਚ ਰਿਕਾਰਡ ਬਣਾਇਆ ਰਿਕਾਰਡ ਇਸ ਗੱਲ ਦਾ ਵੀ ਸੀਗਾ ਕਿ ਬਹੁਤ ਸਾਰੇ ਖਿਡਾਰੀ ਅੱਜ ਉਹ ਸੀਗੇ ਉਹ ਪਿੰਡਾਂ ਚੋਂ ਆਏ ਸੀਗੇ ਜਿੱਥੇ ਬਿਲਕੁਲ ਸਹੀ ਤਰੀਕੇ ਨਾਲ ਉਹਨਾਂ ਦੇ ਕੋਲ ਅਭਿਆਸ ਕਰਨ ਲਈ ਕੁਝ ਵੀ ਨਹੀਂ ਸੀ ਪਰ ਉਹਨਾਂ ਨੇ ਫਿਰ ਵੀ ਮੈਡਲ ਜਿੱਤੇ ਨੇ ਕਿਸ ਤਰ੍ਹਾਂ ਜਿੱਤੇ ਆ ਸਖਤ ਮਿਹਨਤ ਕੀਤੀ ਹੈ ਉਹਨਾਂ ਦੇ ਪਿੱਛੇ ਕੋਚ ਵਧੀਆ ਸੀ ਉਹਨਾਂ ਨੇ ਪਿੰਡ ਦੇ ਵਿੱਚ ਡਾਈਟ ਵੀ ਉਸ ਤਰ੍ਹਾਂ ਦੀ ਨਹੀਂ ਮਿਲੀ ਪਰ ਫਿਰ ਵੀ ਸਿਰਫ ਕੀ ਸੀ ਉਹਨਾਂ ਕੋਲ ਮਜ਼ਬੂਤੀ ਨਾਲ ਅੱਗੇ ਵਧਣਾ ਇਸ ਚੀਜ਼ ਸੀ ਇਸ ਚੀਜ਼ ਦਾ ਉਹਨਾਂ ਦੇ ਕੋਲ ਬਲ ਸੀਗਾ ਜਿਹਨੂੰ ਲੈ ਕੇ ਅੱਗੇ ਵੱਲ ਵਧੇ ਅਸੀਂ ਕਈ ਦਿਨ ਦੇਖਦੇ ਪਏ ਆ ਵੱਖ-ਵੱਖ ਟੀਵੀ ਚੈਨਲਾਂ ਦੇ ਉੱਪਰ ਹਰ ਜਗ੍ਹਾ ਤੇ ਅਖਬਾਰਾਂ ਦੇ ਵਿੱਚ ਰਿਪੋਰਟਾਂ ਆ ਰਹੀਆਂ ਨੇ ਕਿ ਇਸ ਵਾਰ ਜਿਹੜੇ ਜੱਜ ਬਣੇ ਨੇ ਉਹਨਾਂ ਦੇ ਵਿੱਚੋਂ ਕੁਛ ਕ ਧੀਆ ਤੇ ਮੁੰਡੇ ਹੁਣ ਉਹ ਗਰੀਬ ਪਰਿਵਾਰ ਦੇ ਵਿੱਚੋਂ ਸੀਗੇ ਕੋਈ ਸਿਕਿਉਰਿਟੀ ਗਾਰਡ ਹੈ ਕੋਈ ਬੱਸ ਡਰਾਈਵਰ ਹੈ ਕੋਈ ਟੈਂਪੋ ਡਰਾਈਵਰ ਹੈ ਕੋਈ ਉਹ ਹੈ ਜਿਹਨੇ ਸੋਚਿਆ ਸੀ ਕਿ ਆਕਾਸ਼ ਮੇਰੀ ਧੀ ਵੀ ਜੱਜ ਬਣ ਜੇ ਤੇ ਉਹਨਾਂ ਨੇ ਭਾਂਡੇ ਤੱਕ ਵੇਚ ਦਿੱਤੇ ਘਰ ਦੇ ਤੇ ਉਹਨਾਂ ਨੇ ਮੁਕਾਮ ਹਾਸਲ ਕੀਤਾ ਪੰਜਾਬ ਦੇ ਵਿੱਚ ਕੁਝ ਲੋਕ ਉਹ ਵੀ ਹੈ ਜਿਹੜੇ ਲੱਖਾਂ ਰੁਪਏ ਲੋਕਾਂ ਦੇ ਕੋਲ ਹੈਗੇ ਆ ਕਰੋੜਾਂ ਰੁਪਏ ਜ਼ਮੀਨ ਅਰਬਾਂ ਰੁਪਏ ਦੀ ਪ੍ਰਾਪਰਟੀ ਆ ਪਰ ਉਹ ਨਹੀਂ ਕਰ ਪਾਉਂਦੇ ਉਹਨਾਂ ਦੇ ਮਨ 'ਚ ਐਸ਼ ਹੁੰਦੀ ਆ ਉਹਨਾਂ ਦੇ ਮਨ ਦੇ ਵਿੱਚ ਵਲਵਲੇ ਹੁੰਦੇ ਆ ਕਿ ਅਸੀਂ ਸਾਡੇ ਕੋਲ ਪੈਸਾ ਹੈਗਾ ਸਾਰਾ ਕੁਝ ਹੈਗਾ ਜੋ ਮਰਜੀ ਆ ਪੈਸੇ ਨਾਲ ਖਰੀਦਿਆ ਜਾ ਸਕਦਾ ਪਰ ਪੈਸੇ ਨਾਲ ਇੱਜ਼ਤ ਨਹੀਂ ਖਰੀਦੀ ਜਾ ਸਕਦੀ ਪੈਸੇ ਨਾਲ ਸਿਰਫ ਤੁਸੀਂ ਜਿਹੜੀ ਦੌਲਤ ਹੈ ਹੋਰ ਵਧਾ ਸਕਦੇ ਆ ਸ਼ੋਹਰਤ ਆ ਉਹ ਕਮਾ ਸਕਦੇ ਸਿਰਫ ਇਸ ਕਰਕੇ ਕਿ ਇਹ ਬੰਦੇ ਕੋਲ ਪੈਸੇ ਆ ਪਰ ਜੇਕਰ ਗਰੀਬੀ ਪੱਦਰ ਤੋਂ ਉੱਪਰ ਉੱਠ ਕੇ ਅੱਜ ਬੱਚਾ ਕੁਝ ਬਣਦਾ ਤਾਂ ਆਉਣ ਵਾਲੀਆਂ ਨਸਲਾਂ ਫਸਲਾਂ ਤੇ ਪੀੜੀਆਂ ਦੇ ਲਈ ਇੱਕ ਮਸਾਲ ਹੈ ਜਦੋਂ ਮਲੇਰਕੋਟਲੇ ਦੀ ਗੱਲ ਕਰਦੇ ਆ ਤਾਂ ਮਲੇਰਕੋਟਲੇ ਤੋਂ ਹਮੇਸ਼ਾ ਹੀ ਸਾਨੂੰ ਵੀ ਪਤਾ ਹੈ ਕਦੀ ਵੀ ਉੱਥੇ ਇੱਕ ਗੱਲ ਸਾਹਮਣੇ ਹਮੇਸ਼ਾ ਹੀ ਰਹੀ ਹੈ ਕਦੀ ਵੀ ਇਸ ਗੱਲ ਨੂੰ ਲੈ ਕੇ ਕਦੀ ਵੀ ਦੋ رائے ਨਹੀਂ ਹੋਈਆਂ ਜਦੋਂ ਹਾ ਦਾ ਨਾਰਾ ਮਾਰਿਆ ਗਿਆ ਸੀ ਜਦੋਂ ਸਿੱਖਾਂ ਨੇ ਗੁਰੂ ਸਹਿਬਾਨੇ ਮੁਸਲਮਾਨਾ ਨੇ ਜਿਸ ਪਿੰਡ ਦੇ ਵਿੱਚ ਇੱਕ ਵੀ ਇੱਕ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਖੂਨ ਖਰਾਬਾ ਨਹੀਂ ਹੋਇਆ ਆਜ਼ਾਦੀ ਦੇ ਵੇਲੇ ਉਸ ਉਸ ਥਾਂ ਨੂੰ ਕੌਣ ਨਹੀਂ ਸਜਦਾ ਕਰਦਾ ਅੱਜ ਜਦੋਂ ਉਸ ਸ਼ਹਿਰ ਦੇ ਵਿੱਚੋਂ ਉਸ ਥਾਂ ਤੋਂ ਗੁਲਫਾਮ ਨਾਮ ਦੀ ਧੀ ਸਾਹਮਣੇ ਆਈ ਹੈ ਤੇ ਜਿਹਨੇ ਦੱਸਿਆ ਕਿ ਛੱਤਾਂ ਅਜੇ ਵੀ ਚੁੰਦੀਆਂ ਨੇ ਬਾਲੇ ਹੈ ਗਈ ਐ ਮਿੱਟੀ ਕਿਰਦੀ ਐ ਅੱਖਾਂ ਦੇ ਵਿੱਚ ਪੈਂਦੀ ਐ ਜਦੋਂ ਸੌਂਦਾ ਸੀ ਬੜੇ ਸੋਚ ਸਮਝ ਕੇ ਚੋ ਸੌਂਦੇ ਸੀ ਕਿ ਕਦੀ ਸਾਡੇ ਵੀ ਦਿਨ ਬਦਲਣਗੇ ਪਿਤਾ ਜੀ ਨੇ ਟੈਂਪੋ ਚਲਾਉਣ ਦਾ ਕੰਮ ਕੀਤਾ ਪਰ ਸੁਪਨੇ ਵੱਡੇ ਸੀ ਇੱਕ ਸਮਾਂ ਗੁਲਫਾਰਮ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਆਇਆ ਉਹਦੇ ਮਾਤਾ ਜੀ ਕਹਿੰਦੇ ਇਹਨੂੰ ਸਕੂਲੋਂ ਹਟਾ ਦਿਓ ਅਧਿਆਪਕ ਨੂੰ ਜਾ ਕੇ ਕਹਤਾ ਸੀ ਇਹਨੇ ਜੋਗੇ ਨਹੀਂ ਕਿ ਇਹਦੀ ਫੀਸ ਦੇ ਸਕੀਏ ਅਧਿਆਪਕ ਨੇ ਕਿਹਾ ਕਿ ਨਹੀਂ ਕੁੜੀ ਤੁਹਾਡੀ ਪੜਨ ਵਾਲੀ ਐ ਫੀਸ ਦੀ ਗੱਲ ਨਹੀਂ ਤੁਹਾਨੂੰ ਸਾਰੀ ਜ਼ਿੰਦਗੀ ਅਸੀਂ ਫੀਸ ਦਾ ਨਹੀਂ ਕਹਿੰਨੇ ਤੁਸੀਂ ਕੁੜੀ ਨੂੰ ਪੜ੍ਹਾਈ ਰੱਖੋ ਜਾਰੀ ਰੱਖੋ ਗੁਲਫਾਮ ਪੜhti ਰਹੀ ਗੁਲਫਾਮ ਜਦੋਂ ਪੜ੍ਹ ਕੇ ਅੱਜ ਜੱਜ ਬਣੀ ਆ ਤੇ ਅੱਜ ਦੁਨੀਆ ਦੇ ਸਾਹਮਣੇ ਮਿਸਾਲ ਐ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਲੋਕ ਜਦੋਂ ਬਹੁਤ ਸਾਰੇ ਘਰਾਂ ਦੇ ਵਿੱਚ ਜਿਨ੍ਹਾਂ ਕੋ ਪੈਸਾ ਨਾ ਉਹ ਕਹਿਣਗੇ ਆ ਕੰਦ ਇੱਧਰ ਲਈ ਦਾ ਰੰਗ ਹੋਰ ਕਰਾ ਲੰਨੇ ਆ ਇਹਦਾ ਰੰਗ ਹੋਰ ਕਰਾ ਲੰਨੇ ਆ ਆ ਛੱਤ ਦੇ ਉੱਪਰ ਅਸੀਂ ਪੀਓਪੀ ਵਰਕ ਕਰਾ ਲੰਨੇ ਆ ਅੱਜ ਕੱਲ ਤਾਂ ਨਵੀਆਂ-ਨਵੀਆਂ ਚੀਜ਼ਾਂ ਚੱਲ ਪਈਆਂ ਰੰਗ ਜਿਹੇ ਵੱਖਰੇ-ਵੱਖਰੇ ਪਵਾ ਕੇ ਬੈੱਡ ਦੇ ਪਿੱਛੇ ਸtare ਜਿਹੇ ਲਵਾ ਕੇ ਕਈ ਕੁਝ ਕਰਾਉਂਦੇ ਨੇ ਪੈਸਾ ਪਰ ਗੁਲਫਾਮ ਜਦੋਂ ਸੋਚਦੀ ਸੀ ਕਿ ਬਾਲਿਆਂ ਵਾਲੀ ਛੱਤ ਐ ਕਿਸ ਤਰ੍ਹਾਂ ਹੋਵੇਗਾ ਪਰਿਵਾਰ ਨੇ ਭਾਂਡੇ ਤੱਕ ਵੇਚਦੇ ਉਹਨੂੰ ਬਣਾਉਣ ਦੇ ਲਈ ਸਾਰਾ ਕੁਝ ਤੇ ਆਪਣੇ ਆਪ ਦੇ ਵਿੱਚ ਵੱਡੀ ਗੱਲ ਐ ਗੁਲਫਾਮ ਵਰਗੇ ਕਈ ਉਦਾਹਰਨਾਂ ਅਸੀਂ ਇੱਕ ਇੱਕ ਕਰਕੇ ਜ਼ਿਕਰ ਕਰਾਂਗੇ ਜਦੋਂ ਫਰੀਦਕੋਟ ਵਿੱਚ ਸਕੂਟਰਾਂ ਦੀ ਦੁਕਾਨ ਤੇ ਬੈਠਾ ਮੁੰਡਾ ਇਹ ਸੋਚਦਾ ਸੀ ਯਾਰ ਕਾਲੇ ਹੋਈ ਜਾਂਦੇ ਆ ਪਤਾ ਨਹੀਂ ਕਦੋਂ ਕਿਸਮਤ ਬਦਲਨੀ ਆ ਪਰ ਮਿਹਨਤ ਜਾਰੀ ਰੱਖੀ ਨਾਲ ਨਾਲ ਸਕੂਟਰਾਂ ਦੀ ਦੁਕਾਨ ਤੇ ਬੈਠਣ ਵਾਲਾ ਮੁੰਡਾ ਜਦੋਂ ਜੁਡੀਸ਼ਰੀ ਦਾ ਐਗਜ਼ਾਮ ਕਲੀਅਰ ਕਰਦਾ ਪੇਪਰ ਕਲੀਅਰ ਕਰਦਾ ਤੇ ਅੱਜ ਦਿਨ ਵੱਖਰੇ ਆ ਟਾਂਡੇ ਦੇ ਕੋਲ ਪੈੰਡ ਪਿੰਦਾ ਹੁਣ ਉੱਥੇ ਵੀ ਨੌਜਵਾਨ ਪੜ੍ਹ ਲਿਖ ਕੇ ਪੜ੍ਹ ਲਿਖ ਕੇ ਇੱਥੇ ਤੱਕ ਪਹੁੰਚਿਆ ਪੈਂਜ ਬਾਜਾ ਪਿੰਦਾ ਹੁਣ ਉਹ ਵੀ ਇੱਕ ਸਮਾਂ ਸੀ ਜਦੋਂ ਪਰਿਵਾਰ ਦੇ ਵਿੱਚ ਇਦਾਂ ਦੀਆਂ ਮਜਬੂਰੀਆਂ ਆ ਗਈਆਂ ਕਿ ਉਹਦਾ ਸਾਰਾ ਕੁਝ ਪਲਟੀ ਵੱਜ ਗਈ ਪਰ ਨਹੀਂ ਉਹਨਾਂ ਨੇ ਮਿਹਨਤ ਕੀਤੀ ਅੱਜ ਅੱਜ ਬਣਿਆ 10ਵਾਂ ਸਥਾਨ ਹਾਸਲ ਕਰਨ ਵਾਲਾ ਜਸਪ੍ਰੀਤ 10ਵੇਂ ਨੰਬਰ ਤੇ ਜਿਹੜਾ ਰਿਹਾ ਜਸਪ੍ਰੀਤ ਉਹਦੀ ਵੀ ਗੱਲਬਾਤ ਵੱਖਰੀ ਐ ਸਾਰੇ ਕਹਿੰਦੇ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਜੀ ਬੱਚੇ ਅੱਜ ਦੇ ਸਮੇਂ ਦੇ ਦੌਰਾਨ ਵੀ ਇਹ ਗੱਲ ਕੌੜੀ ਲੱਗੇ ਕਿਸੇ ਨੂੰ ਚਾਹੇ ਨਾ ਲੱਗੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਕੇ ਰਾਜੀ ਨਹੀਂ ਸਰਕਾਰੀ ਸਾਨੂੰ ਸਿਰਫ ਨੌਕਰੀ ਚਾਹੀਦੀ ਹੈ ਨਾ ਅਸੀਂ ਸਰਕਾਰੀ ਹਸਪਤਾਲ ਦੇ ਵਿੱਚੋਂ ਇਲਾਜ ਕਰਵਾ ਕੇ ਖੁਸ਼ ਹਾਂ ਨਾ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਬੱਚਿਆਂ ਨੂੰ ਪੜਾ ਕੇ ਖੁਸ਼ ਹਾਂ ਪਰ ਕਿਉਂਕਿ ਸਾਰੇ ਚਾਹੁੰਦੇ ਕਿ ਬੱਚਾ ਵਧੀਆ ਬਣੇ ਪਰ ਆਹ ਜਿਹੜੇ ਬੱਚੇ ਪੜੇ 10ਵੇਂ ਸਥਾਨ ਤੇ ਰਹਿਣ ਵਾਲਾ ਜਸਪ੍ਰੀਤ ਸਰਕਾਰੀ ਸਕੂਲ ਦੇ ਵਿੱਚ ਪੜਿਆ ਤੇ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਉਹਨੇ ਮੁਕਾਮ ਹਾਸਲ ਕੀਤਾ ਮਾਪੇ ਵੀ ਖੁਸ਼ ਹੈ ਇਹ ਵੀ ਇੱਕ ਉਦਾਹਰਨ ਹੈ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਸਰਕਾਰੀ ਸਕੂਲਾਂ ਚ ਪੜ ਕੇ ਕੀ ਬਣਦਾ ਸੀ ਖੁਦ ਸਰਕਾਰੀ ਸਕੂਲਾਂ ਚ ਬੈਠੇ ਆ ਅਸੀਂ ਵੀ ਇੰਨੇ ਨਿਗੇ ਕਿ ਸਾਡੇ ਵੇਲੇ ਵੀ ਜਿਹੜੇ ਟਾਟਾਂ ਤੇ ਪ੍ਰਾਇਮਰੀ ਸਕੂਲਾਂ ਚ ਬਹਿਣ ਵਾਲਾ ਕੰਮ ਚੱਲਦਾ ਸੀ ਉਹਦੇ ਵਿੱਚੋਂ ਨਿਕਲ ਕੇ ਆਏ ਆ ਸਾਰੇ ਜਣੇ ਪਰ ਮਿਹਨਤ ਕਰਕੇ ਹੀ ਸਾਰੇ ਬੰਦੇ ਅੱਗੇ ਤੱਕ ਵਧੇ ਆ ਸਰਕਾਰੀ ਸਕੂਲ ਵਿੱਚ ਪੜਦੀ ਪਰਮਿੰਦਰ ਕੌਰ ਕੈਨੋਪਿੰਟ ਦੀ ਹੈ ਹੁਣ ਉਥੇ ਖਰੜ ਦੇ ਕੋਲ ਪੈਂਦਾ ਉਸ ਧੀ ਨੇ ਜਦੋਂ ਪੱਤਰਕਾਰ ਨਾਲ ਗੱਲਬਾਤ ਕੀਤੀ ਕਹਿੰਦੀ ਮੈਂ ਪਾਠ ਕਰ ਰਹੀ ਸੀ ਉਸ ਵੇਲੇ ਜਦੋਂ ਨਤੀਜਾ ਆਇਆ ਦਰਦੀ ਦਾ ਦਿਲ ਨਹੀਂ ਕਰਦਾ ਸੀ ਨਤੀਜਾ ਦੇਖਿਆ ਜਾਵੇ ਪਰ ਮਾਤਾ ਜੀ ਨੂੰ ਆ ਕੇ ਹੱਸ ਕੇ ਦੱਸਿਆ ਖੁਸ਼ੀ-ਖੁਸ਼ੀ ਸ਼ਾਮ ਨੂੰ ਪਿਤਾ ਜੀ ਕਿਉਂਕਿ ਉਹਦੇ ਪਿਤਾ ਜੀ ਸਿਕਿਉਰਟੀ ਦੇ ਵਿੱਚ ਕੰਮ ਕਰਦੇ ਸੀਗੇ ਸਿਕਿਉਰਟੀ ਗਾਰਡ ਤੇ ਆ ਕੇ ਬਾਪੂ ਨੂੰ ਦੱਸਿਆ ਕਿ ਪਿਤਾ ਜੀ ਆ ਦੇਖੋ ਜੀ ਅੱਜ ਜੱਜ ਬਣ ਗਈਆਂ ਘਰ ਦੇ ਪਿਛਲੇ ਪਾਸੇ ਜਦੋਂ ਕੈਮਰਾ ਵੱਜਦਾ ਜਿੱਥੇ ਚੁੱਲ੍ਹਾ ਪਿਆ ਜਿੱਥੇ ਤਵਾ ਪਿਆ ਘਰ ਦਾ ਹੋਰ ਸਮਾਨ ਪਿਆ ਕਾਨੇ ਵੀ ਪਏ ਉੱਥੇ ਹੁਣ ਉਹ ਪਰਿਵਾਰ ਜਿਹਦੇ ਕੋਲ ਇੰਨਾ ਪੈਸਾ ਵੀ ਨਹੀਂਗਾ ਪਰ ਮਿਹਨਤ ਕਰਕੇ ਧੀ ਉਹਨਾਂ ਦੀ ਅੱਗੇ ਵਧੀ ਹੈ ਅਸੀਂ ਸਾਰੀਆਂ ਕੁਝ ਕੁ ਸਟੋਰੀਆਂ ਤੁਹਾਨੂੰ ਦਿਖਾਵਾਂਗੇ ਇਕੱਠੀਆਂ ਚਲਾ ਦਨੇ ਅੱਜ ਦੇਖਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਸ ਹਿਸਾਬ ਦੇ ਨਾਲ ਅੱਜ ਇੱਕ ਪਾਸੇ ਇਹ ਗੱਲ ਕਹੀ ਜਾਂਦੀ ਹੈ ਕਿ ਨੌਜਵਾਨ ਪੀੜੀ ਜਿਹੜੀ ਹੈ ਨਸ਼ੇ ਦੇ ਵਿੱਚ ਖੁੱਭੀ ਪਈ ਹੈ ਨਸ਼ੇ ਦੇ ਵਿੱਚ ਜੀਵਨ ਆਪਣਾ ਖਰਾਬ ਕਰ ਰਹੀ ਹੈ ਕੋਈ ਸ਼ੱਕ ਨਹੀਂ ਇਹ ਹੈਗਾ ਨਸ਼ਾ ਵੱਧਿਆ ਪਿਛਲੇ ਸਮੇਂ ਤੋਂ ਹੁਣ ਵੀ ਵੱਧਦਾ ਪਿਆ ਬਹੁਤ ਸਾਰੀਆਂ ਓਵਰਡੋਸ ਦੇ ਕਰਕੇ ਮੌਤਾਂ ਵੀ ਹੋ ਰਹੀਆਂ ਨੇ ਪਰ ਜੇਕਰ ਇਨਾ ਪਰਿਵਾਰਾਂ ਚੋਂ ਉੱਠ ਕੇ ਬੱਚੇ ਇੱਥੇ ਤੱਕ ਪਹੁੰਚ ਸਕਦੇ ਨੇ ਤਾਂ ਫਿਰ ਹੋਰ ਕਿਉਂ ਨਹੀਂ ਕੋਈ ਕੁਝ ਵੀ ਕਰ ਸਕਦਾ ਨਸ਼ਾ ਹੈਗਾ ਵਾਧਾ ਪਿਆ ਪਰ ਨੌਜਵਾਨ ਜੇਕਰ ਚਾਣ ਉਹਨਾਂ ਨੂੰ ਸਹੀ ਰਸਤਾ ਮਿਲ ਜੇ ਗਾਈਡੈਂਸ ਸਹੀ ਮਿਲ ਜੇ ਤਾਂ ਸਾਰਾ ਕੁਝ ਕੀਤਾ ਜਾ ਸਕਦਾ ਮਾਨਸੇ ਦਾ ਵੀਰੇ ਵਾਲਾ ਡੋਗਰਾ ਪਿੰਡ ਹੈ ਮਾਨਸੇ ਦਾ ਵੀਰੇ ਵਾਲਾ ਡੋਗਰਾ ਹੁਣ ਉੱਥੇ ਕੋਈ ਵੀ ਸਰਕਾਰੀ ਬੱਸ ਨਹੀਂ ਜਾਂਦੀ ਉਸ ਥਾਂ ਦਾ ਨੌਜਵਾਨ ਜਦੋਂ ਜੱਜ ਬਣਦਾ ਤੇ ਕਿੰਨੀ ਖੁਸ਼ੀ ਹੋਊਗੀ ਲਾਗਲੇ ਪਿੰਡ ਵਾਲਿਆਂ ਨੂੰ ਵੀ ਤੇ ਉਸ ਪਿੰਡ ਨੂੰ ਕਿੰਨੀ ਖੁਸ਼ੀ ਹੋਵੇਗੀ ਬਹੁਤ ਸਾਰੇ ਲੋਕ ਇਸ ਕਰਕੇ ਸਕੂਲ ਜਾਣ ਤੋਂ ਹਟ ਜਾਂਦੇ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਅਸੀਂ ਆਪਣਾ ਧੀ ਪੁੱਤ ਇਸ ਕਰਕੇ ਕਹਿੰਦੇ ਹਟਾ ਲਿਆ ਉੱਥੇ ਸਾਧਨ ਨਹੀਂ ਸਹੀ ਸੀਗਾ ਮਾਪਿਆਂ ਦੀ ਰੋਜ਼ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਈ ਕਈਆਂ ਦੀ ਸਿਰਦਰਦ ਵੀ ਬਣ ਸਕਦੀ ਹੈ ਹੁਣ ਉਹ ਬੱਚਿਆਂ ਨੂੰ ਲੈ ਕੇ ਆਉਣਾ ਛੱਡ ਕੇ ਹੁਣ ਕਿਸੇ ਵੇਲੇ ਕੰਨੀ ਵੀ ਘਤਰਾ ਸਕਦੇ ਆ ਪਰ ਜਿੱਥੇ ਕੋਈ ਬਸ ਤੱਕ ਨਹੀਂ ਜਾਂਦੀ ਨਾਲ ਦੇ ਪਿੰਡਾਂ 'ਚ ਜਾ ਕੇ ਬੱਸਾਂ ਫੜ ਕੇ ਸ਼ਹਿਰ ਨੂੰ ਜਾਣਾ ਪੈਂਦਾ ਸਕੂਲਾਂ 'ਚ ਜਾਣਾ ਪੈਂਦਾ ਉਨਾ ਪਿੰਡਾਂ ਦੇ ਵਿੱਚੋਂ ਜਦੋਂ ਇਹ ਉਦਾਹਰਨਾਂ ਆਉਂਦੀਆਂ ਨੇ ਬੱਚਾ ਜੱਜ ਬਣਦਾ ਤਈਵਾਂ ਰੈਂਕ ਹਾਸਲ ਕਰਦਾ ਤੇ ਆਪਣੇ ਆਪ ਦੇ ਵਿੱਚ ਵੱਡੀ ਉਦਾਹਰਨ ਹੈ ਇੱਕ ਐਸਆਈ ਉਰੀ ਧੀ ਜਦੋਂ ਜੱਜ ਬਣਦੀ ਹੈ ਤੇ ਸਲੂਟ ਮਾਰ ਕੇ ਸਲੂਟ ਮਾਰ ਕੇ ਉਹਨੂੰ ਕਹਿੰਦਾ ਵਾਹ ਪੁੱਤ ਮੇਰਾ ਤੂੰ ਅੱਜ ਨਾਮ ਰੋਸ਼ਨ ਕੀਤਾ ਐਦਾਂ ਦੇ ਕਿੰਨੇ ਹੋਰ ਪੰਜਾਬ ਦੇ ਵਿੱਚ ਉਦਾਹਰਨਾਂ ਹੋਣਗੀਆਂ ਇੱਕ ਪਰਿਵਾਰ ਦੇ ਚਾਰ ਜੱਜ ਐ ਰਿਟਾਇਰਡ ਹੋ ਚੁੱਕੇ ਨੇ ਇੱਕ ਮੌਜੂਦਾ ਸਮ ਵਿੱਚ ਐ ਪੰਜ ਹੋ ਗਏ ਤੇ ਛੇਵਾਂ ਹੁਣ ਬਣ ਗਿਆ ਉਸ ਪਿੰਡ ਵਾਲਿਆਂ ਨੂੰ ਕਿੰਨਾ ਮਾਣ ਹੋਣਾ ਪਰਵਾਰੀ ਜੱਜ ਵਾਲਿਆਂ ਦਾ ਕਹਿਣਦੇ ਹੋਣੇ ਆ ਪਰ ਸਵਾਲ ਇਹ ਹੈ ਕਿ ਅੰਮ੍ਰਿਤਸਰ ਦੀ ਉਸ ਧੀ ਨੂੰ ਵੀ ਨਹੀਂ ਭੁੱਲ ਸਕਦੇ ਜਿਨ੍ਹਾਂ ਦੇ ਪਿਤਾ ਜੀ ਟੈਂਪੋ ਚ ਲਾਉਂਦੇ ਆ ਟੈਂਪੋ ਡਰਾਈਵਰ ਨੇ ਹਰ ਰੋਜ਼ ਸ਼ਾਮ ਨੂੰ ਜਦੋਂ ਘਰ ਆਉਣਾ ਬਾਪੂ ਜੀ ਆ ਕਿਤਾਬ ਲੈ ਆਇਓ ਪਿਤਾ ਜੀ ਆ ਚੀਜ਼ ਦੀਆ ਜ਼ਰੂਰਤ ਐ ਕਦੀ ਵੀ ਇਹ ਨਹੀਂ ਕਿਹਾ ਕਿ ਨਹੀਂ ਪੁੱਤ ਅੱਜ ਮੇਰੇ ਤੋਂ ਹੁਣਾਂ ਨਹੀਂ ਲਿਆ ਕੇ ਦਿੱਤੀ ਹਮੇਸ਼ਾ ਉਹ ਚੀਜ਼ ਪੜ੍ਹੇ ਤੇ ਉਹਨਾਂ ਨੂੰ ਅੱਗੇ ਵੱਲ ਵਧਾਇਆ ਕੋਰਤ ਦੂਨੇ ਪਿੰਡ ਐ ਹੁਣ ਕੋਰਤ ਦੂਨੇ ਪਿੰਡ ਬਰਨਾਲੇ ਦੀ ਓਤੀ ਉਦੀ ਵੀ ਅਸੀਂ ਗੱਲਬਾਤ ਤੁਹਾਨੂੰ ਦਿਖਾਵਾਂਗੇ ਪ੍ਰਾਈਮੇਰੀ ਸ਼ਾ ਟੀਵੀ ਦੇ ਪੱਤਰਕਾਰ ਨੇ ਗਵਿੰਦਰ ਜੰਗੀਆਣਾ ਜਿਹੜੇ ਜੱਜ ਬਣੇ ਨੇ ਉਹਨਾਂ ਦੇ ਵਿੱਚੋਂ ਕੁਸ਼ਕ ਦੇ ਨਾਲ ਗੱਲਬਾਤ ਕੀਤੀ ਐ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਆਖਰ ਕਿੰਨੀ ਕੁ ਮਿਹਨਤ ਕਰਨੀ ਪਈ ਕਿੰਨਾ ਕੁ ਸਮਾਂ ਪੜ੍ਹਾਈ ਲਈ ਬਤਾਉਣਾ ਪਿਆ ਕਿੰਨੇ ਕੁ ਲੋਕਾਂ ਨਾਲ ਤੁਹਾਡਾ ਰابطਾ ਸੀਗਾ ਕਿੰਨੇ ਕੁ ਦਿਨ ਰਿਸ਼ਤੇਦਾਰਾਂ ਤੋਂ ਦੂਰੀ ਬਣਾਈ ਰੱਖੀ ਕਿਉਂਕਿ ਕੁਝ ਲੋਕਾਂ ਨੂੰ ਲੱਗਦਾ ਹੋਣਾ ਕੰਮ ਬਹੁਤ ਸੌਖਾ ਅਗਲੇ ਕਹਿੰਦੇ ਸੋਸ਼ਲ ਮੀਡੀਆ ਤੇ ਜਦੋਂ ਅਸੀਂ ਦੇਖਦੇ ਨਹੀਂ ਪਏ ਸੀ ਅਸੀਂ ਸਿਰਫ ਆਪਣੀ ਪੜ੍ਹਾਈ ਅਸੀਂ ਆਪਣਾ ਟਾਰਗੇਟ ਦੇਖਿਆ ਫੋਕਸ ਕੀਤਾ ਸੀ ਸਿਰਫ ਫੋਕਸ ਕਰਨਾ ਚਾਹੀਦਾ ਜੇਕਰ ਇੱਕ ਛੋਟਾ ਜਿਹਾ ਕਾਗਜ਼ ਦਾ ਟੁਕੜਾ ਇੱਕ ਜਗ੍ਹਾ ਤੇ ਟਿਕਾ ਕੇ ਰੱਖਿਆ ਜਾਵੇ ਤਾਂ ਉਥੋਂ ਕਾਗੇ ਨੂੰ ਸਾੜ ਦਿੰਦਾ ਤੇ ਅਸਲ ਦੇ ਵਿੱਚ ਜੇਕਰ ਸਾਡਾ ਫੋਕਸ ਇੱਕ ਹੀ ਕੰਮ ਤੇ ਰਹੇ ਕਿੱਦਾਂ ਨਾ ਸਾਨੂੰ ਸਫਲਤਾ ਮਿਲੇ ਪਰ ਅਸੀਂ ਉਧਰ ਦੀ ਉਧਰ ਨੂੰ ਜਾਣਾ ਹੁੰਦਾ ਉਧਰ ਨੂੰ ਜਾਣਾ ਕਿਵੇਂ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਬੱਚਿਆਂ ਨੇ ਕੀਤੀਆਂ ਅਸੀਂ ਉਹ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਜ਼ਿਕਰ ਕਰਨਾ ਬਣਦਾ ਗੁਰਿੰਦਰਪਾਲ ਹੁਰਾਂ ਦਾ ਗੁਰਿੰਦਰਪਾਲ ਸਿੰਘ 1988 ਤੋਂ 99 ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੇ ਚੰਡੀਗੜ੍ਹ ਦੇ ਵਿੱਚ ਆਏ ਸੀ ਤੇ ਉਦੋਂ ਤੋਂ ਹੀ ਉੱਥੇ ਐ ਅਸੀਂ ਸੁਪਰ 30 ਦੇ ਉਸ ਹੀਰੋ ਨੂੰ ਜਾਣਦੇ ਆ ਜਿਹੜੇ IIT ਦੇ ਤਹਿਤ 30 ਬੱਚੇ ਹਰ ਸਾਲ ਪੜਦੇ ਆ ਤੇ ਬਣਦੇ ਆ IIT ਦੇ ਵਿੱਚੋਂ 27 28 29 ਤਾਂ ਪੱਕੇ ਹੁੰਦੇ ਆ ਹੁਣ ਉਸ ਆਨੰਦ ਹੁਣਾਂ ਦੀ ਕਹਾਣੀ ਨੂੰ ਕੋਣ ਨਹੀਂ ਜਾਣਦਾ ਪਰ ਅੱਜ ਜਦੋਂ ਗੁਰਿੰਦਰਪਾਲ ਜੀ ਨੂੰ ਜੀਪੀ ਸਰ ਦੇ ਨਾਮ ਨਾਲ ਜਾਣਿਆ ਜਾਂਦਾ ਜਿਹੜੇ ਮੁਫਤ ਦੇ ਵਿੱਚ ਬੱਚਿਆਂ ਨੂੰ ਪੜਾਉਂਦੇ ਆ ਜਿਹਨਾਂ ਨੇ ਸੋਚਿਆ ਕਿ ਗਰੀਬ ਪੰਚਾ ਪਿੱਛੇ ਨਹੀਂ ਰਹਿਣਾ ਚਾਹੀਦਾ ਖਾਸ ਕਰਕੇ ਜਿਹੜਾ ਪੜ੍ਹਨੇ ਵਾਲਾ ਅੱਜ ਉਹਨਾਂ ਨੇ ਵੀੜ ਆ ਚੁੱਕਿਆ ਉਹਨਾਂ ਧਰਮ ਪਤਨੀ ਉਹਨਾਂ ਦਾ ਸਾਥ ਦਿੰਦੀ ਪਈ ਹੈ ਇੱਕ ਸਮਾਂ ਆਇਆ ਜਦੋਂ 40 ਬੱਚਿਆਂ ਦੀ ਚੋਣ ਕੀਤੀ ਉਹਨਾਂ ਦੇ ਵਿੱਚੋਂ 20 ਬੱਚੇ ਚੁਣਨੇ ਕਿਹੜੇ ਆ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰਤ ਹੈ ਕਹਿੰਦੇ ਮੇਰੇ ਲਈ ਸਭ ਤੋਂ ਇੱਕ ਔਖਾ ਸਮਾਂ ਉਹ ਸੀਗਾ ਤੇ ਹਰ ਸਾਲ ਬੱਚਿਆਂ ਨੂੰ ਮੁਫਤ ਦੇ ਵਿੱਚ ਪੜਾਈ ਕਰਾਈ ਜਾਂਦੀ ਹੈ ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਹੈ ਸੌਖ ਖਲਾਈ ਜਾਂਦੀ ਹੈ ਕਿ ਜ਼ਿੰਦਗੀ ਵਿੱਚ ਕਦੀ ਵੀ ਭ੍ਰਿਸ਼ਟਾਚਾਰ ਨਹੀਂ ਕਰਨਾ ਮੇਰੇ ਤੋਂ ਪੜਨਾ ਤਾਂ ਤੇ ਚੋਣ ਉਹਨਾਂ ਬੱਚਿਆਂ ਦੀ ਕੀਤੀ ਜਾਂਦੀ ਜਿਹੜੇ ਕਾਬਲ ਹੈ ਜਿਹੜੇ ਉਹਨਾਂ ਘਰਾਂ ਵਿੱਚੋਂ ਹੈ ਜਿਹੜੇ ਫੀਸ ਨਹੀਂ ਦੇ ਸਕਦੇ ਕੋਚਿੰਗ ਦੀ ਅਸੀਂ ਵੀ ਕਹਿੰਦੇ ਹੁੰਨੇ ਹਾਂ ਨਾ ਕਿ ਰਸਤੇ ਆਪਣੇ ਆ ਬਣ ਜਾਂਦੇ ਆ ਇੱਕ ਵਾਰ ਬੰਦੇ ਨੂੰ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ ਹੁਣ ਜਦੋਂ ਮਲੇਰਕੋਟਲੀ ਵਾਲੀ ਗੁਲਫਾਰਮ ਦਾ ਜ਼ਿਕਰ ਕੀਤਾ ਹੁਣ ਉਹ ਕਹਿੰਦੀ ਕਿ ਮੇਰੇ ਫੋਨ ਤੇ ਇੱਕ ਮੈਸੇਜ ਆਇਆ ਕਿ ਤੁਸੀਂ ਜੇਕਰ ਪੜਨਾ ਚਾਹੁੰਦੇ ਕੋਚਿੰਗ ਲੈਣਾ ਚਾਹੁੰਦੇ ਆ ਤੇ ਆ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਹਣ ਗਲ ਫਾਮ ਨੂੰ ਲੱਗਾ ਪਹਿਲਾਂ ਇਹ ਤਾਂ ਮਜ਼ਾਕ ਹੈ ਬਹੁਤ ਵੱਡਾ ਮਜ਼ਾਕ ਕਿਸ ਨੇ ਕਰ ਦਿੱਤਾ ਪਰ ਨਹੀਂ ਕਹਿੰਦੀ ਔਖੇ ਸੌਖੇ ਡਰਦੇ ਡੁਰਦੇ ਫੋਨ ਲਾ ਲਿਆ ਪਰ ਜਦੋਂ ਉਹਨੇ ਕਿਹਾ ਕਿ ਉਹ ਸਾਰੀਆਂ ਚੀਜ਼ਾਂ ਦਸੀਆਂ ਤੇ ਮੈਂ ਉੱਥੇ ਪੜ੍ਹਾਈ ਕੀਤੀ ਹੁਣ ਜੇਕਰ ਗੁਰਿੰਦਰਪਾਲ ਸ਼ੁਰੂਆਤ ਵੇਲੇ ਜਿੰਨਾਂ 2-3 ਬੱਚਿਆਂ ਦਾ ਪਤਾ ਲੱਗਾ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਹੌਲੀ-ਹੌਲੀ ਕਰਕੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਅੱਜ ਉਹਨਾਂ ਦੇ ਕਰਕੇ ਬਹੁਤ ਸਾਰੇ ਬੱਚੇ ਅੱਗੇ ਵਧੇ ਨੇ ਜੱਜ ਬਣੇ ਨੇ ਹਰ ਸਾਲ 20 ਬੱਚਿਆਂ ਨੂੰ ਚੁਣਦੇ ਨੇ ਅਸੀਂ ਗੁਰਿੰਦਰਪਾਲ ਹੁਰਾ ਤੋਂ ਸ਼ੁਰੂਆਤ ਕਰਦੇ ਹਾਂ ਪਰ ਕਹਿੰਦੇ ਹੁੰਦੇ ਨੇ ਵਿਦਿਆਰਥੀ ਤੋਂ ਪਹਿਲਾਂ ਉਹਦੇ ਪਿੱਛੇ ਜਿਹੜੇ ਮਾਸਟਰ ਆ ਜਿਹੜੇ ਗੁਰੂ ਆ ਉਹਨਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਖਿਡਾਰੀ ਬਹੁਤ ਸਾਰੇ ਵਧੀਆ ਪ੍ਰਦਰਸ਼ਨ ਕਰਦੇ ਨੇ ਬਹੁਤ ਸਾਰੇ ਖਿਡਾਰੀਆਂ ਦੇ ਕੋਚਾਂ ਦਾ ਜ਼ਿਕਰ ਹੋ ਜਾਂਦਾ ਤੇ ਬਹੁਤ ਸਾਰੇ ਨੇਹਰੇ ਦੇ ਵਿੱਚ ਰਹਿ ਜਾਂਦੇ ਆ ਪਰ ਇੱਕ ਗੁਰੂ ਦਾ ਪਿੱਛੇ ਕਿਸ ਤਰ੍ਹਾਂ ਦਾ ਸਾਥ ਹੁੰਦਾ ਪ੍ਰਾਈਮੇਸ਼ਾ ਟੀਵੀ ਦੇ ਪੱਤਰਕਾਰ ਨੇ ਆਨੰਦਪ੍ਰੀਤ ਉਹਨਾਂ ਨੇ ਜੀਪੀ ਸਰ ਗੁਰਿੰਦਰਪਾਲ ਸਿੰਘ ਹੁਰਾ ਨਾਲ ਗੱਲਬਾਤ ਕੀਤੀ ਹੈ ਅਸੀਂ ਦੇਖਦੇ ਹਾਂ ਕਿਸ ਸਾਧ ਨਾਲ ਉਹਨਾਂ ਨੇ ਸੁਪਨਿਆਂ ਨੂੰ ਸੋਚਿਆ ਕਿਸ ਸਾਧ ਨਾਲ ਬੱਚਿਆਂ ਨੂੰ ਮਿਹਨਤ ਕਰਵਾਈ ਤੇ ਕਿਸ ਸਾਧ ਨਾਲ ਇੱਥੇ ਤੱਕ ਮੁਕਾਮ ਤੱਕ ਪਹੁੰਚੇ ਕਿਹੜੀਆਂ ਔਕੜਾਂ ਦੇ ਵਿੱਚ ਉਹਨਾਂ ਨੂੰ ਨਿਕਲਣਾ ਪਿਆ ਇੱਕ ਨਜ਼ਰ ਪਹਿਲਾਂ ਉੱਧਰ ਮਾਰਦੇ ਆ ਇਸ ਵੇਲੇ ਲੰਮੇ ਲੰਮੇ ਲੇਖ ਤੁਹਾਡੇ ਤੇ ਲਿਖੇ ਜਾ ਰਹੇ ਨੇ ਸੋਸ਼ਲ ਮੀਡੀਆ ਭਰਿਆ ਪਿਆ ਤੇ ਬਹੁਤ ਸਾਰੇ ਲੋਕ ਤੁਹਾਡੀਆਂ ਫੋਟੋਸ ਸ਼ੇਅਰ ਕਰ ਰਹੇ ਨੇ ਅ ਇਸ ਨੇਕ ਰੂਹ ਨੂੰ ਇੱਕ ਰੱਬੀ ਰੂਹ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਬਾਰੇ ਸੋਚਦਾ ਹੈ ਨਵੇਂ ਸਾਡੇ ਭਵਿੱਖ ਬਾਰੇ ਸੋਚ ਰਿਹਾ ਬਹੁਤ ਕੁਝ ਚੰਗਾ ਲਿਖਿਆ ਜਾ ਰਿਹਾ ਤੁਹਾਡੇ ਬਾਰੇ ਦਿਲ ਦੇ ਵਿੱਚ ਕੀ ਇਸ ਵੇਲੇ ਚੱਲ ਰਿਹਾ ਦਿਲ ਉਡੂ-ਉਡੂ ਕਰ ਰਿਹਾ ਮੈਨੂੰ ਐ ਲੱਗਦਾ ਜੀ ਮਤਲਬ ਜਾਂ ਵੈਸੇ ਤਾਂ ਲੋਕ ਇੰਨੀ ਇੰਨਾ ਇਨੇ ਅੱਛੇ ਅੱਛੇ ਕੰਮ ਕਰ ਰਹੇ ਨੇ ਇਸ ਮਤਲਬ ਸਮਾਜ ਵਿੱਚ ਨਾ ਪਤਾ ਨਹੀਂ ਕੋਈ ਮੂਰੇ ਨਹੀਂ ਆਂਦਾ ਤੇ ਜਦੋਂ ਕੋਈ ਇੱਕਦਮ ਮੂਰੇ ਆ ਜਾਂਦਾ ਫਿਰ ਉਹਨੂੰ ਸੋਸ਼ਲ ਮੀਡੀਆ ਰੱਬ ਵੀ ਬਣਾ ਦਿੰਦਾ ਜੀ ਪਤਾ ਨਹੀਂ ਐਸ ਤਰ੍ਹਾਂ ਕੁਛ ਹੈ ਜਾਂ ਮੈਂ ਸੋਚਦਾ ਮਤਲਬ ਹਲਾਂਕਿ ਮੇਰੀ ਉਹ ਸੋਚ ਨਹੀਂ ਪਰ ਦੂਜੀ ਗੱਲ ਇਹ ਹੋ ਸਕਦੀ ਵੀ ਭਲਾਈ ਜਿਹੜੀ ਹੈ ਨਾ ਜਾਂ ਭਲਾਈ ਜਿਹੜੀ ਲੋਕਾਂ ਦੀ ਕਰਨ ਮਤਲਬ ਇੰਨੀ ਘੱਟ ਹੋਣੀ ਹੈ ਲੋਕਾਂ ਦੀ ਵੀ ਜਿਹਨੂੰ ਸੈਲਫਲੈਸ ਸਰਵਿਸ ਕਰਦੇ ਕਹਿੰਦੇ ਆ ਨਾ ਥੋੜੀ ਜੀ ਹਾਲਾਂਕਿ ਮੇਰੀ ਇਹ ਸੈਲਫਲੈਸ ਵੀ ਨਹੀਂ ਮੇਰੇ ਤੇ ਦਿਨ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਮੈਨੂੰ ਉਹ ਹੁੰਦਾ ਮਾਨ ਸਨਮਾਨ ਤੋਂ ਇਲਾਵਾ ਮੈਨੂੰ ਬਹੁਤ ਜ਼ਿਆਦਾ ਲਾਭ ਹੁੰਦੇ ਨੇ ਤੇ ਮਤਲਬ ਸੈਲਫਲੈਸ ਸਰਵਿਸ ਇੰਨੀ ਘੱਟ ਗਈ ਹੈ ਵੀ ਜੇ ਕੋਈ ਇੰਨੀ ਕੀ ਕਰਦੇ ਨਾ ਇੰਨੀ ਕੀ ਜਿਹਨੂੰ ਕਹਿੰਦੇ ਨਾ ਵੀ ਮਾਸਾਪੋਰਾ ਵੀ ਤੇ ਉਹ ਹੀ ਮਤਲਬ ਉਸਮਾਨ ਤੇ ਚੱਕੀ ਜਾਂਦੀ ਹੈ ਬਹੁਤ ਹੀ ਜ਼ਿਆਦਾ ਉਹਨਦੀ ਵਡਿਆਈ ਮਿਲਣ ਲੱਗ ਜਾਂਦੀ ਹੈ ਜੀ ਬਹੁਤ ਜ਼ਿਆਦਾ ਵਡਿਆਈ ਮਿਲ ਜਾਂਦੀ ਚੰਗਾ ਨਹੀਂ ਲੱਗ ਰਿਹਾ ਤੁਹਾਡੀ ਵਡਿਆਈ ਹੋ ਰਹੀ ਹੈ ਲੋਕ ਤਾਂ ਚਾਹੁੰਦੇ ਨੇ ਕਿ ਉਹਨਾਂ ਦੀ ਵਡਿਆਈ ਹੋਵੇ ਵਡਿਆਈ ਤਾਂ ਇੰਨੀ ਕਿ ਠੀਕ ਹੈ ਕਿ ਇੱਕ ਵਾਰੀ ਤੁਹਾਨੂੰ ਥੋੜੀ ਜੀ ਚਣਕ ਜੀ ਲੱਗਦੀ ਪਰ ਇਹ ਵਡਿਆਈ ਦੇ ਵਿੱਚ ਆਸਾਂ ਕਿੰਨੀਆਂ ਨੇ ਲੋਕਾਂ ਦੀਆਂ ਉਹ ਆਸਾਂ ਘੌਣ ਪੂਰੀਆਂ ਕਰੇਗਾ ਉਦੋਂ ਜਦੋਂ ਆਣ ਕੇ ਲੀਡਰ ਵੱਡੇ ਵੱਡੇ ਬੋਲਦੇ ਨੇ ਨੇ ਜੀ ਤੁਹਾਨੂੰ ਆਏ ਆ ਇਹ ਚੀਜ਼ਾਂ ਦੇਵਾਂਗੇ ਸਾਨੂੰ ਤੁਸੀਂ ਵੋਟਾਂ ਪਾ ਦਿਓ ਉਹ ਆਸੀ ਤੇ ਜਗਾਉਂਦੇ ਨੇ ਤੇ 6 ਮਹੀਨੇ ਬਾਅਦ ਉਹ ਫਿਰ ਛਿਤਰਾਂ ਵਾਲਾ ਕੰਮ ਹੋ ਜਾਂਦਾ ਨ ਸੂਇਸ ਕਰਕੇ ਮੈਨੂੰ ਮਤਲਬ ਡਰ ਲੱਗਦਾ ਜੀ ਅੱਜਕੱਲ ਤੁਸੀਂ ਮਤਲਬ ਕੀ ਠੀਕ ਹੈ ਕੀ ਤੁਹਾਡਾ ਤੁਸੀਂ ਆਉਂਦੇ ਜੇ ਐ ਲੱਗਦਾ ਜੀ ਮਤਲਬ ਮੈਨੂੰ ਫਲਾਣੇ ਨੂੰ ਐਨੇ ਮਿਲੀ ਉਹ ਮੈਨੂੰ ਬੱਚੇ ਦੱਸਦੇ ਨੇ ਮੇਰੇ ਤਾਂ ਬਹੁਤ ਹੁੰਦੇ ਮੈਂ ਤਾਂ ਵੇਖਦਾ ਬੁਖਦਾ ਵੀ ਇੰਨਾ ਕੀ ਮੇਰਾ ਤਾਂ ਧਿਆਨ ਥੋੜਾ ਜਿਹਾ ਜੇ ਵੀ ਬੱਚਿਆਂ ਚ ਆ ਜੇ ਮੇਰੇ ਤੇ ਬਚਾਏ ਮੇਰਾ ਥੋੜਾ ਜਿਹਾ ਪਰ ਮਤਲਬ ਐ ਹੁੰਦਾ ਵੀ ਤੁਹਾਡੋ ਐ ਤੁਹਾਨੂੰ ਪਰ ਮੈਨੂੰ ਐ ਦੱਸੋ ਵੀ ਮੈਨੂੰ ਪਤਾ ਕਿਉਂ ਜੋ ਫੋਨ ਆਉਂਦੇ ਨੇ ਪਹਿਲੀ ਕਲਾਸ ਦੇ ਬੱਚਿਆਂ ਦੇ 7ਵੀਂ ਕਲਾਸ ਦੇ 10ਵੀਂ ਕਲਾਸ ਦੇ ਵੀ ਸਰ ਤੁਸੀਂ ਮੈਂ 2031 ਚ ਤੁਹਾਡੇ ਕੋਲ ਪੜਨਾ ਹਾਂ 2035 ਚ ਪੜਨਾ ਹਾਂ ਮਤਲਬ ਤੁਸੀਂ ਆਸ ਜਗਾ ਦਿੰਦੇ ਜੀ ਲੋਕਾਂ ਦੀ ਤੇ ਫਿਰ ਉਹ ਪੂਰੇ ਨਾ ਉਤਰਿਆ ਗਿਆ ਤੇ ਫਿਰ ਦੇਖੋ ਉਹਨਾਂ ਦੀ ਤੁਸੀਂ ਜਿੰ ਕਿੰਦਾ ਵੱਡਾ ਪਾਪ ਲੱਗੂਗਾ ਇਹ ਇਹ ਵਡਿਆਈ ਵਡੀ ਉਹੀ ਵੱਡ ਜਾਣੀ 판ਡੇ ਚ ਪੰਜਾਬੀ ਚ ਕਹਿੰਦੇ ਨਹੀਂ ਇਸ ਕਲਾਸ ਦੇ ਵਿੱਚ 50 60 ਬੱਚੇ ਬੈਠੇ ਨੇ ਕੀ ਪਤਾ ਤੁਹਾਡੇ ਇੱਥੇ ਚ ਕਿੰਨੇ ਜੀਪੀ ਸਰ ਬਣ ਜਾਣਗੇ ਮੈਂ ਕਹਿੰਦਾ ਜੀ ਮੇਰੇ ਤੋਂ ਜਿੰਨਾ ਕੁਝ ਹੁੰਦਾ ਮੈਂ ਕਰਦਾ ਰਹੂੰਗਾ ਮਤਲਬ ਜਿੰਨੀ ਜਿੰਨੇ ਜਿਵੇਂ ਹੁੰਦਾ ਨਾ ਕੁਦਰਤ ਨੇ ਸਾਹ ਬਖਸ਼ੇ ਨੇ ਮੇਰੇ ਮੈਂ ਉਹਨਾਂ ਤਾਂ ਕਰ ਲੂੰਗਾ ਜਿੰਨੀ ਕਿ ਮੇਰੇ ਚੱਲਦੀ ਹੈ ਪਤਾ ਨਹੀਂ ਕੱਲ ਨੂੰ ਕੋਈ ਬਿਮਾਰੀ ਹੋ ਜੇ ਪੌੜੀਆਂ 'ਚ ਜਾਂਦਾ ਬੰਦਾ ਡਿੱਗ ਜੇ ਮੁੱਕ ਜਾਂਦੀ ਜਾਨ ਇਹ ਤਾਂ ਪਤਾ ਨਹੀਂ ਕੀ ਹੋਣਾ ਉਸ ਗੱਲੋਂ ਤਾਂ ਕੋਈ ਨਹੀਂ ਪਰ ਮੇਰੇ ਹੱਡ ਪ੍ਰਾਣ ਵੀ ਚੱਲਦੇ ਹੋਣ ਤੇ ਮੇਰੇ ਤੋਂ ਨਾ ਹੋਇਆ ਤੇ ਆਸ ਬਹੁਤ ਲੋਕ ਨਾ ਲੋਕ ਪੰਜਾਬ ਦੇ ਤਾਂ ਮੈਂ ਕਿਹਾ ਜੀ ਇਸ ਤਰ੍ਹਾਂ ਹੋਏ ਪਏ ਨੇ ਵੀ ਪਤਾ ਨਹੀਂ ਗ੍ਰਿੰਦਰਪਾਲ ਸਿੰਘ ਹੱਥ ਲਾਉ ਤੇ ਸਾਡੀ ਜੁਨ ਸੁਧਰ ਜੂ ਇਹ ਨਹੀਂ ਹੁੰਦਾ ਜੀ ਤੁਹਾਡੀਆਂ ਮਿਹਨਤਾਂ ਨੇ ਤੁਹਾਡੀਆਂ ਲਗਨ ਹੈ ਤੁਹਾਡੀ ਹਿੰਮਤ ਹੈ ਉਹ ਐ ਹੁੰਦਾ ਵੀ ਤੁਸੀਂ ਇਸ ਰਾਹ ਤੁਰੇ ਜਾਂਦੇ ਜ ਵਿੱਚੋਂ ਮੈਂ ਵੀ ਇਹ ਕਥਾਪੜਾ ਮਾਰਤਾ ਇੰਨਾ ਕੀ ਸੀਗਾ ਜੀ ਪਰ ਉਹ ਬਹੁਤ ਜ਼ਿਆਦਾ ਹੋ ਗਈ ਜੀ ਇਹ ਤਾਂ ਮੈਂ ਤਾਂ ਡਰ ਡਰਦਾ ਜੀ ਮੈਂ ਸੱਚੀ ਇਮਾਨਦਾਰੀ ਨਾਲ ਕਹਿੰਦਾ ਬਹੁਤ ਡਰ ਲੱਗਦਾ ਜੀ ਦੋ ਬੱਚਿਆਂ ਦੇ ਤੋਂ ਪੜ੍ਹਾਈ ਸ਼ੁਰੂ ਕਰਕੇ ਅੱਜ ਇਹ ਹਾਲ ਭਰਿਆ ਪਿਆ ਤੇ ਬਹੁਤ ਸਾਰੇ ਲੋਕ ਤੁਹਾਨੂੰ ਫੋਨ ਕਰ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ 2031 ਤੱਕ ਤੁਹਾਡੀ ਬੁਕਿੰਗ ਹੋ ਗਈ ਹੈ ਨਹੀਂ ਨਹੀਂ ਮੈਂ ਇਹ ਨਹੀਂ ਕਹਿੰਦਾ ਬੁਕਿੰਗ ਮੈਂ ਤਾਂ ਤੁਹਾਨੂੰ ਐਕਸਾਈਟਮੈਂਟ ਕਹਿੰਦਾ ਵੀ ਬੱਚਾ 10ਵੀਂ ਚ ਪੜ੍ਹਦਾ ਪਿਆ 8ਵੀਂ ਚ ਇਹ ਪ੍ਰੇਰਣਾ ਨਹੀਂਗੀ ਜੀ ਇਨਸ ਤੁਹਾਨੂੰ ਸਮਾਜ ਮੈਨੂੰ ਬਹੁਤ ਦੁੱਖ ਵੀ ਲੱਗਦਾ ਕਈ ਵਾਰੀ ਵੀ ਸਮਾਜ ਚ ਕੀ ਇੰਨਾ ਕੁਛ ਮਤਲਬ ਲੋਕ ਸੁਪਨਾ ਲੈਣ ਲੱਗਿਆ ਮੈਂ ਮਤਲਬ ਸੁਪਨਾ ਲੈਣ ਵਾਸਤੇ ਵੀ ਉਹ ਡੀਕਤੇ ਪੈ ਨੇ ਕਿ ਸਾਨੂੰ ਕੋਈ ਬੰਦਾ ਆਈਓ ਜਾਂ ਕੁਛ ਕਰੇ ਤੇ ਅਸੀਂ ਸੁਪਨੇ ਲੈਣੇ ਸ਼ੁਰੂ ਕਰ ਦਈਏ ਉਹ ਸੁਪਨੇ ਤਾਂ ਸੁਪਨੇ ਆ ਜੋਗਾ ਸਮਾਜ ਦਾ ਬਣਾਦੀ ਵੀ ਲੋਕ ਸੁਪਨੇ ਲੈ ਲੈਣ ਚਲੋ ਪੂਰੇ ਹੁੰਦੇ ਨੇ ਕੁਝ ਕਰਦੇ ਰਹਿਣ ਮੈਂ ਤਾਂ ਮਤਲਬ ਮੈਨੂੰ ਮੈਂ ਮੈਂ ਤਾਂ ਸਗੋਂ ਦੁਬਿਧਾਜੀ ਚ ਪੈ ਗਿਆ ਵੀ ਹੈ ਕੀ ਦੁਨੀਆਦਾਰੀ ਹੈ ਮੈਨੂੰ ਮੈਨੂੰ ਤਾਂ ਕੋਈ ਸਮਝ ਵੀ ਨਹੀਂ ਆਉਂਦਾ ਜੀ ਸੱਚੀ ਗੱਲ ਹਨੈਸਟਲੀ ਕਹਿ ਰਿਹਾ ਮਤਲਬ ਆਇਆ ਨਹੀਂ ਹੁੰਦਾ ਵੀ ਮੈਂ ਕੋਈ ਵਡਿਆਈ ਵਖਾਣ ਵਾਸਤੇ ਹਰ ਬੰਦੇ ਨੂੰ ਚੰਗਾ ਲੱਗਦਾ ਜੀ ਉਹਨੂੰ ਚਾਰ ਬੰਦੇ ਜਾਣਨ ਲੱਗਦੇ ਨੇ ਮੈਂ ਦੋ ਕੱਲ ਕਚਹਿਰੀ ਨਹੀਂ ਗਿਆ ਜੀ ਮੈਨੂੰ ਪਤਾ ਹੀ ਕਉਂਗੀ ਨਵਾਂ ਨਵਾਂ ਚੱਲਿਆ ਤੇ ਮੈਂ ਮੈਨੂੰ ਮੇਰੇ ਤੋਂ ਸਾਂਭਿਆ ਨਹੀਂ ਜਾਂਦਾ ਜੀ ਮੇਰੇ ਤੋਂ ਵਡਿਆਈ ਹੀ ਨਹੀਂ ਸਾਂਭੀ ਜਾਂਦੀ ਜੀ ਔਖਾ ਕੰਮ ਹੈ ਜੀ ਮੇਰੇ ਵਾਸਤੇ ਵਡਿਆਈ ਸਾਂਭਣਾ ਇਹ ਸੱਚੀ ਗੱਲ ਜੀ ਇਹ ਮੈਨੂੰ ਹਿਊਮਿਲਟੀ ਨਾਲ ਸਮਝ ਆ ਜਾਏ ਵੀ ਬੜਾ ਹੰਬਲ ਬੰਦਾ ਹੈ ਮੇਰੇ ਵਿੱਚ ਵੀ ਅਵਗੁਣ ਹੋਣੇ ਨੇ ਹਜ਼ਾਰਾਂ ਹੋਣੇ ਨੇ ਸੈਂਕੜੇ ਹੋਣੇ ਨੇ ਪਰ ਮਤਲਬ ਐ ਹੁੰਦਾ ਵੀ ਤੁਹਾਡੀ ਵਡਿਆਈ ਇੰਨੀ ਹੋਣ ਲੱਗ ਜਾਂਦੀ ਵੀ ਤੁਸੀਂ ਰੱਬ ਬਣ ਜਾਂਦੇ ਪਰ ਸੱਚੀ ਇਹ ਗੱਲ ਦੱਸੋ ਵੀ ਜੀ ਇਹ ਬੱਚੇ ਨਾ ਹੋਣ ਰੱਬ ਤਾਂ ਮੇਰੇ ਇਹਨੇ ਨਾ ਜਿਨ੍ਹਾਂ ਨੇ ਨਹੀਂ ਮਿਹਨਤ ਕੀਤੀ ਕਿੱਥੋਂ ਉੱਠੇ ਹੋ ਮੈਂ ਤਾਂ ਉਹਨਾਂ ਨੂੰ 6 ਮਹੀਨੇ ਲਵਾਏ ਸਾਲ ਉਹ ਤਾਂ 30 30 ਸਾਲ ਲੱਗਦੇ ਨੇ 27 ਸਾਲ ਉਹਨਾਂ ਨੇ ਕਿਵੇਂ ਮਿਹਨਤ ਕੀਤੀ ਉਸ ਲਗਨ ਤੇ ਉਹ 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 ਨੂੰ ਉਹ ਨੂੰ ਸੀ ਨਾ ਮੈਂ ਤਾਂ ਥਾਪੜਾ ਹੀ ਦਿੱਤਾ ਸੀ ਜਿੱਦ ਨਿਕਲ ਗਿਆ ਅੱਗੇ ਚਲੋ ਮਾਲ मतलब ਤੁਹਾਡੇ ਕੋਲ ਆਉਣ ਲੱਗਿਆ ਤੁਸੀਂ ਕੀ ਦੇਖਦੇ ਹੋ ਤੁਸੀਂ ਸਿਰਫ ਇਹ ਦੇਖਦੇ ਹੋ ਕਿ ਉਹਦੇ ਚ ਇੱਕ ਉਮੀਦ ਹੈ ਉਹ ਕੁਝ ਬੰਨਣਾ ਚਾਹੁੰਦਾ ਹੈ ਜਾਂ ਫਿਰ ਤੁਸੀਂ ਕੋਈ ਤੁਸੀਂ ਕੋਈ ਪ੍ਰੀਖਿਆ ਲੈ ਲੈਂਦੇ ਮੈਂ ਅਜੇ ਤੱਕ ਤਾਂ ਮੇਰਾ ਮਸਲਾ ਹੀ ਨਹੀਂ ਹੋਇਆ ਸੀ ਕਦੀ ਇਹ ਅਜੇ ਤੱਕ ਤਾਂ ਮੇਰੇ ਕੋਲ ਜਿਹੜਾ ਆਂਦਾ ਹੀ ਮੈਂ ਬਿਠਾ ਲੈਂਦਾ ਮੇਰੇ ਕੋਲ ਇੰਨੇ ਮੇਰਾ ਰੋੜਾ ਨਹੀਂ ਸੀ ਨਾ ਪਿਆ ਹੋਇਆ ਜਿਹੜਾ ਆਂਦਾ ਹੀ ਮੈਂ ਕਹਿੰਦਾ ਆ ਜਾ ਬੈਠ ਲਾ ਪੜ ਲਾ ਵੇ ਤੇਰੇ ਤੂੰ ਵੀ ਪੜ ਲਾ ਤੇ ਫਿਰ ਕੋ ਆਂਦੇ ਹੀ ਇੰਨੇ ਕਿਸੀ 10 20 30 40 50 ਇਹ 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 ਕੰਮ ਤਾਂ ਰੋਲਾ ਤਾਂ ਤੁਹਾਡਾ ਪਾਇਆ ਵੀ ਹੁਣ ਮਤਲਬ ਸਾਡੀ ਕੋਸ਼ਿਸ਼ ਇੱਕ 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 ਬੱਚੀ ਨਾ 3 ਮਹੀਨੇ ਦੀ ਹੈ ਉਹਦੇ ਪਿਓ ਦਾ ਫੋਨ ਆਇਆ ਵੀ ਮੈਂ ਤੁਹਾਨੂੰ ਨਾਲ ਮਿਲਾ ਕੇ ਚਲੀਆਂ ਉਹਨੇ ਤਾਂ ਸੋ ਲੇਖੋ ਦੇਖੋ ਮਤਲਬ ਉਹਨਾਂ ਕਿੰਨੇ ਤਿੰਨ ਮਹੀਨੇ ਦੇ ਬੱਚੇ ਕੀ ਬਣਾ ਚਾਹੁੰਦੇ ਹੋ ਕੋਈ ਪੇਂਟਰ ਬਣਾ ਚਾਹੁੰਦੇ ਹੋ ਮੇਰੀ ਮੈਂ ਤੁਹਾਨੂੰ ਉਹਦੇ ਵੀ ਜਰਾ ਮੇਰੇ ਕੋ ਇੱਕ ਬੱਚੇ ਦਾ ਫੋਨ ਆਇਆ ਜੀ ਛੋਟੇ ਜਿਹਦਾ ਉਹ ਮੈਨੂੰ ਛੋਟਾ ਕਿ ਨਾ ਇੱਕ ਮਤਲਬ ਮੈਂ ਪਤਾ ਨਹੀਂ ਤਰਨ ਤਰਨ ਕੇ ਅਮਰਸਰ ਮੈਨੂੰ ਆਏ ਜਿਵੇਂ ਤਰਨ ਤਰਨ ਬਣੇ ਤਰਨ ਤਰਨ ਤੋਂ ਬੋਲਦੀਆਂ ਅੰਕਲ ਜੀ ਮੈਂ ਕਿਹਾ ਦੱਸ ਬੇਟਾ ਮੈਂ ਨਾ ਪਹਿਲੀ ਚਪਟ ਮਤਲਬ ਸ਼ੀ ਵਾਸ ਟਿਸਟਗਿੰਗ ਫਸਟ ਕਲਾਸ ਦੀ ਸਟੂਡੈਂਟ ਆ ਮੈਂ ਤੁਹਾਡੇ ਹੋ ਕੇ ਤੁਹਾਡੇ ਕੋਲ ਜੱਜ ਬੰਨਾ ਮੈਂ ਕਿਹਾ ਤੇਰੀ ਮੰਮੀ ਕੋਲ ਬੈਠੀ ਹੱਸੀ ਜਾਂਦੀ ਕਿ ਡੈਡੀ ਇਹਦੀ ਮੰਮੀ ਮੈਂ ਕਿਉਂ ਉਹਨੂੰ ਕਹਿ ਦੇ ਵੀ ਜੇ ਅੰਕਲ ਨੇ ਕਿਹਾ ਜੇ ਤੇਰੇ 8ਵੀਂ ਤੱਕ 40% ਤੋਂ ਜ਼ਿਆਦਾ ਨੰਬਰ ਆ ਗਏ ਨਾ ਤੇ ਮੈਂ ਇਹ ਨਹੀਂ ਪੜਾਉਣਾ ਤੈਨੂੰ ਤੂੰ ਇਹਨਾਂ ਨੂੰ ਖੇਡਣ ਖੁੰਡਣ ਦੇ ਯਾਰ ਤੂੰ ਹੀ ਪੜਾਣ ਤੇ ਲੱਗ ਕੇ ਜਿਹਾ ਕਰੂ ਸੋ ਮਤਲਬ ਇੱਕ ਆਸ ਹੁੰਦੀ ਏ ਇੱਕ ਮਤਲਬ ਅੱਛਾ ਲੱਗਦਾ ਲੋਕਾਂ ਨੂੰ ਬਸ ਇਹਨਾਂ ਗਏ ਵੀ ਜੇ ਮਾੜੀ ਮੋਟੀ ਆਸ ਲੈ ਕੇ ਉਹ ਆਪ ਦੇ ਸਾਰੇ ਹੀ ਤੁਰ ਪੈਣਾ ਤਾਂ ਮੈਨੂੰ ਉਹਦੀ ਖੁਸ਼ੀ ਹੋ ਜਾਏਗੀ ਉਹ ਵੀ ਇਸ ਤੁਹਾਡੇ ਕੋਲੋਂ ਪੜ ਕੇ ਉਹ ਬੱਚੇ ਵੀ ਅੱਜ ਉਸ ਮੁਕਾਮ ਤੇ ਪਹੁੰਚ ਕੇ ਨੇ ਜਿਹੜੇ ਸ਼ਾਇਦ ਇਹ ਸੁਪਨਾ ਨਾ ਲੈਂਦੇ ਜਾਂ ਫਿਰ ਇਹ ਸੁਪਨਾ ਸਾਰ ਨਾ ਹੁੰਦਾ ਉਹਨਾਂ ਦਾ ਜੇ ਤੁਸੀਂ ਉਸ ਤਰੀਕੇ ਨਾਲ ਉਹਨਾਂ ਨਗ ਹੁੰਦੀ ਹੈ ਕੋਈ ਸਾਈਕਲ ਤੇ ਚਲਾਉਣਾ ਵੀ ਸਿੱਖਦਾ ਹੋਵੇ ਨਾ ਕਈ ਵਾਰੀ ਤੁਸੀਂ ਦੋ ਅੱਧਾ ਘੰਟਾ ਉਹਨਾਂ ਨਾਲ ਫੜ ਕੇ ਉਹ ਕੈਂਚੀਆਂ ਜੀ ਮਾਰਦੇ ਅਸੀਂ ਸਿੱਖਦੇ ਸੀ ਕੋਈ ਮੜਾ ਜਾ ਫੜ ਕੇ ਚਲਾ ਦੇ ਉਹਨਾਂ ਨੂੰ ਸਾਈਕਲ ਚਲਾਉਣਾ ਆ ਗਿਆ ਜੀ ਬਾਅਦ ਵਿੱਚ ਸਕੂਟਰ ਚਲਾਉਣਾ ਆ ਗਿਆ ਜੀ ਕਾਰ ਚਲਾਣੀ ਹੋ ਗਈ ਪ੍ਰਤਿਭਾ ਉਹਦੇ ਚ ਹੁੰਦੀ ਹੈ ਕਿ ਸਾਰੇ ਬੰਦੇ ਨੂੰ ਥੋੜਾ ਬਹੁਤ ਕਦੀ ਸਾਰਾ ਮਿਲ ਜਾਂਦਾ ਇਸ ਤਰ੍ਹਾਂ ਇਸ ਤਰ੍ਹਾਂ ਇਹ 4-5 ਨੂੰ 10 ਨੂੰ ਸਾਢੇ ਥੋੜੀ ਜੀ ਸਪੋਰਟ ਮਿਲ ਗਈ ਹੋਣੀ ਇਹ ਨਹੀਂ ਕਿ ਉਹ ਮੇਰੇ ਹੀ ਸਿਰ ਤੇ ਬਣੇ ਨੇ ਜਿਵੇਂ ਮੇਰੇ ਕੋਈ ਜਾਦੂ ਦੀ ਛੜੀ ਹੈ ਉਹਨਾਂ ਦੀ ਆਪਣੀ ਲਗਨ ਸੀ ਆਪਣੀ ਮਿਹਨਤ ਸੀ ਮੈਂ ਤਾਂ ਇਹ ਕਹਿੰਦਾ ਵੀ 90% ਲੈ ਕੇ ਆਏ ਸੀ 1 ਜੀ ਉਹਨਾਂ ਕੋ ਮੇਰੇ 10% ਨਾਲ ਕੋਈ 80 ਵਾਲਾ ਵੀ 100 ਨਹੀਂ ਹੁੰਦਾ ਸੀ ਜੀ ਉਹ ਬਹੁਤ ਮਿਹਨਤੀ ਸੀ ਬਹੁਤ ਲਗਨ ਵਾਲੇ ਸੀ ਉਹਨਾਂ ਦੇ ਅੰਦਰ ਅੱਗ ਸੀਗੀ ਉਹਨਾਂ ਦੇ ਅੰਦਰ ਪ੍ਰਤਿਭਾ ਸੀਗੀ ਉਹਨਾਂ ਦੇ ਅੰਦਰ ਸੰਘਰਸ਼ ਸੀਗਾ ਜੀ ਉਹਨਾਂ ਨੇ ਮਤਲਬ ਇੰਨੇ ਐਡਵਰਸ ਮੈਂ ਇੱਕ ਪਤਾ ਨਹੀਂ ਹੋਣੀ ਵੀ ਕਿਸੇ ਨੂੰ ਕਿਹਾ ਸੀਗਾ ਮੇਰਾ ਇੱਕ ਬੱਚਾ ਹੈ ਮਤਲਬ ਹੁਣੇ ਉਹ ਸ਼ੇਰਪੁਰ ਤੋਂ ਸ਼ੇਰਪੁਰ ਮੇਰੇ ਖਿਆਲ ਸੰਗਰੂਰ ਦੇ ਕੋਲ ਤੂਰੀ ਦੇ ਨੇੜੇ ਇੱਕ ਪਿੰਡ ਸ਼ੇਰਪੁਰ ਜੇ ਮੈਨੂੰ ਯਾਦ ਨਹੀਂ ਤੇ ਆਪਣੇ ਇੱਕ ਜੱਥੇਦਾਰ ਯਕੀਨਾ ਸੀ ਹਰਚੰਦ ਸਿੰਘ ਲੋਂਗੋਵਾਲ ਜੀ ਦਾ ਸ਼ਹਿਦ ਉਥੇ ਮਤਲਬ ਉੱਥੇ ਸ਼ਾਇਦ ਉਹ ਜਿਹੜੀ ਆਖਰੀ ਘਟਨਾ ਹੋਈ ਉੱਥੋਂ ਦੀ ਹੋਈ ਸ਼ਾਇਦ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਸ਼ੇਰਪੁਰ ਪਿੰਡ ਸੀਗਾ ਉੱਥੋਂ ਦੀ ਕੁੜੀ ਹੁਣ ਇੱਕ ਜੱਜ ਬਣੀ ਹੈ ਜੀ ਮਜ਼ਦੂਰਾਂ ਦੀ ਬਕੁੜੀ ਐ ਬਰਾਜ ਮਿਸਤਰੀ ਸੀ ਫਾਦਰ ਪੈਰਪੁਰ ਤੇ 6:00 ਵਜ ਗਈ ਉਹ ਮਜ਼ਦੂਰੀ ਵਰਗਾ ਕੰਮ ਸੀ ਉਹਨੇ ਮੈਨੂੰ ਦੱਸਿਆ ਵੀ ਮੈਂ ਪ੍ਰੇਰਨਾ ਕਿੱਥੋਂ ਲਈ ਉੱਥੇ ਨੇ ਇੱਕ ਜੱਜ ਸੀ ਕੁਲਵਿੰਦਰ ਗੌਰ ਉਹ ਕਹਿੰਦੀ ਉਹਦੇ ਦੋਨੋਂ ਹਾਥੀ ਇੱਥੇ ਹੈ ਨਹੀਂ ਜੱਜ ਲੱਗੀ ਹੋਈ ਸੀ ਕਹਿੰਦੀ ਮੈਂ ਇੱਕ ਦਿਨ ਦੇਖਿਆ ਮੈਂ ਉੱਥੇ ਕੋਰਟ ਜਾਂਦੀ ਸੀ ਕੰਮਕੁਮ ਤਾਂ ਫਰਸਟ ਜਨਰੇਸ਼ਨ ਲਾਇਰ ਸੀ ਹੈ ਨਹੀਂ ਸੀ ਮੇਰੇ ਕੋਲ ਇਹ ਰਮਨਦੀਪ ਐ ਕੁੜੀ ਦਾ ਨਾਂ ਤੇ ਉਹ ਜੱਜੇ ਹੁਣ ਇਸੇ ਬੈਚ ਸੇ ਮੇਰੇ ਚ ਬਣੀ ਆ ਤੇ ਉਹ ਕਹਿੰਦੀ ਮੈਂ ਵੇਖਿਆ ਵੀ ਜੇ ਇਹ 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 ਲੇਡੀ ਇਹ ਮੇਰੀ ਭੈਣ ਵੱਡੀ ਇਹ ਜੇਕਰ ਇੰਨੇ ਐਡਵਰਸ ਸਰਕਮਸਟੈਂਸਸ ਨੂੰ ਡੀਫੀਟ ਕਰ ਸਕਦੀ ਹੈ ਮੈਂ ਤਾਂ ਕੱਲੀ ਗਰੀਬੀ ਨੂੰ ਹਰਾਉਣਾ ਹੈ ਮੇਰੇ ਕੋਲ ਤਾਂ ਕੱਲੀ ਗਰੀਬੀ ਮੇਰੇ ਰਾਹ ਦਾ ਰੋੜਾ ਨਾ ਐਂਡ ਉਹ ਲੱਗ ਗਈ ਜੀ ਉਹ ਲੱਗੀ ਰਹੀ ਉਹਦੇ ਦੋਵੇਂ ਭੈਣ ਪਰਾ ਛੋਟੇ ਵਿਆਹੇ ਗਏ ਉਹ ਉਹ ਲੱਗੀ ਰਹੀ ਜੱਜ ਬਣ ਗਈ ਜੀ ਹੁਣ ਉਹ ਜੱਜ ਕਿੰਨੇ ਮਤਲਬ ਪ੍ਰੇਰਣਾ ਹਰ ਥਾਂ ਤੇ ਪਈ ਹੈ ਇਨਸਪੀਰੇਸ਼ਨ ਹਰ ਥਾਂ ਤੇ ਪਈ ਹੈ ਤੁਸੀਂ ਲੈ ਕੇ ਇੱਕ ਵਾਰੀ ਤਰੋ ਇੱਕ ਬਰੀ ਰਸਤੇ ਤੇ ਚੱਲੋ ਮਿਲ ਮਿਲਾਈ ਜਾਂਦੀ ਹੈ ਕਿਤੇ ਥੋੜੀ ਬਹੁਤ ਹਰ ਕੋਈ ਗੁਰਿੰਦਰ ਜੀ ਵਰਗਾ ਨਹੀਂ ਨਾ ਮਿਲਦਾ ਰਸਤੇ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਕੁਝ ਬੰਨਣਾ ਚਾਹੁੰਦੇ ਹੈਗੇ ਜੀ ਮੈਂ ਸੱਚੀ ਗੱਲ ਦੱਸਦਾ ਮਤਲਬ ਸਾਹਮਣੇ ਨਹੀਂ ਆਉਂਦੇ ਜੀ ਬਹੁਤ ਬਹੁਤ ਕਰਦੇ ਨੇ ਲੋਕ ਬਹੁਤ ਜ਼ਿਆਦਾ ਕਰਦੇ ਨੇ ਸਾਹਮਣੇ ਨਹੀਂ ਆਉਂਦੇ ਇਹ ਤਾਂ ਸੋਸ਼ਲ ਮੀਡੀਆ ਉਹ ਬਹੁਤ ਜ਼ਿਆਦਾ ਤੁਹਾਨੂੰ ਇਹ ਮਿੰਟਾਂ ਚ ਅਸਮਾਨ ਤੇ ਪਹੁੰਚਾ ਦਿੰਦਾ ਹੈ ਮਿੰਟਾ ਜਿੱਦ ਡੇਗ ਵੀ ਦਿੰਦਾ ਉਹ ਉਹ ਤਾਂ ਬਹੁਤੀ ਜੋਰ ਨਹੀਂ ਲੱਗਦਾ ਨਾ ਜੀ ਕਮਾਂਡ ਤੇ ਕਮਾਂਡ ਤੇ ਹੀ ਟਾਈਮ ਲੱਗਦਾ ਕਮਾਂਡ ਤੇ ਤੇ ਇੱਕ 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 ਕੋ ਕਹਿੰਦੇ ਨਾ ਕਿ 200 ਲੱਖ ਰੁਪਇਆ ਜੀ ਇੱਕੋ ਚਾਲਚਾਰ ਜੋ ਸਾਰੇ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਸ਼ਾਇਦ ਇਹ ਗੱਲ ਉਸ ਵਿਅਕਤੀ ਤੱਕ ਪਹੁੰਚ ਜੇ ਉਸ ਬੱਚੇ ਤੱਕ ਪਹੁੰਚ ਜੇ ਜਿਹਨੇ ਕਦੇ ਤੁਹਾਡੇ ਕੋਲ ਆ ਕੇ ਤੇ ਭਵਿੱਖ ਦੇ ਵਿੱਚ ਰੁਸ਼ਨਾ ਜਾਣਾ ਉਹ ਕੋਹੀਨੂਰ ਹੀਰੇ ਵਾਂਗੂ ਚਮਕ ਜਾਣਾ ਚਾਹਤੋਂ ਤੱਕ ਗੱਲ ਪਹੁੰਚ ਗਈ ਉਹ ਤਾਂ ਪਹੁੰਚ ਚੁੱਕੀ ਹੈ ਹੁਣ ਤਾਂ ਐਵੇਂ ਨਾ ਮੇਰੀ ਵਡਿਆਈ ਕਰੀ ਜਾਂਦੇ ਜੇ ਤੁਸੀਂ ਉਹ ਤਾਂ ਪਹੁੰਚ ਗਈ ਜਿੰਨਾ ਤੱਕ ਪਹੁੰਚਣੀ ਸੀ ਹੁਣ ਤਾਂ ਐਵੇਂ ਬਸ ਮੇਰੇ ਤੋਂ ਨਾ ਹੁੰਦੀ ਨਹੀਂ ਵੀ ਮੈਂ ਤੁਹਾਨੂੰ ਕਵਾਂ ਵੀ ਨਹੀਂ ਜੀ ਤੁਸੀਂ ਕਹਿੰਦੇ 15 ਮਿੰਟ ਚਾਹੀਦੇ ਮੈਂ ਕੀ ਕਵਾਂ ਜੀ ਵੀ ਮੇਰੇ ਤੋਂ ਨਾ ਨਹੀਂ ਹੁੰਦੀ ਬਸ ਉਹ ਐਨੇ ਤਾਂ ਵੱਡੇ ਉਹ ਜਿਹੜਾ ਪਹੁੰਚਣਾ ਸੀ ਪਹੁੰਚ ਗਿਆ ਹੁਣ ਤਾਂ ਨਾ ਛੋਟੇ ਹੋਣ ਵਾਲੀ ਗੱਲ ਹੈ ਵੱਡੇ ਹੋਣ ਵਾਲਾ ਦਾ ਕੰਮ ਮੁੱਕ ਗਿਆ ਹੁਣ ਤਾਂ ਜਿੰਨੀਆਂ ਇੰਟਰਵਿਊ ਦੇਣੀਆਂ ਨੇ ਛੋਟੀਆਂ ਨੇ ਥੋੜਾ ਥੋੜਾ ਕਰਕੇ ਹਰ ਵਾਰੀ ਵੀ ਦੇਖ ਕੇ ਮ ਇਹ ਨਪਰ ਇਹਨਾਂ ਦੋਸੀ ਭਰੇ ਕਿਵੇਂ ਪਏ ਹੋ ਮਤਲਬ ਤੁਸੀਂ ਹਿਲੀਮੀ ਇਹ ਤੁਹਾਡੇ ਚ ਇੰਨੀ ਕਿਵੇਂ ਆ ਇਹ ਵੀ ਤੁਸੀਂ ਦੱਸੋ ਨਾ ਕਿ ਤੁਸੀਂ ਚਾਹੁੰਦੇ ਨਹੀਂ ਕਿ ਇਹ ਚੱਕਾ ਚਾਹੁੰਦੇ ਤੁਹਾਨੂੰ ਮਿਲੇ ਕੀ ਕਰਨਾ ਹੈ ਸਰ ਬਹੁਤ ਇੰਨੀ ਥੋੜੀ ਮਿਲ ਗਈ ਇੰਧ ਤੋਂ ਵੱਧ ਕਿਵੇਂ ਮਿਲਦੀ ਹੈ ਸਰ ਹੁਣ ਮੈਂ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਜੀ ਅਸੀਂ ਤੁਹਾਨੂੰ ਸਨਮਾਨਤ ਕਰਨ ਆ ਰਹੇ ਮੈਂ ਕਿ ਕਿੱਥੋਂ ਬੋਲ ਰਹੇ ਜੀ ਕਹਿੰਦੇ ਜੀ ਅਸੀਂ ਮਹਾਲੇ ਤੋਂ ਬੋਲ ਰਹੇ ਆ ਤੇ ਮੈਂ ਕਿ ਮੈਨੂੰ ਸਨਮਾਨਤ ਕਦੇ ਆਸਤੇ ਕਰਨ ਆਏ ਰਹੇ ਮੈਂ ਕਿਹਾ ਤੁਹਾਡੇ ਆਂਡ ਗਵਾਡ ਕੋਈ ਹੋਣਾ ਗਰੀਬ ਕਰਪਾ ਉਹਨੂੰ ਕੋਈ ਪੜਾ ਪੜੂ ਛੱਡੋ ਯਾਰ ਇੱਥੇ ਜੋ ਚੱਕਰ ਮਾਰੋਗੇ ਐਵੇਂ ਕਿਵੇਂ ਐਵੇਂ ਇੱਥੇ ਗੜੇ ਮਾਰੀ ਜੋਗੇ ਉੱਥੇ ਸਮਾਨਤ ਕਰ ਲੋ ਮਤਲਬ ਹੁਣ ਪਤਾ ਨਹੀਂ ਕੀ ਲੱਭਦੇ ਨੇ ਲੋਕ ਮੈਨੂੰ ਸਮਝ ਨਹੀਂ ਆਉਂਦੀ ਮੈਂ ਮਤਲਬ ਮੈਂ ਸੀਰੀਅਸਲੀ ਕਹਿ ਰਿਹਾ ਜੀ ਮੈਂ ਮਤਲਬ ਬਹੁਤ ਦਿਲੋਂ ਕਹਿ ਰਿਹਾ ਤੁਹਾਨੂੰ ਇਹ ਬਸ ਕੁਛ ਨਹੀਂ ਜੀ ਥੋੜੀ ਥੋੜਾ ਜਿਹਾ ਕੰਮ ਕੀਤਾ ਤੁਸੀਂ ਜ਼ਿੰਦਗੀ 'ਚ ਆਏ ਜੇ ਤੁਹਾਨੂੰ ਮੌਕਾ ਮਿਲ ਗਿਆ ਤੁਹਾਡੇ ਚੰਗੇ ਕਰਮ ਤੁਹਾਡੇ ਤੁਸੀਂ ਕਰਤੇ ਉਹਦੀ ਵਡਿਆਈ ਮਿਲ ਗਈ ਬਸ ਬਹੁਤ ਇਹਨਾਂ ਬਹੁਤ ਇੰਦ ਤੋਂ ਬਾਅਦ ਗਲਤ ਵੀ ਤੁਸੀਂ ਨਾਲ ਦੇ ਨਾਲ ਕਰ ਰਹੇ ਹੋ ਇਹਨਾਂ ਨੂੰ ਅੱਜ ਵੀ ਮੈਂ ਮੈਂ ਪੂਰਾ ਦਿਨ ਬੈਠਾ ਰਿਹਾ ਮੈਂ ਪੂਰੇ 4 ਵਜੇ ਵਾਪਸ ਆਇਆ ਕਚਹਿਰੀ ਚੋਂ 10:00 ਤੋਂ 4:00 ਤੱਕ ਤੋਂ ਬਾਅਦ ਮੇਰੇ ਮੇਂ ਕਲਾਸ ਲਾਉਣਾ ਹੈ ਇਹਨਾਂ ਦੀ ਵਕਾਲਤ ਤਾਂ ਮੇਰੀ এজ ਇਟ ਇ ਮਤਲਬ ਠੀਕ ਹੈ ਮੈਂ ਬਹੁਤ ਜ਼ਿਆਦਾ ਉਹਨੂੰ ਮਤਲਬ ਜਿਵੇਂ ਵਧਦੀ ਹੁੰਦੀ ਹੈ ਨਾ ਮੈਂ ਉਹਨੂੰ ਘਟਣ ਨਹੀਂ ਦਿੱਤਾ ਮੇਰੇ ਕੋਈ ਡਰ ਨਹੀਂ ਥਾ ਵਕਾਲਤ ਤਾਂ ਤੁਹਾਡੇ ਸਿਰ ਤੇ ਨਾ ਤੂੰ ਕਟਾ ਲਓ ਬਦਾਲੋ ਪਰ ਇਹ ਮੇਰਾ ਹੁਣ ਪ੍ਰਾਇਮਰੀ ਮਿਸ਼ਨ ਹੈ ਵਕਾਲਤ ਤਾਂ ਮੈਂ ਕਿਉਂਕਿ ਥੋੜਾ ਬਹੁਤ ਰੋਟੀ ਪਾਣੀ ਵੀ ਖਾਣਾ ਹੈ ਰੋਟੀ ਪਾਣੀ ਮੈਂ ਇੱਥੋਂ ਬਹੁਤ ਜ਼ਿਆਦਾ ਖਾ ਸਕਦਾ ਪਰ ਮੇਰਾ ਚੱਲਦਾ ਜਿੰਨੀ ਦੇ ਰੋ ਚੱਲੇਗਾ ਨਹੀਂ ਤਾਂ ਇਹ ਗੁਰਿੰਦਰਪਾਲ ਸਿੰਘ ਹਰਾ ਦੀ ਗੱਲਬਾਤ ਨੂੰ ਤੁਸੀਂ ਸੁਣਿਆ ਤੇ ਬਹੁਤ ਸਾਰੀਆਂ ਗੱਲਾਂ ਮੋਟੀਵੇਸ਼ਨਲ ਨੇ ਜੋ ਸਮਾਜ ਦੇ ਵਿੱਚ ਦੱਸਦੀਆਂ ਕਿ ਸਹੀ ਤਰੀਕੇ ਨਾਲ ਜੇਕਰ ਹੋ ਜਣ ਤਾਂ ਬਹੁਤ ਸਾਰੇ ਬੱਚੇ ਪੜ੍ਹ ਲੈ ਕੇ ਅੱਗੇ ਵਧ ਸਕਦੇ ਆ। ਅਸੀਂ ਨਾਲ ਹੀ ਇੱਕ ਗੱਲ ਹੋਰ ਕਰਨੀ ਹੈ ਪੰਜਾਬ ਦੀ ਉਸਤੀ ਦੀ ਜਿਹੜੇ ਬੱਸ ਡਰਾਈਵਰ ਦੀ ਧੀ ਹੈ ਪ੍ਰਾਈਮੇਰੀਆ ਟੀਵੀ ਦੇ ਪੱਤਰਕਾਰ ਗਵਿੰਦਰ ਜੰਗੀਆ ਨੇ ਗੱਲਬਾਤ ਕੀਤੀ ਇਹਨਾਂ ਦੇ ਨਾਲ ਇਸ ਧੀ ਦੇ ਨਾਲ ਜਦੋਂ ਗੱਲਬਾਤ ਕੀਤੀ ਜਾ ਰਹੀ ਸੀ ਤਾਂ ਮੈਨੂੰ ਇੱਕ ਬਹੁਤ ਵਧੀਆ ਗੱਲ ਲੱਗੀ ਵਿੱਚੋਂ ਦੇਖਣ ਨੂੰ ਉਹ ਕਹਿੰਦੇ ਕਿ ਵਿਦੇਸ਼ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਾ ਰਹੇ ਆ। ਸਾਰੇ ਤੁਰਦੇ ਚੱਲੋ ਵਿਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੈਗਾ ਪੰਜਾਬ ਦੇ ਵਿੱਚ ਭੀੜ ਦੇ ਵਿੱਚੋਂ ਪਛਾਣ ਵੱਖਰੀ ਬਣਾਉਣ ਦੇ ਲਈ ਇਸ ਕਿੱਤੇ ਨੂੰ ਚੁਣਿਆ ਕਿਉਂ ਕਿਉਂਕਿ ਇੱਧਰ ਰਿਸਪੈਕਟ ਵੀ ਹੈ ਜਦੋਂ ਕਹਿੰਦੇ ਮੈਂ ਕਿਸੇ ਨੂੰ ਦੇਖਦੇ ਹੁੰਨੇ ਸੀ ਜਾਂ ਸੁਣਦੇ ਹੁੰਨੇ ਸੀ ਵਧੀਆ ਲੱਗਦਾ ਸੀ ਉਹ ਚੀਜ਼ ਮਨ 'ਚ ਬਿਠਾ ਲਈ ਤਾਂ ਫਿਰ ਅੱਗੇ-ਅੱਗੇ ਬਦਲਣਾ ਸ਼ੁਰੂ ਕੀਤਾ ਪਰ ਬਹੁਤ ਸਾਰੇ ਬੱਚੇ ਜਿਹੜੇ ਕਹਿੰਦੇ ਸੀ ਜਾਣਾ ਹੀ ਵਿਦੇਸ਼ ਵਿੱਚ ਹੈ ਉੱਥੇ ਹੀ ਸਾਰਾ ਕੁਝ ਹੈ ਇੱਥੇ ਕੁਝ ਵੀ ਨਹੀਂਗਾ ਉਹ ਵੀ ਖਾਸ ਤੌਰ ਤੇ ਦੇਖਣ ਮਾਪਿਆਂ ਲਈ ਵੀ ਇੱਥੇ ਹੀ ਦੇਖਣ ਵਾਲੀ ਹੈ ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਸਾਰਿਆਂ ਦੇ ਬੱਚੇ ਜੱਜ ਲੱਗ ਜਾਣਗੇ ਪਰ ਇੱਕ ਸੋਚ ਬਦਲ ਸਕਦੀ ਹੈ ਬੱਚਿਆਂ ਨੂੰ ਤਾਂ ਬਸ ਪਾਲਿਸ਼ ਕਰਨ ਦੀ ਲੋੜ ਆ ਨਾ ਬੱਚਿਆਂ ਦੇ ਕੋਲ ਤਾਂ ਸਾਰਾ ਕੁਝ ਹੈਗਾ ਬੱਚੇ ਕਿਸ ਹੱਬ ਦੇ ਨਾਲ ਕੋਈ ਸਲੋ ਲਰਨਰ ਹੁੰਦਾ ਕੋਈ ਫਾਸਟ ਹੁੰਦਾ ਕੋਈ ਹੌਲੀ-ਹੌਲੀ ਤਿੰਨ-ਚਾਰ ਵਾਰੀ ਪੜ੍ਹ ਲੈਂਦਾ ਕੋਈ ਇੱਕ ਵਾਰੀ ਪੜ੍ਹ ਕੇ ਸਮਝ ਆ ਜਾਂਦਾ ਪਰ ਬੱਚੇ ਨੂੰ ਅੱਗੇ ਵੱਲ ਵਧਾਉਣ ਦੇ ਲਈ ਸਾਥ ਦੇਣਾ ਜ਼ਰੂਰੀ ਹੁੰਦਾ ਗਵਿੰਦਰ ਚੰਗੀਆਰਾ ਹੋਰਾਂ ਨੇ ਇਸ ਤੀਨਾਂ ਗੱਲ ਕੀਤੀ ਹੈ ਉਧਰ ਵੀ ਦੇਖਦੇ ਹਾਂ ਕਿ ਮੈਂ ਸਫਰ طے ਕੀਤਾ ਕਿਉਂਕਿ ਜੱਜ ਬੰਨਾ ਕਾਫੀ ਔਖਾ ਹੁੰਦਾ ਬਹੁਤ ਪੜ੍ਹਨਾ ਪੈਂਦਾ ਕਿ ਮੈਂ ਸਫਰ ਤੈ ਕੀਤਾ ਸਾਰਾ ਸਰ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸਕੂਲਿੰਗ ਕੀਤੀ ਬੀਜੀਐਸ ਪਬਲਿਕ ਸਕੂਲ ਬਰਨਾਲਾ ਤੇ ਫਿਰ ਉਸ ਤੋਂ ਬਾਅਦ ਮੈਂ ਜੀਐਸਜੀ ਇੰਸਟੀਟਿਊਟ ਆਫ ਲਾ ਸਿਧਵਾ ਖੁੰਡ ਤੋਂ ਮੈਂ ਆਪਣੀ ਬੀਏ ਐਲਐਲਬੀ ਆਨਰਸ ਕੀਤੀ ਤੇ ਉਸ ਤੋਂ ਫਿਰ ਮੈਂ ਉਸ ਤੋਂ ਬਾਅਦ ਮੈਂ ਕੋਚਿੰਗ ਲਈ ਡਿਵਾਈਨ ਇੰਸਟੀਟਿਊਟ ਆਫ ਜੁਡੀਸ਼ੀਅਲ ਸਰਵਿਸਸ ਚੰਡੀਗੜ੍ਹ ਤੋਂ ਬਸ ਫਿਰ ਡੇਢ ਸਾਲ ਮੈਂ ਲੈ ਕੇ ਕੋਚਿੰਗ ਉਸ ਤੋਂ ਬਾਅਦ ਮੈਂ ਇਹ ਐਗਜ਼ਾਮ ਦਿੱਤਾ ਐਂਡ ਇਟਸ ਮਾਈ ਫਰਸਟ ਅਟੈਂਪਟ ਤੇ ਮੈਂ ਫਰਸਟ ਅਟੈਂਪਟ ਦੇ ਵਿੱਚ ਇਹ ਕ੍ਰੈਕ ਕੀਤਾ ਜੀ ਤਾਂ ਅੱਜ ਜਦੋਂ ਮਿਹਨਤ ਦਾ ਮੁੱਲ ਮਿਲ ਗਿਆ ਅੱਜ ਜੱਜ ਬਣ ਚੁੱਕਿਓ ਕਿੰਨੇ ਕੁ ਖੁਸ਼ੀ ਆ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਜੀ ਆਈ ਡੋਟ ਨੋ ਹਾਊ ਟੂ ਐਕਸਪ੍ਰੈਸ ਥਿਸ ਤੁਸੀਂ ਸਮਝ ਸਕਦੇ ਹੋ ਇਹ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਕਿ ਹਾਂ ਤੁਸੀਂ ਜੱਜ ਦੇ ਇਸ ਪੋਸਟ ਹਾਸਿਲ ਕੀਤੀ ਹੈ ਹਾਂਜੀ ਤੇ ਮਿਹਨਤ ਕਿੰਨੀ ਕ ਕਰਨੀ ਪਈ ਕਿਉਂਕਿ ਸੌਖਾ ਨਹੀਂ ਹੁੰਦਾ ਉਸ ਤੱਕ ਪਹੁੰਚਣਾ ਕਿੰਨਾ ਕ ਪੜ੍ਹਦੇ ਸੀ ਦਰ ਰਾਤ ਪੜ੍ਹਦੇ ਸੀ ਕਿੰਨਾ ਕ ਪੜੇ ਪੜਾਈ ਕਿੰਨੀ ਕੀਤੀ ਮੈਂ ਤਾਂ ਬਹੁਤ ਕੀਤੀ ਹੈ ਜੀ ਕਿਉਂਕਿ ਜੱਜ ਬਣਨ ਲਈ ਬਿਨਾ ਮਿਹਨਤ ਤੋਂ ਕੁਝ ਨਹੀਂ ਹੋ ਸਕਦਾ ਜੀ ਹਾਂਜੀ ਕਿ ਮੈਂ ਕ ਪੜ੍ਹਦੇ ਸੀ ਡੇਲੀ ਡੇਲੀ ਮੈਂ ਸੱਤ ਤੋਂ ਅੱਠ ਘੰਟੇ ਤੱਕ ਪੜ੍ਹਨਾ ਹੀ ਹੁੰਦਾ ਸੀ ਜਿਵੇਂ ਦਿਨ ਰਾਤ ਲਾ ਕੇ ਹਾਂਜੀ ਮਤਲਬ ਮੇਰਾ ਕਨਸੈਂਟਰੇਸ਼ਨ ਪਾਵਰ ਸੀ ਥੋੜਾ ਜਾ ਜ਼ਿਆਦਾ ਹੁੰਦਾ ਸੀ ਇਸ ਕਰਕੇ ਮੈਂ 10 12 ਘੰਟਿਆਂ ਦੀ ਚੀਜ਼ ਮੈਂ 8 ਘੰਟਿਆਂ ਦੇ ਵਿੱਚ ਕਰ ਲੈਂਦੀ ਹੁੰਦੀ ਸੀ ਸਾਰਾ ਹਾਂਜੀ ਅਸੀਂ ਸੋਚਿਆ ਕਦੋਂ ਸੀਗਾ ਕਿਉਂਕਿ ਛੋਟੇ ਹੁੰਦੇ ਤਾਂ ਆਪਣੇ ਬਹੁਤ ਸਾਰੇ ਸੁਪਨੇ ਹੁੰਦੇ ਆ ਕਿ ਐਦਾਂ ਬਣਾਗੇ ਉਹ ਕਰਾਂਗੇ ਤੁਸੀਂ ਕਦੋਂ ਸੋਚ ਲਿਆ ਕਿ ਜੱਜੀ ਬਣਨਾ ਛੋਟੇ ਹੁੰਦੇ ਤੇ ਸੁਪਨਾ ਸੀ ਮੇਰੇ ਮੰਮਾ ਨੇ ਮੈਨੂੰ ਚਿਲਡਰਨਸ ਡੇ ਤੇ ਮੈਨੂੰ ਐਡਵੋਕੇਟ ਬਣਾਇਆ ਸੀ ਸਕੂਲ ਦੇ ਵਿੱਚ ਅੱਛਾ ਹਾਂਜੀ ਤੇ ਮੈਂ ਉਸ ਉਸ ਦਿਨ ਤੋਂ ਬਾਅਦ ਹੀ ਮੈਂ ਸੋਚ ਲਿਆ ਸੀ ਕਿ ਹਾਂ ਮੈਂ ਇਸ ਲਾ ਫੀਲਡ ਦੇ ਵਿੱਚ ਹੀ ਜਾਣਾ ਹਾਂ ਹਾਂਜੀ ਉਸ ਤੋਂ ਬਾਅਦ ਫਿਰ ਮੇਰਾ ਇਹ ਪਹਿਲਾ ਐਡਵੋਕੇਟ ਦਾ ਫਿਰ ਉਸ ਤੋਂ ਬਾਅਦ ਦੇਖਦੇ ਗਏ ਦੇਖਦੇ ਗਏ ਜਦੋਂ ਲਾ ਫੀਲਡ ਦੇ ਵਿੱਚ ਆਏ ਅਸੀਂ ਕੋਰਟ ਦੇ ਵਿੱਚ ਜਾਂਦੇ ਇੰਟਰਨਸ਼ਿਪਸ ਲਗਾਈਆਂ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਐਡਵੋਕੇਟ ਨਹੀਂ ਜੋ ਜੱਜ ਦੀ ਲਾਈਫ ਹੈ ਜਦੋਂ ਅਸੀਂ ਇੰਟਰਨਸ਼ਿਪਸ ਲਾਈਆਂ ਜੱਜ ਨੂੰ ਦੇਖਿਆ ਜੱਜ ਦੀ ਲਾਈਫ ਹੈ ਜੋ ਪਾਵਰ ਹੈ ਜੋ ਰੈਪਿਊਟੇਸ਼ਨ ਹੈ ਜੱਜ ਦੀ ਫਿਰ ਉਸ ਤੋਂ ਬਾਅਦ ਖੁਦ ਨੂੰ ਇਹ ਮੋਟੀਵੇਟ ਕੀਤਾ ਕਿ ਹਾਂ ਨਹੀਂ ਐਡਵੋਕੇਟ ਨਹੀਂ ਹੁਣ ਤਾਂ ਜੱਜ ਹੀ ਬੰਨਾ ਹਾਂ ਹਾਂਜੀ ਇਹੀ ਸੋਚ ਲਿਆ ਸੀ ਜੱਜ ਹੀ ਬੰਨਾ ਵੀ ਐਡਵੋਕੇਟ ਤਾਂ ਗੱਲ ਛੋਟੀ ਆ ਹਾਂਜੀ ਮੈਂ ਚੰਡੀਗੜ੍ਹ ਹੀ ਮੈਂ ਕੋਚਿੰਗ ਜਦੋਂ ਲੈਣ ਗਈ ਸੀ ਇਹੀ ਸੋਚ ਕੇ ਗਈ ਸੀ ਕਿ ਜੱਜ ਬਣ ਕੇ ਹੀ ਘਰੇ ਵਾਪਸ ਆਉਣਾ ਉਦੋਂ ਤੱਕ ਨਹੀਂ ਆਉਣਾ ਜਦ ਤੱਕ ਜੱਜ ਨਹੀਂ ਬਣਦੀ ਹਾਂਜੀ ਤਾਂ ਹੁਣ ਜੱਜ ਬਣ ਕੇ ਆਇਓ ਫਿਰ ਹਾਂਜੀ ਹਾਂਜੀ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਬੀਕ ਕੁੜੀ ਜੱਜ ਬਣ ਗਈ ਕਿ ਹੋ ਜਾ ਮਾਹੌਲ ਸੀ ਕਰੇ ਬਹੁਤ ਹੀ ਜੀ ਵਿਆਹ ਵਰਗਾ ਮਾਹੌਲ ਸੀ ਸਾਰੇ ਖੁਸ਼ੀ ਦੀ ਲਹਿਰ ਸੀ ਸਾਰਿਆਂ ਦੀ ਜੀ ਹਾਂਜੀ ਅੱਛਾ ਜਦੋਂ ਇੱਕ ਕੁੜੀ ਅੱਜਕੱਲ ਟ੍ਰੈਂਡ ਚੱਲ ਰਿਹਾ ਹੈਗਾ ਕਿ ਹਰ ਇੱਕ ਨੂੰ ਇਹ ਆ ਕਿ ਸਾਡੇ ਲਾਈਫ ਜਿਹੜੀ ਐ ਸਿਕਿਉਰ ਆ ਉਹ ਬਾਹਰ ਹੀ ਆ ਪਲੱਸ 2 ਕਰਕੇ ਹਰ ਕੋਈ ਬਾਹਰ ਜਾਣਾ ਚਾਹੁੰਦਾ ਤੁਸੀਂ ਕਿਵੇਂ ਸੋਚਿਆ ਤੁਸੀਂ ਨਹੀਂ ਸੋਚਿਆ ਜਾਂ ਪੇਰੈਂਟਸ ਨੇ ਤੁਹਾਨੂੰ ਨਹੀਂ ਕਿਹਾ ਕਿ ਤੂੰ ਵੀ ਕੁੜੀ ਐ ਬਾਹਰ ਚਲੀ ਜਾ ਇੱਥੇ ਪੜ ਕੇ ਨਹੀਂ ਕੁਝ ਬੰਨਣਾ ਜਾਂ ਵਿਸ਼ਵਾਸ ਸੀ ਕਿ ਜੇ ਪੜਾਂਗੇ ਤਾਂ ਨੌਕਰੀ ਮਿਲੂ ਮੇਰੇ ਫਾਦਰ ਦਿੱਤੇ ਮੇਰੀ ਦੋਨਾਂ ਦੀ ਇਹੀ ਸੋਚ ਸੀ ਕਿ ਫੋਰਨ ਦੇ ਵਿੱਚ ਤਾਂ ਜਾਣਾ ਹੀ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਫੋਰਨ ਚ ਜਾ ਕੇ ਉੱਥੇ ਜਾ ਕੇ ਕੋਈ ਇਦਾਂ ਦੀ ਆਪਾਂ ਨੂੰ ਹਾਈਲੀ ਰੈਪਿਊਟਡ ਜੌਬ ਤਾਂ ਨਹੀਂ ਮਿਲ ਸਕਦੀ ਇਕਦਮ ਹੀ ਜਾ ਕੇ ਆਪਾਂ ਨੂੰ ਬਹੁਤ ਹਾਰਡ ਵਰਕ ਕਰਨਾ ਪਊ ਤਾਂ ਜਾ ਕੇ ਆਪਾਂ ਨੂੰ ਕੋਈ ਨਾਰਮਲ ਜੌਬ ਮਿਲਦੀ ਹੈ ਉੱਥੇ ਜਾ ਕੇ ਇਸ ਕਰਕੇ ਮੇਰੇ ਫਾਦਰ ਨੇ ਇਹੀ ਮੋਟੀਵੇਟ ਕੀਤਾ ਸੀ ਕਿ ਤੁਸੀਂ ਇੱਥੇ ਰਹਿ ਕੇ ਹੀ ਇੱਥੇ ਰਹਿ ਕੇ ਹੀ ਮੈਂ ਤੁਹਾਨੂੰ ਬਾਹਰ ਨਹੀਂ ਭੇਜਣਾ ਜੋ ਵੀ ਕਰਨਾ ਇੱਥੇ ਰਹਿ ਕੇ ਕਰਨਾ ਤੇ ਆਪਣਾ ਫਿਊਚਰ ਸੈਕੂਅਰ ਕਰਨਾ ਪਰ ਤੁਸੀਂ ਮੰਨ ਲਈ ਸੀ ਗੱਲ ਵੀ ਇੱਥੇ ਰਵਾਂਗੇ ਇੱਥੇ ਪੜ੍ਹਾਂਗੇ ਹਾਂਜੀ ਮੇਰੀ ਵੀ ਇਹੀ ਸੋਚ ਸੀ ਕਿ ਮੈਂ ਬਾਹਰ ਤਾਂ ਜਾਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਪੇਰੈਂਟਸ ਨਾਲ ਰਹਿਣਾ ਉੱਥੇ ਜਾ ਕੇ ਆਪਾਂ ਨੂੰ ਕੋਈ ਪ੍ਰੋਬਲਮ ਆਵੇ ਆਪਾਂ ਕਿਸੇ ਨੂੰ ਆਪਣਾ ਦੁੱਖ ਸੁੱਖ ਨਹੀਂ ਸਾਂਝਾ ਕਰ ਸਕਦੇ ਆਪਾਂ ਉੱਥੇ ਇਕੱਲੇ ਰਹਿ ਜੰਨੇ ਆ ਪਰ ਆਪਣੇ ਜੋ ਮਾਪੇ ਨੇ ਆਪ ਸਾਰੀ ਆਪਣੀ ਜ਼ਿੰਦਗੀ ਲਗਾ ਦਿੰਦੇ ਨੇ ਆਪਾਂ ਨੂੰ ਇਸ ਮਕਾਮ ਤੱਕ ਹਾਸਲ ਕਰਨ ਲਈ ਤੇ ਆਪਾਂ ਬਾਹਰ ਜਾ ਕੇ ਉਹਨਾਂ ਨੂੰ ਪੇ ਆਫ ਹੀ ਨਾ ਕਰ ਸਕੀਏ ਫਿਰ ਕੀ ਫਾਇਦਾ ਇਸ ਚੀਜ਼ ਦਾ ਤਾਂ ਤੁਹਾਡੇ ਹੱਥ ਦੇ ਵਿੱਚ ਪਾਵਰ ਆਈ ਹੈ ਜੱਜ ਬਣਿਓ ਇੱਕ ਜੁਡੀਸ਼ੀਅਰ ਤੇ ਬੜੇ ਸਵਾਲ ਵੀ ਉੱਠਦੇ ਆ ਕਿ ਆਪਣੇ ਸਲੋ ਬਹੁਤ ਹੁੰਦਾ ਕੰਮ ਤਰੀਕਾਂ ਬਹੁਤ ਪੈਂਦੀਆਂ ਨੇ ਤੁਹਾਨੂੰ ਮੌਕਾ ਮਿਲਿਆ ਤਾਂ ਕੋਸ਼ਿਸ਼ ਰਹੂਗੀ ਕਿ ਇਨਸਾਫ ਜਲਦੀ ਕੀਤਾ ਜਾਵੇ ਲੋਕਾਂ ਨੂੰ ਆਫ ਕੋਰਸ ਸਰ ਮੇਰਾ ਇਹੀ ਮੋਟਿਵ ਹੀ ਮੇਰਾ ਇਹੀ ਹੈ ਕਿ ਮੈਂ ਜਸਟਿਸ ਦੇਵਾਂ ਸਾਰਿਆਂ ਨੂੰ ਐਦਾਂ ਦਾ ਜਸਟਿਸ ਦੇਵਾਂ ਕਿ ਡਿਨਾਈ ਨਾ ਹੋਵੇ ਤੇ ਡਿਲੇ ਨਾ ਹੋਵੇ ਜਸਟਿਸ ਮੇਰੀ ਇਸ ਤਰ੍ਹਾਂ ਦੀ ਸੋਚ ਹੀ ਹੈ ਕਿ ਜੋ ਇੰਨੇ ਜ਼ਿਆਦਾ ਪੈਂਡਿੰਗ ਲਿਟੀਗੇਸ਼ਨਸ ਨੇਗੀਆਂ ਕੋਰਟ ਦੇ ਵਿੱਚ ਤਾਂ ਜੋ ਵੀ ਪਬਲਿਕ ਐਲੀਮਨ ਨੇ ਉਹਨਾਂ ਨੂੰ ਉਹਨਾਂ ਦੇ ਰਾਈਟਸ ਬਾਰੇ ਵੀ ਦੱਸਾਂ ਕਿ ਹਾਂ ਤੁਹਾਡੇ ਇਹ ਰਾਈਟਸ ਨੇ ਤੁਸੀਂ ਜਿਵੇਂ ਲੋਕ ਅਦਾਲਤਸ ਵਗੈਰਾ ਲੱਗਦੇ ਆ ਉੱਥੇ ਜਾ ਕੇ ਤੁਸੀਂ ਜਲਦੀ ਜਾ ਕੇ ਸਪੀਡਿਡ ਟ੍ਰਾਇਲ ਲੈ ਸਕਦੇ ਹੋ ਤੇ ਆਪਣਾ ਜੋ ਵੀ ਜਸਟਿਸ ਲੈ ਸਕਦੇ ਹੋ ਜਲਦੀ ਤਾਂ ਕਿ ਕੋਰਟ ਦੇ ਵਿੱਚ ਤੁਹਾਨੂੰ ਖਜਲ ਖਵਰਨਾ ਇੰਨਾ ਵੀ ਹੋਇਆ ਪਵੇ ਜੀ ਹਾਂ ਜੀ ਅਕਸਰ ਇੱਕ ਪੇਰੈਂਟਸ ਦੇ ਵੀ ਜਾਦੇ ਮਨਾਂ ਦੇ ਵਿੱਚ ਗੱਲ ਬੈਠ ਗਈ ਤੇ ਬੱਚਿਆਂ ਦੇ ਵੀ ਕਿ ਅਸੀਂ ਇੱਥੇ ਨਹੀਂ ਸਾਤੋਂ ਕੁਝ ਹੋ ਰਿਹਾ ਇੱਥੇ ਪੰਜਾਬ ਵਿੱਚ ਕੁਝ ਨਹੀਂ ਰਿਹਾ ਅਸੀਂ ਬਾਹਰ ਜਾਣਾ ਤੁਸੀਂ ਕੀ ਅਪੀਲ ਕਰੋਗੇ ਕਿ ਇੱਥੇ ਰਹਿ ਕੇ ਵੀ ਅਸੀਂ ਆਪਣੇ ਟਾਰਗੇਟ ਅਚੀਵ ਕਰ ਸਕਦੇ ਹਾਂ ਇੱਥੇ ਵੀ ਬਹੁਤ ਕੁਝ ਹੈ ਹਾਂਜੀ ਸਰ ਮੈਂ ਤਾਂ ਇਹੀ ਕਹੂੰਗੀ ਕੁਝ ਵੀ ਇੰਪੋਸੀਬਲ ਨਹੀਂ ਹੈਗਾ ਈਵਨ ਦਾ ਵਰਡ ਇੰਪੋਸੀਬਲ ਸੇਜ਼ ਆਈ ਏਮ ਪੋਸੀਬਲ ਜੀ ਇਸ ਕਰਕੇ ਜੇ ਮੈਂ ਜੱਜ ਬਣ ਸਕਦੀ ਆ ਤਾਂ ਸਾਰੇ ਹੀ ਜੱਜ ਬਣ ਸਕਦੇ ਆ ਮੈਂ ਇਹੀ ਅਪੀਲ ਕਰੂੰਗੀ ਕਿ ਬਾਹਰ ਜਾਣ ਦੇ ਸੁਪਨੇ ਨਾ ਲਓ ਤੇ ਇੱਥੇ ਹੀ ਆਪਣੇ ਸੁਪਨੇ ਪੂਰੇ ਕਰੋ ਆਪਣੇ ਮਾਪੇ ਨਾਲ ਰਹਿ ਕੇ ਆਪਣਾ ਫਿਊਚਰ ਸੈਕਿਉਰ ਕਰੋ ਅੱਛਾ ਜਿਹੜੇ ਨਵੇਂ ਬੱਚੇ ਸੁਣ ਰਹੇ ਨੇ ਹੋਣਗੇ ਤੁਹਾਨੂੰ ਜਿਹੜੇ ਬੰਨਾ ਚਾਹੁੰਦੇ ਆ ਜੱਜਸ ਲੈਂਡ ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਕਹੋਗੇ ਕਿ ਕੀ ਕੀ ਕਰਨਾ ਪੈਂਦਾ ਕਿੰਨਾ ਕੁ ਔਖਾ ਹੁੰਦਾ ਹੈ ਸਰ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਜਿਵੇਂ ਇਹਦੇ ਵਿੱਚ ਤਿੰਨ ਸਟੇजेस ਹੁੰਦੀਆਂ ਨੇ ਪ੍ਰੀ ਮੇਨਸ ਤੇ ਇੰਟਰਵਿਊ ਤਾਂ ਆਪਣੀ ਪ੍ਰੀ ਦੀ ਤਿਆਰੀ ਇਸ ਵੇ ਨਾਲ ਕਰੋ ਕਿ ਤੁਸੀਂ ਮੇਨਸ ਦਾ ਪੇਪਰ ਦੇਣਾ ਹੈ ਮਤਲਬ ਮੇਨਸ ਪੁਆਇੰਟ ਆਫ View ਤੋਂ ਤੁਸੀਂ ਪ੍ਰੀ ਦੀ ਤਿਆਰੀ ਕਰੋ ਫਿਰ ਤੁਹਾਡਾ ਪ੍ਰੀ ਕਲੀਅਰ ਹੋਊਗਾ ਫਿਰ ਤੁਸੀਂ ਮੇਨਸ ਦੀ ਜੋ ਤੁਹਾਡੀ ਅਨਸਰ ਰਾਈਟਿੰਗ ਹੁੰਦੀ ਹੈ ਇਹਦੇ ਵਿੱਚ ਉਹਦੀ ਪ੍ਰੈਕਟਿਸ ਤੁਸੀਂ ਪ੍ਰੀ ਜਦੋਂ ਤੁਹਾਡਾ ਹੋ ਗਿਆ ਉਦੋਂ ਬਾਅਦ ਹੀ ਸਟਾਰਟ ਕਰੋ ਉਦੋਂ ਪਹਿਲਾਂ ਹੀ ਕਰ ਦੋ ਮੈਂ ਤਾਂ ਕਹਿੰਨੀ ਆ ਜਦੋਂ ਤੁਸੀਂ ਕੋਚਿੰਗ ਲੈ ਰਹੇ ਹੋ ਜਾਂ ਤੁਸੀਂ ਸੈਲਫ ਸਟਡੀ ਕਰ ਰਹੇ ਹੋ ਆਪਣੀ ਆਨਸਰ ਰਾਈਟਿੰਗ ਦਾ ਛੱਡੋ ਕਿਉਂਕਿ ਮੇਨਸ ਦਾ ਪੇਪਰ ਹੈ ਜੋ ਉਹਨੇ ਹੀ ਤੁਹਾਨੂੰ ਮਾਰਕਸ ਵਿੱਚ ਕਰਾਉਣੇ ਆ ਜੀ ਹਾਂਜੀ ਟੀਚਰਾਂ ਦਾ ਰੋਲ ਕਿੰਨਾ ਹੁੰਦਾ ਕੋਚਿੰਗ ਦਾ ਰੋਲ ਕਿੱਲਾ ਹੁੰਦਾ ਤੇ ਸੈਲਫ ਸਟਡੀ ਕਿੰਨੀ ਕਰਨੀ ਪੈਂਦੀ ਸਰ ਟੀਚਰਸ ਦਾ ਰੋਲ ਇੱਕ ਆਪਾਂ ਨੂੰ ਇੱਕ ਮੈਂਟਰ ਤਾਂ ਜ਼ਰੂਰ ਚਾਹੀਦਾ ਹੁੰਦਾ ਮੇਰੇ ਹੈਗੇ ਆ ਗੁਰੂ ਜੀ ਮੇਰੇ ਕਨੁਪ੍ਰਿਆ ਗਰੇਵਾਲ ਮੈਮ ਡਿਵਾਈਨ ਅਕੈਡਮੀ ਤੋਂ ਤੇ ਉਹਨਾਂ ਨੇ ਮੈਨੂੰ ਦ ਵੈਰੀ ਫਰ अपना एक क्वेश्चन अटेम्प्ट ਕੀਤਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਪ੍ਰੀ ਕਲੀਅਰ ਕਰ ਲਈ ਤੂੰ ਤੇਰਾ ਮੇਨਸ ਨਹੀਂ ਕੋ ਛੱਡ ਸਕਦਾ ਤੂੰ ਮੇਨਸ ਕਲੀਅਰ ਕਰੇਂਗੀ ਤੇ ਤੂੰ ਜੱਜ ਬਣੇਗੀ ਬਸ ਫਿਰ ਮੈਂ ਉਸ ਤੋਂ ਬਾਅਦ ਮੈਨੂੰ ਇੰਨਾ ਕਾ ਜ਼ਿਆਦਾ ਮੋਟੀਵੇਟ ਕਰਿਆ ਉਹਨਾਂ ਨੇ টিਚਰਸ ਨੇ ਮੇਰੇ ਪੇਰੈਂਟਸ ਨੇ ਕਿ ਹਾਂ ਤੂੰ ਜੱਜ ਬਣ ਕੇ ਹੀ ਇੱਥੇ ਆਉਣਾ ਕਰੇ ਤੂੰ ਉਦੋਂ ਤੱਕ ਨਹੀਂ ਇੱਥੇ ਘਰੇ ਆਣਾ ਜਦੋਂ ਤੱਕ ਤੂੰ ਜੱਜ ਨਹੀਂ ਬਣਦੀ ਤੇ ਬਸ ਫਿਰ ਮੇਰਾ ਇਹੀ ਗੋਲ ਸੀਗਾ ਕਿ ਮੈਂ ਜੱਜ ਬਣ ਕੇ ਹੀ ਘਰੇ ਆਉਂਗੀ ਤੇ ਰਹੀ ਗੱਲ ਸਟੱਡੀ ਦੀ ਤਾਂ ਹਰ ਬੱਚੇ ਦਾ ਆਪਣਾ ਆਪਣੀ ਕਨਸੈਂਟਰੇਸ਼ਨ ਪਾਵਰ ਹੁੰਦੀ ਹੈ ਕਿ ਉਹ ਕਿੰਨਾ ਗ੍ਰੈਬ ਕਰ ਸਕਦਾ ਕਿੰਨੀ ਜਲਦੀ ਜੋ ਵੀ ਚੀਜ਼ਾਂ ਉਹ ਪੜ ਰਿਹਾ ਉਹ ਕਰ ਸਕਦਾ ਗ੍ਰੈਬ ਕਰ ਸਕਦਾ ਤਾਂ ਮੇਰਾ ਸੀਗਾ ਕਿ ਹਾਂ 8 ਘੰਟਿਆਂ ਦਾ ਮੈਂ 4 ਘੰਟਿਆਂ ਚ ਪੜ ਲੈਣਾ ਕਈ ਵਾਰ ਹੁਣ ਮੇਰੀ ਆਦਤ ਬਣ ਗਈ ਸੀ ਤੇ ਮੈਂ ਰਾਤ ਨੂੰ ਪੜ੍ਹਨ ਦੀ ਕਿਉਂਕਿ ਉਦੋਂ ਬਹੁਤ ਪੀਸ ਹੁੰਦੀ ਹੈ ਤਾਂ ਰਾਤ ਨੂੰ ਪੜ੍ਹਨ ਦੀ ਆਦਤ ਬਣ ਗਈ ਸੀ ਨਾਲ ਹੀ ਅਸੀਂ ਕੋਟ ਦੁੰਨੇ ਵਾਲੀ ਉਸਤਿੱਰ ਦੇ ਵੀ ਇੰਟਰਵਿਊ ਦੇਖਦੇ ਆ ਗਵਿੰਦਰ ਜੰਗਿਆਣਾ ਹੁਰਾ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਕਿਉਂਕਿ ਜਿਹੜੇ ਸੁਪਨੇ ਪਾਲ ਕੇ ਅੱਗੇ ਵੱਲ ਵਧੀ ਜਿਨ੍ਹਾਂ ਸੁਪਨਿਆਂ ਦੇ ਕਰਕੇ ਹਰ ਵੇਲੇ ਇਹ ਦੇਖਿਆ ਕਿ ਮੈਂ ਤਾਂ ਭਾਈ ਕੁਝ ਬਣਨਾ ਹੀ ਹੈ ਤੇ ਜੱਜੀ ਬਣਨਾ ਤੇ ਨੰ ਲੰਬਾ ਸਮਾਂ ਮਿਹਨਤ ਵੀ ਕੀਤੀ ਹੈ ਅਸੀਂ ਉਹ ਵੀ ਦੇਖਦੇ ਹਾਂ ਤਦੋਂ ਸੋਚਿਆ ਸੀਗਾ ਕਿ ਜੱਜੀ ਬਣ ਜਾਣਾ ਮੈਂ 10ਵੀਂ ਦੇ ਵਿੱਚ ਇਸ ਦੇ ਬਾਰੇ ਮੈਨੂੰ ਪਤਾ ਲੱਗਿਆ ਸੀ ਜੁਡੀਸ਼ਰੀ ਐਜ਼ ਅ ਬ੍ਰਾਂਚ ਮੈਨੂੰ ਪਤਾ ਲੱਗਿਆ ਸੀ ਔਰ ਮੈਨੂੰ ਬਹੁਤ ਫੈਸੀਨੇਟਿੰਗ ਲੱਗਿਆ ਉਸ ਟਾਈਮ ਮੈਨੂੰ ਸੀ ਕਿ ਮੈਂ ਇਹਦੇ ਬਾਰੇ ਪੜਾਂ ਹੋਰ ਥੋੜਾ ਬਹੁਤ ਰਿਸਰਚ ਕਰਾਂ ਕੀਤਾ ਤਾਂ ਪਤਾ ਲੱਗਿਆ ਕਿ ਕਰ ਸਕਦੀ ਆ ਮੇਰੇ ਚ ਕਪੈਸਿਟੀ ਹੈਗੀ ਆ ਔਰ ਇਹ ਪੇਪਰ ਦੀ ਜੋ ਡਿਮਾਂਡ ਸੀ ਮੈਂ ਉਹਨੂੰ ਸਮਝਿਆ ਡਿਮਾਂਡ ਨੂੰ ਸਮਝਦੇ ਹੋਏ ਤਿਆਰੀ ਕੀਤੀ ਤੇ ਫਾਈਨਲੀ ਕੈਲਕੂਲੇਟਿਡ ਸਟੈਪਸ ਲੈ ਕੇ ਗੋਲ ਅਚੀਵ ਕੀਤਾ ਮੈਂ ਬਣਾ ਹਾਂਜੀ ਅੱਜ ਕਿੰਨੀ ਖੁਸ਼ੀ ਆ ਫਿਰ ਬਹੁਤ ਖੁਸ਼ੀ ਹੋ ਰਹੀ ਹੈ ਜੋ ਵੀ ਮੈਂ ਮਿਹਨਤ ਕੀਤੀ ਜੋ ਵੀ ਰਾਤ ਨੂੰ ਬੈਠ ਕੇ ਪੜਿਆ ਜੋ ਵੀ ਮੈਨੂੰ ਪ੍ਰੋਬਲਮਸ ਆਈਆਂ ਸਾਰੀਆਂ ਇੱਕ ਲੱਗਿਆ ਇੱਕ ਪੁਆਇੰਟ ਦੇ ਇੱਕ ਟਾਈਮ ਤੇ ਆ ਕੇ ਬਿਲਕੁਲ ਸੈਟ ਅਪ ਹੋ ਗਿਆ ਸਾਰਾ ਕੁਝ ਹਿਸਾਬ ਜਿਵੇਂ ਚੁਕਤਾ ਕਰਦਾ ਹੋਵੇ ਰੱਬ ਨੇ ਐਦਾਂ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਇਤਨੇ ਪੀਪਰ ਜੱਜ ਦਾ ਹੋਵੇ ਜਾਂ ਯੂਪੀਐਸਸੀ ਹੋਵੇ ਆਪਾਂ ਕਹਿੰਦੇ ਨੇ ਕਿ ਬਹੁਤ ਟਫ ਆ ਬਹੁਤ ਜਿਆਦਾ ਪੜ੍ਹਨਾ ਪੈਂਦਾ ਕਿੰਨਾ ਕੁ ਪੜ੍ਹਨਾ ਪਿਆ ਕਿੰਨਾ ਕੁ ਜਿਆਦਾ ਔਖਾ ਲੱਗਿਆ ਜੀ ਆਪਾਂ ਪੇਪਰ ਨੂੰ ਟਫ ਉਹਦੋਂ ਕਹਿੰਦੇ ਆ ਜਦੋਂ ਆਪਾਂ ਨੂੰ ਉਹਦੇ ਬਾਰੇ ਪਤਾ ਨਹੀਂ ਹੁੰਦਾ ਜਿਸ ਨੂੰ ਪੇਪਰ ਦੇ ਬਾਰੇ ਪਤਾ ਲੱਗ ਗਿਆ ਉਹ ਕਹੂਗਾ ਟਫ ਹੈ ਪਰ ਕਰ ਸਕਦਾ ਤਾਂ ਕਰਕੇ ਇਹ ਇਹ ਸਿਰਫ ਇੱਕ ਨੋਲੇਜ ਦੇ ਬਾਰੇ ਆ ਜੇ ਤੁਹਾਨੂੰ ਪੇਪਰ ਦੀ ਡਿਮਾਂਡ ਪਤਾ ਲੱਗ ਗਈ ਡਿਮਾਂਡ ਪੇਪਰ ਪਤਾ ਲੱਗਣ ਤੋਂ ਬਾਅਦ ਤੁਸੀਂ ਪ੍ਰੈਪਰੇਸ਼ਨ ਵੀ ਉਸ ਅਕੋਰਡਿੰਗ ਕਰ ਲਈ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਪੇਪਰ ਇੰਪੋਸੀਬਲ ਹੈਗਾ ਸੇਮ ਗੋਜ਼ ਵਿਦ this paper ਤੁਸੀਂ ਜੱਜ ਦਾ ਪੇਪਰ ਵੀ ਉਸ ਅਕੋਰਡਿੰਗ ਦੋ ਤਾਂ ਕੋਈ ਐਦਾ ਨਹੀਂ ਕਿ ਤੁਸੀਂ ਨਹੀਂ ਕਰ ਸਕਦੇ ਇਟ ਇਜ਼ ਅ ਡੂਏਬਲ ਥਿੰਕ ਜੀ ਪਹਿਲੀ ਵਾਰ ਹੀ ਹੋ ਗਿਆ ਇਸ ਕਲੀਅਰ ਹਾਂਜੀ ਮੈਂ ਪਿਛਲੇ ਸਾਲ ਲਾ ਕੰਪਲੀਟ ਕੀਤੀ ਹੋਰ ਮੈਂ 2023 ਦੇ ਵਿੱਚ ਐਗਜ਼ਾਮ ਦਿੱਤਾ ਤੇ ਵਿਦ ਦਾ ਬਲੇਸਿੰਗਸ ਆਫ ਅਲ ਮਾਈਟੀ ਮੇਰਾ ਪਹਿਲੀ ਵਾਰ ਛੋ ਗਿਆ ਜੀ ਹਾਂਜੀ ਅੱਛਾ ਇਹ ਕਹੀ ਹੁੰਦਾ ਕਿ ਜਦੋਂ ਸੋਚਦੇ ਆਪਾਂ ਕੁਝ ਵੀ ਤੇ ਤੁਸੀਂ ਸੋਚਣ ਦਾ ਰੀਜਨ ਕੀ ਸੀਗਾ ਮਤਲਬ ਜੱਜ ਬਣਨ ਦਾ ਰੀਜਨ ਕੀ ਸੀ ਕਿਉਂ ਸੋਚਿਆ ਕਿ ਜੱਜੀ ਬਣਨਾ ਜੀ ਮੈਂ ਸੋਸਾਇਟੀ ਦੇ ਵਿੱਚ ਇੱਕ ਰਿਸਪੈਕਟ ਦੇਖੀ ਜੋ ਇੱਕ ਜੁਡੀਸ਼ੀਅਲ ਆਫੀਸਰ ਨੂੰ ਮਿਲਦੀ ਹੈ ਇੱਕ ਮੈਂ ਹੋਰ ਚੀਜ਼ ਦੇਖੀ ਕਿ ਜੁਡੀਸ਼ੀਅਲ ਆਫੀਸਰ ਜਿਹੜਾ ਉਹ ਇੱਕ ਇਨਸਾਨ ਦੀ ਜ਼ਿੰਦਗੀ ਇੱਕ ਪੰਨੇ ਤੋਂ ਦੂਸਰੇ ਪੰਨੇ ਚੇਂਜ ਕਰਕੇ ਰੱਖ ਦਿੰਦਾ ਸਿਰਫ ਇੱਕ ਜੁਡੀਸ਼ੀਅਲ ਆਫੀਸਰ ਦਾ ਦਿੱਤਾ ਹੋਇਆ ਫੈਸਲਾ ਤਾਂ ਮੈਂ ਦੇਖਿਆ ਕਿ ਉਸ ਪੈਨ ਦੇ ਵਿੱਚ ਕਿੰਨੀ ਪਾਵਰ ਹੈ ਉਸ ਪੈਨ ਦੀ ਜੋ ਉਹ ਲਿਖ ਰਿਹਾ ਉਹਦੇ ਵਿੱਚ ਕਿੰਨੀ ਪਾਵਰ ਹੈ ਉਹਦਾ ਐਗਜ਼ੀਕਿਊਸ਼ਨ ਹੁੰਦਾ ਹੈ ਲੋਕਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਤਾਂ ਮੈਂ ਦੇਖਿਆ ਕਿ ਗ੍ਰਾਸ ਰੂਟ ਲੈਵਲ ਦੇ ਉੱਤੇ ਕਿੰਨਾ ਜ਼ਿਆਦਾ ਇਫੈਕਟ ਕਰਦੀ ਹੈ ਇਸ ਚੀਜ਼ ਨੂੰ ਔਰ ਮੋਰਓਵਰ ਆਪਣੀ ਹੈ ਹੀ ਇੰਡੀਪੈਂਡੈਂਟ ਬ੍ਰਾਂਚ ਹੈ ਆਪਣੇ ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਨ ਦਾ ਜ਼ਿੰਮਾ ਆਪਣੀ ਜੁਡੀਸ਼ਰੀ ਦਾ ਤੇ ਮੈਂ ਖੁਦ ਨੂੰ ਫੋਰਚੂਨੇਟ ਮੰਨਦੀ ਹਾਂ ਇਸ ਬ੍ਰਾਂਚ ਦਾ ਪਾਰਟ ਬਣ ਕੇ ਅੱਜ ਪ੍ਰੋਸੈਸ ਚ ਕੀ ਹੁੰਦਾ ਬਹੁਤ ਸਾਰੇ ਬੱਚੇ ਤੁਹਾਨੂੰ ਸੁਣ ਰਹੇ ਹੋਣਗੇ ਜੇ ਜੱਜ ਬਣਨਾ ਚਾਹੁੰਦੇ ਨੇ ਕੀ ਪ੍ਰੋਸੈਸ ਹੁੰਦਾ ਪੜਾਈ ਕੀ ਕਰਨੀ ਪੈਂਦੀ ਆ ਕੋਚਿੰਗ ਕਿੰਨੀ ਕੁ ਲੈਣੀ ਪੈਂਦੀ ਆ ਜੀ ਜਿੱਦਾਂ ਇਹ ਐਗਜ਼ਾਮ ਹੈ ਇਹ ਤਿੰਨ ਸਟੇਜਸ ਦੇ ਵਿੱਚ ਹੁੰਦਾ ਹੈ ਪ੍ਰੀ ਦਾ ਮੇਨਸ ਦਾ ਔਰ ਇੰਟਰਵਿਊ ਦਾ ਪ੍ਰੀ ਦੇ ਵਿੱਚ ਐਮਸੀਕਿਊਸ ਕੁਐਸਚਨ ਹੁੰਦੇ ਨੇ ਉਹ ਤੁਸੀਂ ਜਸਟ ਕੁਆਲੀਫਾਈ ਕਰਨੇ ਹੁੰਦੇ ਨੇ ਉਹਦੇ ਮਾਰਕਸ ਫਾਈਨਲ ਮੈਰਿਟ ਲਿਸਟ ਦੇ ਵਿੱਚ ਐਡ ਨਹੀਂ ਹੁੰਦੇ ਉਹਨੂੰ ਤੁਸੀਂ ਕੁਆਲੀਫਾਈ ਕਰ ਲਿਆ ਫਿਰ ਤੁਸੀਂ ਮੇਨਸ ਸਟੇਜ ਦੇ ਵਿੱਚ ਪਹੁੰਚਦੇ ਹੋ ਉਹਦੇ ਵਿੱਚ ਪੰਜ ਪੇਪਰ ਹੁੰਦੇ ਨੇ ਉਹ ਪੰਜ ਪੇਪਰ ਤੁਸੀਂ 3 ਘੰਟੇ ਦੇ ਵਿੱਚ ਕੰਪਲੀਟ ਕਰਨੇ ਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੈ ਬਿਕਾਜ਼ ਉਹ ਪੰਜ ਪੇਪਰ ਤਿੰਨ ਦਿਨਾਂ 'ਚ ਹੁੰਦੇ ਆ ਤਿੰਨ ਘੰਟੇ ਮਾਰਨਿੰ ਇੱਕ ਘੰਟਾ ਬ੍ਰੇਕ ਲੈ ਕੇ ਫਿਰ 3 ਘੰਟੇ ਦੀ ਸ਼ਾਮ ਦੀ ਸ਼ਿਫਟ ਹੈ 6 ਘੰਟੇ ਤੁਸੀਂ ਪੂਰਾ ਦਿਨ ਬੈਠਦੇ ਹੋ ਤੇ ਲਿਖਦੇ ਹੋ ਤੇ 3 ਘੰਟੇ ਦੇ ਅੰਦਰ ਪੇਪਰ ਨੂੰ ਪੂਰਾ ਕਰਨਾ ਹੀ ਇੱਕ ਚੈਲੰਜ ਹੈ ਤਾਂ ਇਹ ਪੇਪਰ ਦੀ ਡਿਮਾਂਡ ਜਿਹੜੀ ਹੈ ਮੀਨਸ ਦੀ ਉਹ ਰਿਟਨ ਹੈ ਯਾਦ ਤੁਸੀਂ ਕਿੰਨਾ ਰੱਖਿਆ ਯਾਦ ਕਿੰਨਾ ਰੱਖ ਸਕਦੇ ਹੋ ਤੇ ਯਾਦ ਕੀਤਾ ਹੋਇਆ ਲਿਖ ਕਿਵੇਂ ਸਕਦੇ ਹੋ ਤੇ ਕਿੰਨਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਮੀਨਸ ਕਲੀਅਰ ਹੋ ਗਿਆ ਫਿਰ ਤੁਸੀਂ ਇੰਟਰਵਿਊ ਤੇ ਪਹੁੰਚਦੇ ਹੋ ਇੰਟਰਵਿਊ ਦਾ ਕੋਈ ਸਿਲੇਬਸ ਨਹੀਂ ਹੁੰਦਾ ਇੰਟਰਵਿਊ ਦੇ ਵਿੱਚ ਉਹ ਤੁਹਾਨੂੰ ਕਿੱਥੋਂ ਵੀ ਕੁਝ ਵੀ ਪੁੱਛ ਲੈਣਗੇ ਬਟ ਉੱਤੇ ਤੁਹਾਡੀ ਅਵੇਅਰਨੈਸ ਔਰ ਪ੍ਰੈਜ਼ੈਂਸ ਆਫ ਮਾਈਂਡ ਪਤਾ ਲੱਗਦੀ ਹੈ ਤੁਹਾਨੂੰ ਨਹੀਂ ਵੀ ਆਉਂਦਾ ਕੋਈ ਇਸ਼ੂ ਨਹੀਂ ਪੋਲਾਈਟਲੀ ਸੌਰੀ ਸਰ ਸੌਰੀ ਮੈਮ ਕਹਿ ਦੋ ਉਹ ਕੁਐਸਚਨ ਨੂੰ ਛੱਡ ਕੇ ਦੂਸਰੇ ਕੁਐਸਚਨ ਤੇ ਆ ਜਾਣਗੇ ਉਹਨੂੰ ਸਕਿਪ ਕਰ ਦੇਣਗੇ ਉਹਨਾਂ ਨੂੰ ਉਲਝਾਉਣਾ ਨਹੀਂ ਉਹਨਾਂ ਨੂੰ ਇਹ ਨਹੀਂ ਸ਼ੋ ਕਰਨਾ ਕਿ ਮੈਂ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦਾ ਤਜਰਬਾ ਬਹੁਤ ਹੈ ਉਹ ਤੁਹਾਡੀ ਉਹ ਗਲਤੀ ਨੂੰ ਉਸੇ ਟਾਈਮ ਫੜ ਲੈਣਗੇ ਤੇ ਉਹਦਾ ਅਸਰ ਤੁਹਾਨੂੰ ਆਪਣੇ ਮਾਰਕਸ ਤੇ ਦਿਖੂਗਾ ਇਸ ਲਈ ਉਥੇ ਓਨੈਸਟ ਰਹਿਣਾ ਹੈ ਇਮਾਨਦਾਰੀ ਨਾਲ ਜਵਾਬ ਦੇਣਾ ਨਹੀਂ ਆਉਂਦਾ ਤਾਂ ਕਹਿ ਦੇਣਾ ਕਿ ਮੈਨੂੰ ਨਹੀਂ ਆਉਂਦਾ ਉਹਨਾਂ ਨੂੰ ਵੀ ਪਤਾ ਹੈ ਤੁਸੀਂ ਮਸ਼ੀਨ ਨਹੀਂ ਹੈਗੇ ਤੁਹਾਨੂੰ ਸਭ ਕੁਝ ਨਹੀਂ ਆਉਂਦਾ ਹੁੰਦਾ ਲਾਅ ਇੰਨੀ ਵਾਸਟ ਚੀਜ਼ ਹੈ ਤੁਸੀਂ ਸਭ ਪੜ੍ਹ ਕੇ ਵੀ ਕੁਝ ਨਾ ਕੁਝ ਤੁਹਾਡਾ ਰਹਿ ਜਾਣਾ ਲਾਅ ਦੇ ਵਿੱਚੋਂ ਇਸ ਕਰਕੇ ਉਥੇ ਇਮਾਨਦਾਰੀ ਦਿਖਾਉਣੀ ਹੈ ਇੰਟਰਵਿਊ ਦੇ ਵਿੱਚ ਆਪਣੀ ਪਰਸਨੈਲਿਟੀ ਦੇ ਵਰਕ ਕਰਨਾ ਹੈ ਪਰਸਨੈਲਿਟੀ ਰਾਤੋਂ ਰਾਤ ਨਹੀਂ ਬਣੂਗੀ ਸ਼ੁਰੂ ਤੋਂ ਆਪਣੇ ਮੈਨਰਸ ਨੂੰ ਸਾਰੀਆਂ ਚੀਜ਼ਾਂ ਨੂੰ ਸਹੀ ਕਰੋ ਔਰ ਇੰਟਰਵਿਊ ਦੇ ਵਿੱਚ ਫਿਰ ਵਧੀਆ ਪਰਫਾਰਮ ਕਰੋ ਜੀ ਇੰਨੇ ਪੇਪਰ ਦੇਣੇ ਹੁੰਦੇ ਆ ਤੇ ਬਹੁਤ ਸਾਰੇ ਬੱਚੇ ਇਹ ਸੋਚਦੇ ਆ ਕਿ ਸਾਨੂੰ ਸੋਸ਼ਲ ਲਾਈਫ ਤੋਂ ਕੱਟ ਆਫ ਕਰਨਾ ਪੈਂਦਾ ਆ ਆਈਸੋਲਟ ਕਰਕੇ ਹੀ ਪੜ੍ਹਨਾ ਪੈਂਦਾ ਤੁਸੀਂ ਕਿਵੇਂ ਮੈਂਟੇਨ ਕੀਤਾ ਸੋਸ਼ਲ ਲਾਈਫ ਵੀ ਕਿਵੇਂ ਰਹੀ ਸੋਸ਼ਲ ਮੀਡੀਆ ਕਿੰਨਾ ਕੁ ਯੂਜ਼ ਕਰਦੇ ਸੀ ਜੀ ਅ ਬੱਚਿਆਂ ਨੂੰ ਇਹ ਵੀ ਬਹੁਤ ਵੱਡੀ ਗਲਤਫਹਿਮੀ ਹੈ ਕਿ ਤੁਸੀਂ ਆਈਸੋਲੇਟ ਹੋ ਕੇ ਪੜਨਾ ਆਈਸੋਲੇਟ ਇੱਕ ਨੈਗੇਟਿਵ ਟਰਮ ਹੈ ਆਈਸੋਲੇਸ਼ਨ ਡਿਪਰੈਸ਼ਨ ਦੇ ਇਕੁਇਵਲੈਂਟ ਹੈ ਮੇਰੇ ਅਕੋਰਡਿੰਗ ਤਾਂ ਆਈਸੋਲੇਟ ਨਹੀਂ ਹੋਣਾ ਜ਼ਰੂਰੀ ਨਹੀਂ ਕਿ ਤੁਸੀਂ ਸੋਸ਼ਲ ਲਾਈਫ ਕੱਟ ਆਫ ਕਰਤੀ ਸੋਸ਼ਲ ਮੀਡੀਆ ਪਲੈਟਫਾਰਮ ਬੰਦ ਕਰਤੇ ਤਾਂ ਇਹ ਕੋਈ ਗਰੰਟੀ ਨਹੀਂ ਕਿ ਤੁਹਾਡਾ ਪੇਪਰ ਹੋ ਜਾਏਗਾ ਵਿਚ ਮੀਨਸ ਕਿ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਜੇ ਤੁਹਾਡੀ ਫੇਸਬੁੱਕ ਇੰਸਟਾ ਜੋ ਵੀ ਤੁਸੀਂ ਚਲਾ ਰਹੇ ਹੋ ਜੇ ਤੁਸੀਂ ਉਹਨੂੰ ਸਹੀ ਯੂਜ਼ ਕਰਦੇ ਹੋ ਮੈਨੂੰ ਨਹੀਂ ਲੱਗਦਾ ਤੁਹਾਨੂੰ ਹਾਰਮ ਕਰੂਗਾ ਸੇਮ ਗੋਜ਼ ਵਿਦ ਦ ਇੰਟਰਨੈਟ ਇੰਟਰਨੈਟ ਤਾਂ ਇਨਫੈਕਟ ਇੱਕ ਆਪਾਂ ਨੂੰ ਵਰਦਾਨ ਦੀ ਤਰ੍ਹਾਂ ਮਿਲਿਆ ਹੋਇਆ ਉਹਨੂੰ ਸਹੀ ਯੂਜ਼ ਕਰੋ ਉਹ ਤੁਹਾਨੂੰ ਜੱਜ ਬਣਾਉਣ ਚ ਹੈਲਪ ਕਰੂਗਾ ਨਾ ਕਿ ਤੁਹਾਨੂੰ ਪਿੱਛੇ ਖਿੱਚੂਗਾ ਤਾਂ ਮੇਰਾ ਇਹ ਕਹਿਣਾਗਾ ਕਿ ਤੁਸੀਂ ਇੰਟਰਨੈਟ ਨੂੰ ਸਹੀ ਯੂਜ਼ ਕਰੋ ਇੰਟਰਨੈਟ ਬਹੁਤ ਵਧੀਆ ਚੀਜ਼ ਹੈ ਮੇਰੀ ਤਿਆਰੀ ਦੇ ਵਿੱਚ ਇੰਟਰਨੈਟ ਨੇ ਬਹੁਤ ਸਾਥ ਦਿੱਤਾ ਹੈ ਮੈਂ ਐਸਾ ਸੋਸ਼ਲ ਮੀਡੀਆ ਤੇ ਨਹੀਂ ਹੈਗੀ ਇਸ ਕਰਕੇ ਨਹੀਂ ਕਿ ਸੋਸ਼ਲ ਮੀਡੀਆ ਬੁਰੀ ਚੀਜ਼ ਹੈ ਇਸ ਕਰਕੇ ਕਿਉਂਕਿ ਮੇਰਾ ਇੰਟਰਸਟ ਨਹੀਂ ਹੈਗਾ ਸੀ ਬਾਕੀ ਜਿੰਨਾ ਦਾ ਹੈ ਪਲੀਜ਼ ਜ਼ਰੂਰੀ ਨਹੀਂ ਕਿ ਤੁਸੀਂ ਬੰਦ ਕਰੋਗੇ ਤਾਂ ਹੀ ਤੁਸੀਂ ਜੱਜ ਬਣੋਗੇ ਕਰਨਾ ਹੈ ਕੰਟੀਨਿਊ ਰੱਖੋ ਪਰ ਮੈਨੇਜ ਕਰੋ ਪੜਾਈ ਤੇ ਉਹਨੂੰ ਡੋਮਿਨੇਟ ਬਿਲਕੁਲ ਨਹੀਂ ਹੋਣ ਦੇਣਾ ਮੈਂ ਹਰ ਇੱਕ ਪੇਰੈਂਟਸ ਨੂੰ ਇਹੀ ਮੈਸੇਜ ਦੇਣਾ ਚਾਹਣਾ ਵੀ ਆਪਣੇ ਬੱਚਿਆਂ ਨੂੰ ਨਸ਼ੇ ਵੱਲ ਜਾਣ ਤੋਂ ਇੰਨਾ ਕਾ ਜ਼ਿਆਦਾ ਪਹਿਲਾਂ ਤੁਸੀਂ ਉਹਨਾਂ ਨੂੰ ਕੰਟਰੋਲ ਕਰਕੇ ਰੱਖੋ ਉਹਨਾਂ ਦੇ ਜਿਵੇਂ ਕਹਿੰਦੇ ਹੁੰਦੇ ਨਾ ਇੱਕ ਪੈਰਾਸ਼ੂਟ ਦੇ ਨੀਚੇ ਪਰਾ ਟਰੋਪਰ ਹੁੰਦਾ ਇਸ ਤਰ੍ਹਾਂ ਛਾਇਆ ਬਣ ਕੇ ਰਹੋ ਬੱਚਾ ਥੋੜੀ ਜੀ ਵੀ ਗਲਤੀ ਕਰਦਾ ਉਹਦੇ ਉੱਪਰ ਅਬਜ਼ਰਵੇਸ਼ਨ ਕਰਦੇ ਰਹੋ ਤੇ ਤੁਸੀਂ ਫੇਰ ਹੀ ਸাকਸੈਸਫੁਲ ਹੋਵੋਗੇ ਜੋ ਅੱਜ ਮੇਰੀ ਬੱਚੀ ਨੇ ਇੱਕ ਮਕਾਮ ਹਾਸਲ ਕੀਤਾ ਮੇਰਾ ਤੇ ਮੇਰੇ ਇੰਡੀਅਨ ਆਰਮੀ ਦੇ ਤੇ ਸਭ ਕਾ ਫੌਜੀਆ ਦਾ ਬਹੁਤ ਹੀ ਸਿਰ ਉੱਚਾ ਕੀਤਾ ਮੈਂ ਬਹੁਤ ਹੀ ਜ਼ਿਆਦਾ ਪ੍ਰਾਊਡ ਮਹਿਸੂਸ ਕਰਦਾ ਜਾਰਮੀ ਦੇ ਵਿੱਚ ਰਹੇ ਹਾਂ ਮੈਂ ਆਰਮੀ ਦੀ ਸਾਡੀ ਪੰਜਵੀਂ ਪੀੜੀ ਹੈ ਪੰਜ ਪੀੜੀਆਂ ਦੇ ਵਿੱਚੋਂ ਜੋ ਸਾਡਾ ਪਹਿਲਾ ਗਲੈਂਟਰੀ ਅਵਾਰਡ ਆ ਉਹ ਸੈਕੰਡ ਅਵਾਰਡ ਵਾਰ ਮੇਰੇ ਪਰਦਾਦਾ ਜੀ ਦਾ ਤੇ ਪੰਜਵੀਂ ਪੀੜੀ ਦੇ ਵਿੱਚ ਆ ਕੇ ਇੱਕ ਮੇਰੇ ਕੋਲੇ ਗਲੈਂਟ ਸੈਨਾ ਮੈਡਲ ਗਲੈਂਟਰੀ ਅਵਾਰਡ ਹੈ ਤੋਂ ਪੰਜਵੀਂ ਪੀੜੀ ਦੇ ਵਿੱਚ ਮੈਂ ਬੱਚਾ ਮੈਂ ਆਪਣਾ ਜੱਜ ਬਣਿਆ ਕਿਆ ਹੋਇਆ ਭਾਈ ਤੇ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਜਦੋਂ ਪਹਿਲਾਂ ਮਿਹਨਤ ਕਰਵਾਈ ਹੋ ਬਹੁਤ ਮੁਸ਼ਕਲਾਂ ਵੀ ਬਹੁਤ ਆਈਆਂ ਹੋਣਗੀਆਂ ਪੜ੍ਹਾਈ ਨੂੰ ਲੈ ਕੇ ਚੰਡੀਗੜ੍ਹ ਕੋਚਿੰਗ ਤੋਂ ਪਾਉਣ ਜਾਣਾ ਅੱਜ ਜਦੋਂ ਜੱਜ ਬਣ ਗਈ ਬੇਟੀ ਤਾਂ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਜੀ ਜਦੋਂ ਮੈਂ ਆਰਮੀ ਦੇ ਵਿੱਚ ਜਾਂਦਾ ਸੀ ਉਦੋਂ ਛੋਟੇ-ਛੋਟੇ ਇਹਨਾਂ ਬੱਚਿਆਂ ਨੂੰ ਛੱਡ ਕੇ ਜਾਂਦਾ ਸੀ ਉਹ ਇਹਨਾਂ ਦੀ ਮਾਂ ਪਿੱਛੇ ਹਰ ਚੀਜ਼ ਇਹਨਾਂ ਨੂੰ ਸਾਮ ਸਵਾਲ ਪੜ੍ਹਾਉਣਾ ਲਿਖਾਉਣਾ ਇਹ ਖੁਦ ਇਹਦੀ ਜ਼ਿੰਮੇਵਾਰੀ ਹੁੰਦੀ ਸੀ ਜੋ ਸਫਲਤਾ ਦੀ ਗੱਲ ਹੈ ਜੀ ਪਹਿਲਾਂ ਮੈਂ ਕਾਰਗਿਲ ਦੀ 8 ਮਈ ਤੋਂ 26 ਜੁਲਾਈ ਤੱਕ ਸਾਰੀ ਲੜਾਈ ਸਫਲਤਾ ਹਾਸਲ ਕਰਕੇ ਘਰੇ ਪਹੁੰਚਿਆ ਉਹੀ ਸਫਲਤਾ ਜੋ ਅੱਜ ਮੈਨੂੰ ਮਿਲੀ ਆ ਉਹ ਤੋਂ ਕਈ ਗੁਣਾ ਜ਼ਿਆਦਾ ਤਿਗਣੀ ਚੌਗਣੀ ਮੈਂ ਆਪਣੀ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ ਹੁਣ ਗੱਲ ਕਰਨੀ ਆ ਹਰਮਿਲਨ ਬੈਂਸਤੀ ਜਿਨੇ ਏਸ਼ੀਅਨ ਖੇਡਾਂ ਦੇ ਵਿੱਚ ਮੁਕਾਮ ਹਾਸਲ ਕੀਤਾ ਪੰਜਾਬ ਭਾਰਤ ਮਾਲਪੁਰ ਦੁਆਬੇ ਦਾ ਨਾਮ ਰੋਸ਼ਨ ਕੀਤਾ ਹਰਮਿਲਨ ਬੈਂਸ ਦੇ ਭਾਵੇਂ ਕੁਝ ਗਿਲੇ ਸ਼ਿਕਵੇ ਨੇ ਉਹ ਗਿਲੇ ਸ਼ਿਕਵੇ ਹੁਣੇ ਵੀ ਚਾਹੀਦੇ ਆ ਉਹ ਇਸ ਕਰਕੇ ਹੈ ਹਰਮਿਲਨ ਬੈਂਸ ਨੇ ਕਿਹਾ ਹੈ ਕਿ ਮੈਂ ਮਿਹਨਤ ਕਰਦੀਆਂ ਮੈਨੂੰ ਬਹੁਤ ਸਾਰੀ ਮਿਹਨਤ ਹਿਮਾਚਲ ਪ੍ਰਦੇਸ਼ 'ਚ ਜਾ ਕੇ ਕਰਨੀ ਪਈ ਉੱਥੋਂ ਦੀਆਂ ਗਰਾਊਂਡਾਂ ਜਾ ਕੇ ਕਰਨੀ ਪਈ ਕਿਉਂਕਿ ਗਰਾਊਂਡਾਂ ਨਹੀਂ ਸੀਗੀਆਂ ਇਹ ਗੱਲ ਬਿਲਕੁਲ ਠੀਕ ਹੈ ਅੱਜ ਵੀ ਕੋਸ਼ਕ ਸਿਆਸਤਦਾਨ ਵਕ-ਵਕ ਪਿੰਡਾਂ ਸ਼ਹਿਰਾਂ ਵਿੱਚ ਗਰਾਊਂਡਾਂ ਬਣਾਉਣ ਦੀ ਗੱਲ ਕਰਦੇ ਆ ਉਦਘਾਟਨ ਕਰ ਦਿੰਦੇ ਆ ਨੀ ਪੱਥਰ ਰੱਖਦੇ ਆ ਨੀ ਪੱਥਰ ਕਿਸ ਤਰ੍ਹਾਂ ਦਾ ਉਹ ਕਾਲੇ ਰੰਗ ਦਾ ਕਹਿ ਸਕਦੇ ਆ ਪੱਥਰ ਹੁੰਦਾ ਤੇ ਉੱਪਰ ਸਿਲਵਰ ਦੇ ਰੰਗ ਦੇ ਨਾਲ ਲਿਖ ਜਾਂਦੇ ਆ ਕਿ ਆਹ ਲਓ ਜੀ ਇੱਥੇ ਨੀ ਪੱਥਰ ਰੱਖ ਦਿੱਤਾ ਤੇ ਨੀ ਪੱਥਰ ਉੱਥੇ ਰਹਿੰ ਸਟੇਡੀਅਮ ਨਹੀਂ ਬਣਦੇ ਸਾਨੂੰ ਸਟੇਡੀਅਮ ਪੌੜੀਆਂ ਵੱਡੀਆਂ-ਵੱਡੀਆਂ ਸਟੇਜਾਂ ਬਣਾਉਣ ਦੀ ਜਰੂਰਤ ਨਹੀਂ ਉਸ ਸਟੇਜਾਂ ਦੇ ਮੋਰੇ ਇੱਕ ਟਰੈਕ ਬਣਾਉਣ ਦੀ ਜਰੂਰਤ ਹੈ ਜਿੱਥੇ ਬੱਚੇ ਦੌੜਨ ਉਸ ਗਰਾਊਂਡ ਦੇ ਵਿੱਚ ਉਹ ਵੱਖ-ਵੱਖ ਗਰਾਊਂਡਾਂ ਬਣਾਉਣ ਦੀ ਜਰੂਰਤ ਹੈ ਛੋਟੀਆਂ ਜਿੱਥੇ ਬੱਚੇ ਬੈਡਮਿੰਟਨ ਖੇਡ ਸਕਣ ਬਾਲੀਬਾਲ ਖੇਡ ਸਕਣ ਇੱਧਰ ਬਾਸਕਟਬਾਲ ਖੇਡ ਸਕਣ ਸਾਨੂੰ ਇਦਾਂ ਦੀ ਜਰੂਰਤ ਹੈ ਮੌਜੂਦਾ ਸਮੇਂ ਦੀ ਸਰਕਾਰ ਕਹਿੰਦੀ ਅਸੀਂ ਬੱਚਿਆਂ ਨੂੰ ਖੇਡਾਂ ਦੇ ਵਿੱਚ ਉੱਪਰ ਚੁੱਕਣ ਦੇ ਲਈ ਸਾਰੇ ਕੰਮ ਕਰਾਂਗੇ ਕਰਨੇ ਵੀ ਚਾਹੀਦੇ ਆ ਪਰ ਉੱਥੇ ਜਦੋਂ ਹਰਮਿਲਨ ਦੀ ਗੱਲ ਕਰਦੇ ਆ ਤੇ ਉਹਨ ਵੀ ਕਈ ਮੁਸੀਬਤਾਂ ਦੇ ਵਿੱਚੋਂ ਨਿਕਲ ਕੇ ਅੱਜ ਮੁਕਾਮ ਹਾਸਲ ਕੀਤਾ ਜਿਹੜਾ ਮੁਕਾਮ 21 ਸਾਲ ਪਹਿਲਾਂ ਉਹਨਾਂ ਦੀ ਮਾਤਾ ਜੀ ਨੇ ਹਾਸਲ ਕੀਤਾ ਸੀ ਅੱਜ 골ਡ ਮੈਡਲ ਜਿੱਤ ਕੇ ਸਿਲਵਰ ਮੈਡਲ ਜਿੱਤ ਕੇ ਉਹ ਮੁਕਾਮ ਤਾਂ ਹਰਮਿਲਨ ਨੇ ਵੀ ਸਾਹਮਣੇ ਲਿਆਂਦਾ ਹੀ ਆ ਮੁਕਾਮ ਤੇ ਪਹੁੰਚੀ ਆ ਪਰ ਪ੍ਰਾਈਮਰੀ ਸ਼ਰ ਟੀਵੀ ਦੇ ਪੱਤਰਕਾਰ ਗਵਿੰਦਰ ਚੰਗਿਆਣਾ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਹਰਮਿਲਨ ਬੈਂਸੁਰਾ ਇਸ ਮੁਲਾਕਾਤ ਦਾ ਦਿਖਾਉਣ ਦਾ ਮਕਸਦ ਕੀ ਹੈ ਕਿਉਂਕਿ ਜਿਹੜੀਆਂ ਗੱਲਾਂ ਹਰਮਿਲਨ ਬੈਂਸ ਨੇ ਕੀਤੀਆਂ ਨੇ ਕਿੱਥੇ ਸ਼ੁਰੂ ਕੀਤੀ ਸੀ ਮਿਹਨਤ ਕੀ ਹੈ ਹਾਲਾਂਕਿ ਉਹਨਾਂ ਦੇ ਪਿਤਾ ਜੀ ਦੇ ਵੀ ਕਈ ਇਤਰਾਜ਼ ਸੀਗੇ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਜਦੋਂ ਕੋਈ ਬੰਦਾ ਜਿੱਤ ਜਾਂਦਾ ਮੈਡਲ ਲੈ ਆਉਂਦਾ ਤਾਂ ਸਾਰਿਆਂ ਦਾ ਧਿਆਨ ਉੱਧਰ ਨੂੰ ਪੈਂਦਾ ਪਰ ਜਦੋਂ ਮਿਹਨਤ ਦੀ ਗੱਲ ਹੁੰਦੀ ਹੈ ਜਾਂ ਫਿਰ ਗਰਾਊਂਡ ਦੀ ਗੱਲ ਹੁੰਦੀ ਕੋਈ ਨਹੀਂ ਪੁੱਛਦਾ ਹਾਲਾਂਕਿ ਦੂਜੇ ਸੂਬਿਆਂ ਦੇ ਕੁਸ਼ਕ ਖਿਡਾਰੀ ਜਿਹੜੇ ਪੰਜਾਬ ਦੇ ਆ ਉਧਰ ਜਾ ਕੇ ਕਿਉਂ ਖੇਡਦੇ ਆ ਹਰਮਿਲਨ ਬੈਂਸ ਨੇ ਵੀ ਸੱਚ ਦੱਸਿਆ ਸੱਚ ਤਾਂ ਇਹ ਵੀ ਹੈ ਕਿ ਗਵਾਂਡੀ ਸੂਬੇ ਦੇ ਵਿੱਚ ਰਾਸ਼ੀ ਵੱਧ ਮਿਲਦੀ ਹੈ ਅਸੀਂ ਨਹੀਂ ਕਹਿੰਦੇ ਕਿ ਪੈਸਿਆਂ ਨਾਲ ਸਾਰਾ ਕੁਝ ਹੁੰਦਾ ਪਰ ਖਿਡਾਰੀ ਲਈ ਜਨ ਮਿਹਨਤ ਕੀਤੀ ਹੈ ਜਿਨੇ ਇੱਥੇ ਤੱਕ ਪਹੁੰਚਿਆ ਉਹਦੇ ਪਿੱਛੇ ਬਹੁਤ ਕੁਝ ਹੁੰਦਾ ਡਾਈਟ ਹੁੰਦੀ ਹੈ 에어 ਰਾਈਫਲ ਵਾਲੇ ਜਿਹੜੇ ਰਾਈਫਲਸ ਕਿੰਨੀਆਂ ਮਹਿੰਗੀਆਂ ਹੁੰਦੀਆਂ ਸਸਤਾ ਨਹੀਂ ਕੰਮ ਉਹ ਪਰ ਸਰਕਾਰ ਨੂੰ ਨਾਲ ਖੜਨਾ ਚਾਹੀਦਾ ਸਾਡੇ 75 ਲੱਖ ਰੁਪਏ ਮਿਲਦਾ ਪਰ ਉੱਤੇ 1.5 ਕਰੋੜ ਤੱਕ ਵੀ ਜਾਂਦੀ ਹੈ ਸਹੂਲਤ ਖਿਡਾਰੀਆਂ ਨੂੰ ਵੈਸੇ ਜ਼ਿਆਦਾਤਰ ਹੁੰਦਾ ਕਿ ਸਾਨੂੰ ਜਿਹੜੀ ਡਾਈਟ ਹੈ ਉਹ ਮਿਲਦੀ ਰਹੇ ਪ੍ਰੋਪਰ ਤਾਂ ਸਾਰਾ ਕੁਝ ਵਧੀਆ ਹੁੰਦਾ ਹਰਮਿਲਨ ਬੈਂਸੂਰ ਨਾਲ ਪ੍ਰਾਇਮਰੀਆ ਟੀਵੀ ਦੇ ਪੱਤਰਕਾਰ ਗੁਵਿੰਦਰ ਜੰਗੀਆਣਾ ਹੋਣਾ ਨੇ ਗੱਲਬਾਤ ਕੀਤੀ ਹੈ ਕਿਹੜੀਆਂ ਕਿਹੜੀਆਂ ਗੱਲਾਂ ਕਹੀ ਉਹ ਵੀ ਦੇਖ ਲੈਣੇ ਆ। ਇਸ ਖੇਡਾਂ ਦੇ ਵਿੱਚ ਇੱਕ ਮੈਡਲ ਜਿੱਤਣਾ ਔਖਾ ਹੋ ਜਾਂਦਾ ਪਰ ਤੁਹਾਡੇ ਹਿੱਸੇ ਦੋ ਮੈਡਲ ਆਏ ਆ। ਪ੍ਰਾਪਤੀ ਤੋਂ ਬਾਅਦ ਮੈਡਲ ਆਉਣ ਤੋਂ ਬਾਅਦ ਕਿੰਨੀ ਖੁਸ਼ੀ ਹੋਈ? ਖੁਸ਼ੀ ਤਾਂ ਬਿਆਨ ਨਹੀਂ ਕਰ ਸਕਦੀ ਪਰ ਮੈਂ ਇੰਨਾ ਜ਼ਰੂਰ ਦੱਸ ਸਕਦੀ ਹਾਂ ਕਿ ਜਿੰਨੀ ਖੁਸ਼ੀ ਮੈਨੂੰ ਸੀ ਜੀ ਉਨੀ ਖੁਸ਼ੀ ਮੇਰੇ ਘਰਦਿਆਂ ਨੇ ਮਨਾਈ ਆ ਤੇ ਉਨੀ ਮੇਰੇ ਇਲਾਕੇ ਨੇ ਤੇ ਉਨੀ ਪੰਜਾਬ ਨੇ ਕਿਉਂਕਿ ਮੈਨੂੰ ਇੰਨਾ ਪਿਆਰ ਕਦੇ ਨਹੀਂ ਮਿਲਿਆ ਜਿੰਨਾ ਮੈਨੂੰ ਇਸ ਵਾਰ ਮਿਲ ਗਿਆ। ਜੀ ਤੇ ਮੈਂ ਬਹੁਤ ਖੁਸ਼ ਐ ਇਸ ਚੀਜ਼ ਲਈ ਮਾਤਾ ਜੀ ਨੇ ਵੀ 2002 ਦੇ ਵਿੱਚ ਮੈਡਲ ਜਿੱਤਿਆ ਸੀ ਤੇ ਤੁਹਾਡੇ ਗੱਲ ਦੇ ਵਿੱਚ ਆ ਕੇ ਮੈਡਲ ਪਾਇਆ ਸੀ ਮਾਤਾ ਜੀ ਨੇ ਦੱਸਿਆ ਕਿ ਇਸੇ ਲਾਈਨ ਦੇ ਵਿੱਚ ਜਾਣਾ ਜਾਂ ਆਪਣਾ ਵੀ ਮਨ ਸੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਮੇਰੇ ਗੱਲ 'ਚ ਇੱਕ ਮੈਡਲ ਪਾਇਆ ਸੀ ਮੈਂ ਦੋ ਮੈਡਲ ਪਾਇਆ ਨਾ ਤੇ ਗਣੇ 'ਚ ਤੇ ਜਰੂਰ ਇਹਨਾਂ ਦਾ ਮਨ ਸੀ ਕਿ ਮੈਂ ਸਪੋਰਟਸ ਕਰਾਂ ਮੇਰੇ ਪਾਪਾ ਦਾ ਜ਼ਿਆਦਾ ਮਨ ਸੀਗਾ ਤੇ ਮਜਬੂਰੀ ਸਿਗੀ ਮੇਰੀ ਕੀ ਇਹਨਾਂ ਨੇ ਇਹਨਾਂ ਦਾ ਚਾਹ ਸੀਗੀ ਇਹ ਤੇ ਮੇਰੀ ਮਜਬੂਰੀ ਹੋ ਗਈ ਪਰ ਮੈਂ ਇਸ ਮਜਬੂਰੀ ਨੂੰ ਆਪਣਾ 100% ਦਿੱਤਾ ਮੈਂ ਟਾਈਮ ਵੇਸਟ ਨਹੀਂ ਕੀਤਾ ਜੋ ਮੈਨੂੰ ਵੈਲਿਊ ਸਿਖਾਈ ਸੀ ਮੇਰੇ ਦਾਦਾ ਜੀ ਤੇ ਦਾਦੀ ਨੇ ਟਾਈਮ ਦੀ ਮੈਂ ਉਹਦਾ ਜੋ ਪੂਰਾ ਪੂਰਾ ਯੂਜ਼ ਕੀਤਾ ਮੈਨੂੰ ਉਸ ਚੀਜ਼ ਦੀ ਬਹੁਤ ਖੁਸ਼ੀ ਹੈ ਨੈਸ਼ਨਲ ਰਿਕਾਰਡ ਦਾ ਹਿੱਸੇ ਆਏਗਾ ਕਿ ਪਹਿਲੇ ਵੱਡੇ ਇੰਟਰਨੈਸ਼ਨਲ ਟੂਰਨਾਮੈਂਟ ਤੇ ਗਏ ਜਦੋਂ ਗਏ ਸੀ ਰਿਸ ਹੁਣ ਤੋਂ ਪਹਿਲਾਂ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਐਡੇ ਵੱਡੇ ਇਵੈਂਟ ਦੇ ਵਿੱਚ ਖੇਡਣਾ ਹੈ ਐਡੇ ਵੱਡੇ ਟੂਰਨਾਮੈਂਟ ਦੇ ਵਿੱਚ ਖੇਡਣਾ ਸਭ ਤੋਂ ਪਹਿਲਾਂ ਤਾਂ ਇਸ ਟਾਈਮ ਮੈਂ ਬਹੁਤ ਜ਼ਿਆਦਾ ਰਿਲੈਕਸ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਆਪਣੀ ਜੋ ਮਿਹਨਤ ਕਰਕੇ ਗਈ ਮੈਨੂੰ ਉਸਤੇ ਬਹੁਤ ਜ਼ਿਆਦਾ ਭਰੋਸਾ ਸੀ ਜਦੋਂ ਇਹਦਾ ਕੁਆਲੀਫਾਈ ਕਰਨਾ ਸੀ ਉਸ ਟਾਈਮ ਮੇਰੇ ਦਿਲ 'ਚ ਜ਼ਰੂਰ ਘਬਰਾਹਟ ਸੀ ਕਿਉਂਕਿ ਮੈਂ ਬਿਨਾਂ ਸਪੀਡ ਵਰਕ ਤੋਂ ਆਪਰੇਸ਼ਨ ਤੋਂ ਬਾਅਦ ਪਹਿਲੀ ਨੈਸ਼ਨਲ ਸੀ ਤੇ ਬਿਨਾਂ ਸਪੀਡ ਵਰਕ ਤੋਂ ਜਾ ਰਹੀ ਸੀ ਤੇ ਕੁਆਲੀਫਾਈ ਕਰਨਾ ਜ਼ਿਆਦਾ ਇੰਪੋਰਟੈਂਟ ਸੀ ਤੇ ਏਸ਼ੀਅਨ ਖੇਡਾਂ ਲਈ ਮੈਂ ਅੱਛਾ ਸਪੀਡ ਵਰਕ ਵੀ ਕਰਕੇ ਜਾ ਰਹੀ ਸੀ ਤੇ ਮੈਂ ਬਹੁਤ ਕੌਨਫिडेंट ਵੀ ਸੀ ਇਹਨੂੰ ਲੈ ਕੇ ਤੇ ਮੇਨ ਸਾਰੇ ਪੁੱਛ ਰਹੇ ਸੀ ਕਿ ਤੂੰ ਕਿੰਨਾ ਇਨ ਰਿਲੈਕਸ ਕਿਵੇਂ ਆ ਏ ਮੈਂ ਬਿਆਨ ਨਹੀਂ ਕਰ ਸਕਦੀ ਮੈਂ ਮੈਨੂੰ ਮੇਰੀ ਮਿਹਨਤ ਤੇ ਯਕੀਨ ਸੀ ਗੋਡਰੀ ਸਰਜਰੀ ਤੋਂ ਬਾਅਦ ਇੱਕ ਪਲੇਅਰ ਲਈ ਬਹੁਤ ਔਖਾ ਹੁੰਦਾ ਜਦੋਂ ਕੋਈ ਸੱਟ ਵੱਜ ਜਾਂਦੀ ਹੈ ਨਾ ਇੱਕ ਜਿਹੜੀ ਠਹਿਰ ਆ ਜਾਂਦੀ ਆ ਉਦੋਂ ਬਾਅਦ ਉੱਭਰਨਾ ਬਹੁਤ ਔਖਾ ਕਿਵੇਂ ਰਿਹਾ ਜਦੋਂ ਸੱਟ ਵੱਜੀ ਉਦੋਂ ਬਾਅਦ ਕਿਵੇਂ ਉੱਭਰੇ ਇੱਥੋਂ ਫਿਰ ਕਿਵੇਂ ਪ੍ਰੈਕਟਿਸ ਚੱਲਦੀ ਰਹੀ ਪਹਿਲਾਂ ਤਾਂ ਸਰ ਇਹ ਇੱਕ ਪੇਨਸ ਹੀ ਮੇਰੇ ਜਨਵਰੀ 2 ਨੂੰ ਆ ਗਈ ਸੀ ਉਸ ਤੋਂ ਬਾਅਦ ਇਹਨੂੰ ਡਿਟੈਕਟ ਹੋਣ ਨੂੰ ਹੀ 4 ਮਹੀਨੇ ਲੱਗੇ April ਦੇ ਵਿੱਚ ਜਾ ਕੇ ਡਿਟੈਕਟ ਹੋਈ ਤੇ ਜਦ ਜਦ ਤੋਂ ਪਤਾ ਨਹੀਂ ਲੱਗ ਰਿਹਾ ਸੀ ਹੈ ਕਿ ਉਹ ਟਾਈਮ ਤਾਂ ਇੰਨਾ ਜ਼ਿਆਦਾ ਡਿਪਰੈਸਿੰਗ ਸੀ ਮੈਂ ਬਹੁਤ ਰੋਈ ਬਹੁਤ ਜ਼ਿਆਦਾ ਮੇਰਾ ਇੱਕ ਵੀ ਦਿਨ 4 ਮਹੀਨੇ ਚ ਇੱਕ ਵੀ ਦਿਨ ਨਹੀਂ ਮੈਂ ਹਸੀ ਸਿਰਫ ਰੋਈ ਜੋ ਤੁਮ ਨੂੰ ਪਤਾ ਲੱਗਾ ਕਿ ਪ੍ਰੋਬਲਮ ਕੀ ਹੈ ਡਾਕਟਰ ਮਨੀਦਰੋਣਾ ਜੀ ਨੇ ਕਿਹਾ ਕਿ ਅਸੀਂ ਇਹ ਦੇ ਇਹ ਇੱਕ ਆਪਸ਼ਨ ਹੈ ਥੈਟ ਇਜ਼ ਸਰਜਰੀ ਅਸੀਂ ਸਰਜਰੀ ਕਰਾਂਗੇ ਜਦੋਂ ਦੀ ਸਰਜਰੀ ਹੋਈ ਇੱਕ ਵਾਰ ਨੂੰ ਹੌਸਲਾ ਹੋਇਆ ਕਿ ਚਲੋ ਮੈਂ ਠੀਕ ਹੋ ਜੂੰਗੀ ਪਰ ਜਦੋਂ ਸਰਜੀ ਤੋਂ ਬਾਅਦ ਪਹਿਲੀ ਵਾਰ ਮੈਂ ਰੀਹੈਬਿਲਿ ਡੰਬਲ ਚੱਕਿਆ ਮੇਰੇ ਦੁਆਰਾ ਰੋਣਾ ਆ ਗਿਆ ਕਿ ਇੱਕ ਡੰਬਲ ਨਹੀਂ ਚੱਕਿਆ ਜਾ ਰਾ ਇੰਨੀ ਐਂਟੀਬਾਇਟਿਕਸ ਹੋ ਗਈ ਸੀ ਬਾਡੀ ਦੇ ਵਿੱਚ ਬਾਡੀ ਇੰਨੀ ਜਿਆਦਾ ਵੀਕ ਹੋ ਗਈ ਸੀ ਕਿ ਹੱਥ ਕੰਬ ਰਹੇ ਸੀ ਡੰਬਲ ਚੱਕਦੇ ਹੋਏ ਫਿਰ ਜਦੋਂ ਉਸ ਤੋਂ ਬਾਅਦ 6 ਮਹੀਨੇ ਬਾਅਦ ਮੈਂ ਪਹਿਲੀ ਵਾਰ ਦੌੜੀ ਰੀਹੈਬ ਕਰਦੇ ਸਟਰੋਂਗ ਤਾਂ ਹੋ ਗਈ ਮੈਂ ਜਦੋਂ 6 ਮਹੀਨੇ ਬਾਅਦ ਪਹਿਲੀ ਵਾਰ ਦੌੜੀ ਫਿਰ ਦੁਆਰਾ ਰੋਈ ਕਿ 12 12 ਕਿਲੋਮੀਟਰ ਦੌੜਨ ਵਾਲੀ ਕੁੜੀ ਅਜੇ ਕਲੈਪ ਤੇ ਥੱਕ ਗਈ ਜਾਂ ਇੱਕ ਚੱਕਰ ਤੇ ਇਨਾ ਥਾ ਸਾਂਹ ਚੜ ਗਿਆ ਉਸ ਤੋਂ ਬਾਅਦ ਇੱਥੇ ਦਾ ਕਹਾਣਾ ਬਹੁਤ ਜ਼ਿਆਦਾ ਔਖਾ ਸੀ ਸਪੈਸ਼ਲੀ ਜਦੋਂ ਮੈਂ ਪਹਿਲਾ ਨੈਸ਼ਨਲ ਜਿਹੜਾ ਆਲ ਇੰਡੀਆ ਯੂਨੀਵਰਸਿਟੀ ਹੈ ਉਹ ਖੇਲੀ ਤੇ ਉਦੋਂ ਮੈਨੂੰ ਯਾਦ ਆ ਕਿ ਜਿਹੜੇ ਮੇਰੇ ਪੁਰਾਣੇ ਕੋਚ ਸੀ ਉਹਨਾਂ ਨੇ ਕਿਹਾ ਸੀ ਕੁੜੀ ਹੁਣ ਦੋ 20 ਵੀ ਨਹੀਂ ਭੱਜਦੀ ਮੈਂ ਗਰਾਊਂਡ ਦੇ ਵਿੱਚ ਕਹਿ ਕੇ ਗਈ ਸੀ ਪਹਿਲੀ ਰੇਸ ਆ ਹੀਟ ਮੈਂ ਹੀਟ ਨਹੀਂ ਤੇਜ਼ ਭੱਜਣੀ ਨਹੀਂ ਸੀ ਤੇ 4 ਮਿੰਟ 25 ਸੈਕਿੰਡ ਦਾ ਮੇਰਾ ਯੂਨੀਵਰਸਿਟੀ ਰਿਕਾਰਡ ਸੀ ਮੈਨੂੰ ਤੇਜ਼ ਭੱਜਣੀ ਨਹੀਂ ਸੀ ਮੈਂ ਕਿਹਾ ਸੀਗਾ ਕਿ ਪਹਿਲੀ ਰੇਸ ਆ ਚਾਰ ਵੀ ਭੱਜਾਂਗੇ ਅਗਲੇ ਦਿਨ ਮੇਰੀ ਫਾਈਨਲ ਆ 4 15 ਦਾ ਕੁਆਲੀਫਿਕੇਸ਼ਨ ਗੇਮਸ ਆ 4 14 ਵਜੇ ਮੇਨਸ਼ਨ ਗੇਮ ਕੁਆਲੀਫਾਈ ਕਰੂੰਗੀ ਸਭ ਤੋਂ ਪਹਿਲੀ ਐਥਲੀਟ ਕੁਆਲੀਫਾਈ ਕਰੂੰਗੀ ਤਾਂ ਜਦੋਂ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੂੰ ਪਤਾ ਮੈਂ ਉਹਨਾਂ ਨੂੰ ਗੱਲ ਕਹਿ ਕੇ ਗਈ ਸੀ ਤੇ ਸਭ ਤੋਂ ਜ਼ਿਆਦਾ ਖੁਸ਼ ਵੀ ਉਹ ਸੀ ਤੇ ਉਹਨਾਂ ਨੇ ਗੱਲ ਮੇਰੇ ਰਿਕਾਰਡ ਕਰਕੇ ਜ਼ਰੂਰ ਰੱਖੀ ਸੀ ਜੀ ਗੇਮ ਕੋਈ ਵੀ ਔਖੀ ਨਹੀਂ ਹੁੰਦੀ ਪਰ ਇੱਕ ਦੜਾਕ ਲਈ ਬਹੁਤ ਔਖਾ ਬਹੁਤ ਸਟੈਮਨਾ ਚਾਹੀਦਾ ਮੇਨਟੇਨਰ ਸਰੀਰ ਨੂੰ ਰੱਖਣਾ ਬਹੁਤ ਔਖਾ ਹੁੰਦਾ ਮਿਹਨਤ ਦੀ ਗੱਲ ਕਰਾਂ ਇੱਥੋਂ ਤੱਕ ਪਹੁੰਚਿਓ ਦੋ ਮੈਡਲ ਲੈ ਕੇ ਆਇਓ ਮਿਹਨਤ ਕਿੰਨੀ ਸੀ ਡੇਲੀ ਦਾ ਰੁਟੀਨ ਕਿਹਦੀ ਹੁੰਦਾ ਸੀ ਕਿੰਨੀ ਕਿ ਮਿਹਨਤ ਡੇਲੀ ਕਰਦੇ ਸੀ ਕਿੰਨਾ ਭਾਈਦੇ ਸੀ ਜਾਂ ਡਾਈਟ ਵਗੈਰਾ ਦਾ ਕੀ ਹੁੰਦਾ ਇਹਦੇ ਵਿੱਚ ਜਦੋਂ ਸਾਰੇ ਅਸੀਂ ਗਰਾਊਂਡ ਦੇ ਵਿੱਚ ਟ੍ਰੇਨਿੰਗ ਹੁੰਦੀ ਸੀ ਨਾ ਆਦੀ ਟ੍ਰੇਨਿੰਗ ਵੇਲੇ ਕਈ ਵਾਰ ਦਿਲ ਕਰਦਾ ਸੀ ਛੱਡ ਦੇ ਇੰਨਾ ਜ਼ੋਰ ਲੱਗ ਜਾਂਦਾ ਸੀ ਕਿਉਂਕਿ ਰੇਸ ਤਾਂ ਆਪਾਂ ਜਦੋਂ ਰੇਸ ਦੀ ਤਿਆਰੀ ਕਰਦੇ ਆ ਨਾ ਤਾਂ ਉਹਦੇ ਨਾਲੋਂ ਦੁੱਗਣਾ ਜ਼ੋਰ ਸਾਨੂੰ ਟਰੈਕ 'ਚ ਲਾ ਕੇ ਜਾਣਾ ਪੈਂਦਾ ਤਾਂ ਹੀ ਸਾਨੂੰ ਰੇਸ ਸੌਖੀ ਲੱਗਦੀ ਆ ਜੀ 450 ਮੀਟਰ ਦੇ ਮੰਨ ਲਓ 12 ਰੈਪੀਟੀਸ਼ਨ ਸੀ 8 ਤਿੰਨ ਜ਼ੋਰ ਲੱਗ ਜਾਣਾ ਕਿ ਦਿਲ ਕਰਦਾ ਸੀ ਰੁਕ ਜਾ ਫਿਰ ਹੌਸਲਾ ਜੇ ਕਰਕੇ ਕਿਉਂਕਿ 8 ਮਿੰਟ ਦਾ ਰੈਸਟ ਜ਼ਿਆਦਾ ਹੁੰਦੀ ਸੀ ਕਿ ਰੈਸਟ ਤੋਂ ਬਾਅਦ ਫਿਰ 6 ਹੋਰ ਲਾਣੇ ਜਾਂ 4 ਹੋਰ ਲਾਣੇ ਉਸ ਟਾਈਮ ਇਦਾਂ ਹੁੰਦਾ ਸੀ ਕਿ ਨਹੀਂ ਬਸ ਕੋਈ ਗੱਲ ਨਹੀਂ ਰੈਸਟ ਹੋ ਗਈ ਆ ਕੋਸ਼ ਨੂੰ ਕਹ ਦਿੰਨੇ ਰਹਿੰਦੋ ਪਰ ਉਹਨੂੰ ਕਿਤਨਾ ਕਿਤੇ ਮੇਨਟੇਨ ਕਰਨਾ ਸਭ ਤੋਂ ਜ਼ਿਆਦਾ ਔਖਾ ਹੁੰਦਾ ਸੀ ਫਿਰ 4 ਘੰਟੇ ਸਵੇਰੇ 4 ਘੰਟੇ ਸ਼ਾਮ ਨੂੰ 2 ਘੰਟੇ ਫਿਰ ਉਸ ਤੋਂ ਤਾਂ ਆਊਟ ਆਫ ਦਾ ਟਰੈਕ ਗਰਾਊਂਡ ਦੇ ਵਿੱਚ ਗਰਾਊਂਡ ਤੋਂ ਬਾਅਦ ਵੀ ਜੋ ਘਰ ਦੇ ਵਿੱਚ ਆ ਕੇ ਰੈਸਟ ਕਰਨੀ ਡਾਈਟ ਫੋਲੋ ਕਰਨੀ ਖਾਣ ਦਾ ਮਨ ਨਹੀਂ ਕਰਨਾ ਫਿਰ ਵੀ ਤੱਕੇ ਨਾ ਖਾਣਾ ਸਭ ਕੁਝ ਮਿਲਾ ਕੇ ਬਹੁਤ ਔਖਾ ਹੁੰਦਾ ਸੀ ਉਹ ਸਟੈਮਣਾ ਕਿਵੇਂ ਬਣਾਉਨੇ ਹੋ ਕਿਉਂਕਿ ਅਕਸਰ ਜਦੋਂ ਸਾਡੇ ਵਰਗੇ ਭੱਜਣ ਲੱਗ ਪੈਂਦੇ ਹਾਂ ਗਰਾਊਂਡ ਦੇ ਵਿੱਚ ਥੋੜੇ ਟਾਈਮ ਜੀ ਸਾਹ ਚੜ ਜਾਂਦਾ ਤੇ ਤੁਸੀਂ ਕਿਵੇਂ ਸਟੈਮਨਾ ਆਪਣਾ ਬਣਾਇਆ ਸਰ ਇਹਦੇ ਲਈ ਸਾਡੇ ਹਫਤੇ ਦੇ ਵਿੱਚ ਦੋ ਵਰਕਆਊਟ ਸਿਰਫ ਸਾਡੇ ਇੰਡੋਰੈਂਸ ਦੇ ਵੇਸਤੇ ਹੁੰਦੇ ਆ। ਬਾਕੀ ਜਿਹੜੇ ਹਫਤੇ ਚਾਰ ਵਰਕਆਊਟ ਤਿੰਨ ਵਰਕਆਊਟ ਪੇਸ ਰੇਸ ਪੇਸ ਤੇ ਇੱਕ ਦਾ ਫਾਸਟ ਟ੍ਰੇਨਿੰਗ ਹੁੰਦੀ ਆ। ਜਿਹੜੇ ਦੋ ਵਰਕਆਊਟ ਆ ਹਫਤੇ ਚ ਇੱਕ ਵਾਰ 8 ਕਿਲੋਮੀਟਰ ਤੇ ਇੱਕ ਵਾਰ 10 ਕਿਲੋਮੀਟਰ ਸੀ ਕਰਨੀ ਕਰਨੀ ਹੈ। ਤੇ ਉਹ ਵਰਕਆਊਟ ਸਦ ਲਈ ਇੰਡੋਰੈਂਸ ਲਈ ਹੀ ਹੁੰਦਾ ਹੈ। ਬਾਕੀ ਜਿਹੜੇ ਵਰਕਆਊਟ ਆ ਉਹ ਰੇਸ ਪੇਸ ਦੇ ਉੱਤੇ ਰੇਸ ਨੂੰ ਮੇਨਟੇਨ ਕਰਨ ਲਈ। ਨੈਸ਼ਨਲ ਰਿਕਾਰਡ ਤਾਂ ਦਿਸੇ ਆ। ਏਸ਼ੀਆ ਦੇ ਵਿੱਚ ਦੋ ਮੈਡਲ ਆ ਗਏ ਅੱਗੇ ਗੋਲ ਕੀ ਅੱਗੇ ਕੀ ਡਿਚਾ ਅੱਗੇ ਸਰ ਅਪਕਮਿੰਗ 올림픽ਸ ਆ ਰਹੀਆਂ ਨੇ वर्ल्ड ਚੈਂਪੀਅਨਸ਼ਿਪ ਆ ਰਹੀ ਆ ਇਹੀ ਆ ਕਿ ਪਿਛਲੀ ਵਾਰ ਵਰਲਡ ਚੈਂਪੀਅਨਸ਼ਿਪ ਆਪਰੇਸ਼ਨ ਕਰਕੇ ਰਹਿ ਗਿਆ ਸੀ ਇਸ ਵਾਰ ਜ਼ਰੂਰ ਕੁਆਲੀਫਾਈ ਕਰਾਂ ਤੇ ਫਿਰ ਇੱਕ ਵਾਰ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਮੈਡਲ ਲਵ ਜੀ ਬਿਲਕੁਲ ਆਸ ਕਰਦੇ ਹਾਂ ਮੈਡਲ ਜ਼ਰੂਰ ਲਿਓ ਬਿਲਕੁਲ ਕਿਉਂਕਿ ਮੈਨੂੰ ਲੱਗਦਾ ਕਿ ਹਰ ਇੱਕ ਐਥਲੀਟ ਦਾ ਸੁਪਨਾ ਹਰ ਇੱਕ ਐਥਲੀਟ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਐਥਲੀਟ ਤੁਸੀਂ ਇੱਕ ਬੱਚੇ ਨੂੰ ਜਦੋਂ ਬੱਚਾ ਗਰਾਊਂਡ ਚ ਆਂਦਾ ਨਾ ਉਹਨੂੰ ਪੁੱਛੋ ਉਹ ਕੈਗਲਮ ਟਿਕਸ ਮੈਡਲ ਦੇਣਾ ਪਰ ਇਹ ਕਿਤਨੇ ਕਿਤਨੇ ਸਾਚਾ ਕਿ ਵੱਡੇ ਹੋ ਕੇ ਕੁਝ ਬੱਚੇ ਦਾ ਸੁਪਨਾ ਇਹਨਾਂ ਕਰਾਇਆ ਜਾਂਦਾ ਕਿ ਨੌਕਰੀ ਲੱਗ ਜੇ ਹਾਂ ਸ਼ੁਕਰ ਹੋਏਗਾ ਰੱਬ ਦਾ ਕੁਝ ਬੱਚੇ ਨਹੀਂ ਕਰ ਪਾਉਂਦੇ ਤਾਂ ਕੁਝ ਨੌਕਰੀ ਤੇ ਗਿਵ ਅਪ ਕਰ ਜਾਂਦੇ ਨੇ ਤੇ ਕੁਝ ਮੈਡਲ ਤੱਕ ਦੀ ਸੋਚ ਜਾਂਦੇ ਨੇ ਅਕਸਰ ਨਾ ਐਥਲੀਟ ਜਾਂ ਕੋਈ ਵੀ ਪਲੇਅਰ ਇਹ ਗੱਲ ਕਹਿੰਦਾ ਕਿ ਸਾਨੂੰ ਉਹਨੀਆਂ ਸਹੂਲਤਾਂ ਨਹੀਂ ਮਿਲਦੀਆਂ ਸਰਕਾਰਾਂ ਇੰਨੀ ਸਪੋਰਟ ਨਹੀਂ ਕਰਦੀਆਂ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਕਿ ਕਿੰਨੀ ਕਰ ਸਰਕਾਰ ਨੇ ਸਪੋਰਟ ਕੀਤੀ ਕਿਉਂਕਿ ਪੀਆ ਸਰਕਾਰ ਵੀ ਦਵਾ ਕਰਦੀ ਆ ਇੰਡੀਆ ਸਰਕਾਰ ਵੀ ਕਹਿੰਦੀ ਆ ਕਿ ਸਾਡੀ ਪਾਲਿਸੀ ਅਸੀਂ ਚੇਂਜ ਕੀਤੀ ਆ ਵਧੀਆ ਪਾਲਿਸੀ ਆ ਕੀ ਲੱਗਦਾ ਜੋ ਪਾਲਿਸੀ ਨਵੀਂ ਬਣਾਈ ਆ ਸਰਕਾਰਾਂ ਨੇ ਹੁਣ ਤੱਕ ਕਿੰਨਾ ਕੁ ਸਹਿਯੋਗ ਦਿੱਤਾ ਸਰ ਮੈਂ ਨਾ 2018 ਦੇ ਵਿੱਚ 2016 ਦੇ ਵਿੱਚ ਸਾਈ ਸਪੋਰਟ ਅਥਾਰਟੀ ਆਫ ਇੰਡੀਆ ਬੰਗਲੌਰੂ ਦੇ ਵਿੱਚ ਸੀ ਤੇ ਮੈਂ ਹੁਣ ਇੱਕ ਬੰਗਲੌਰੂ ਦੇ ਵਿੱਚ ਆ ਕੇ ਹੀ ਅਸੀਂ ਟ੍ਰੇਨਿੰਗ ਕੀਤੀ ਆ ਇਸ ਦੀ ਗੱਡੀ ਆਈ ਸਾਡੇ ਕੋਲ ਆਈਸ ਪਲਟਾ ਦਿੱਤੀ ਡੱਬ ਦੇ ਵਿੱਚ ਅਸੀਂ ਨਾਲ ਦੇ ਨਾਲ ਆਈਸ ਹੀ ਸਾਡੀ ਰਿਕਵਰੀ ਹੋਗੀ ਫਿਜ਼ਿਓ ਨੂੰ ਫੋਨ ਕੀਤਾ ਅਸੀਂ ਨਹੀਂ ਫਿਜ਼ੀਕਲ ਜਾ ਰਹੇ ਫਿਜ਼ਿਓ ਸਾਡੇ ਕੋਲ ਆ ਰਿਹਾ ਸਾਨੂੰ ਵਰਲਡ ਕਲਾਸ ਫੈਸਿਲਿਟੀਆਂ ਮਿਲ ਰਹੀਆਂ ਏਸ਼ੀਆ ਮੈਨੂੰ ਸੌਖਾ ਲੱਗਾ ਸਰ ਹੁਣ ਅਗਰ ਦੇਖਿਆ ਜਾਵੇ ਤਾਂ ਉੱਤ تک ਪਹੁੰਚਣ ਲਈ ਵੀ ਸਾਨੂੰ ਫੈਸਿਲਿਟੀਆਂ ਚਾਹੀਦੀਆਂ ਨੇ ਕਿਉਂਕਿ ਅਸੀਂ ਉਹ ਨੈਸ਼ਨਲ ਲੈਵਲ ਤੇ ਕੰਮ ਕਰ ਰਹੇ ਹਾਂ ਲੇਕਿਨ ਅਗਰ ਅਸੀਂ ਬਾਹਰ ਦੀ ਗੱਲ ਕੀਤੀ ਜਾਵੇ ਨਾ ਉੱਥੇ ਹੀ ਯੂਨੀਵਰਸਿਟੀ ਲੈਵਲ ਤੇ ਹੋ ਰਿਹਾ ਉੱਥੇ ਬੱਚਿਆਂ ਦੇ ਕੋਲ ਆਈ ਸਾਰੀ ਆ ਸਾਰਾ ਕੁਝ ਗਰਾਊਂਡ ਦੇ ਵਿੱਚ ਆ ਫਿਜ਼ਿਓ ਪ੍ਰੈਜ਼ੈਂਟ ਹੈ ਮੈਸ਼્યોਰ ਪ੍ਰੈਜ਼ੈਂਟ ਹੈ ਫਿਰ ਤੁਹਾਡੇ ਇਲੈਕਟ੍ਰਿਕ ਟੈਸਟ ਕਰਨ ਵਾਲੇ ਪ੍ਰੈਜ਼ੈਂਟ ਆ ਇਹ ਉਥੇ ਯੂਨੀਵਰਸਿਟੀ ਲੈਵਲ ਤੇ ਹੋ ਰਿਹਾ ਤੇ ਸਾਡੇ ਇੱਥੇ ਬੱਚਿਆਂ ਨੂੰ ਸਟੇਟ ਲੈਵਲ ਤੇ ਨਹੀਂ ਮਿਲ ਰਿਹਾ ਤੇ ਬਹੁਤ ਵੱਡਾ ਡਿਫਰੈਂਸ ਹੈ ਅਗਰ ਅਸੀਂ ਉਹਨਾਂ ਨਾਲ ਕੰਪੀਟ ਕਰਨਾ ਹੈ ਤਾਂ ਸਾਨੂੰ ਇਸ ਚੀਜ਼ ਨੂੰ ਡਿਵੈਲਪ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਸਭ ਤੋਂ ਵੱਡੀ ਗੱਲ ਸਾਡੇ ਕੋਲ ਟਰੈਕ ਨਹੀਂ ਸਾਡੇ ਕੋਲ ਉਹਨਾਂ ਦੇ ਅਗਰ ਮੁਕਾਬਲੇ ਦੇਖਿਆ ਜਾਵੇ ਤਾਂ ਉਹਨਾਂ ਦੇ ਮੁਕਾਬਲੇ ਸਰ ਤੇ 1% ਟਰੈਕ ਆ 1% ਜੋ ਬਹੁਤ ਥੋੜੀ ਚੀਜ਼ ਹੈ ਪੰਜਾਬੀ ਯੂਨੀਵਰਸਿਟੀ ਦੇ ਕੋਲ ਆਪਣਾ ਟਰੈਕ ਹੈ ਉਹ ਯੂਨੀਵਰਸਿਟੀ ਦੇ ਐਥਲੀਟਸ ਲਈ ਐਨਏਐਸ ਦੇ ਕੋਲ ਐਨਏਐਸ ਜਿਹੜੇ ਕੈਂਪਰ ਨੇ ਬੱਚੇ ਆ ਉਹਨਾਂ ਲਈ ਹੈ ਤੇ ਜੋ ਕਿ ਜਾਇਜ਼ ਹੈ ਹੁਣ ਸਾਡੇ ਜਿਹੜੇ ਲੋਕਲ ਪਟਿਆਲੇ ਦੇ ਬੱਚੇ ਨੇ ਉਹਨਾਂ ਲਈ ਟਰੈਕ ਕਿੱਥੇ ਆ ਪੂਰੇ ਪੰਜਾਬ ਦੇ ਬੱਚੇ ਜੀ ਬਿਲਕੁਲ ਪਹਿਲਾਂ ਡਿਸਟ੍ਰਿਕਟ ਦੀ ਗੱਲ ਕਰ ਲਈ ਤਾਂ ਸਾਡੇ ਹੁਸ਼ਿਆਰਪੁਰ ਵਾਲੇ ਸਾਡੇ ਜਿਹੜੇ ਹੁਸ਼ਿਆਰਪੁਰ ਤੋਂ ਸਾਡੇ ਹੁਸ਼ਿਆਰਪੁਰ ਵਾਲੇ ਬੱਚਿਆਂ ਦੇ ਕੋਲ ਟਰੈਕ ਨਹੀਂ ਗੁਰਦਾਸਪੁਰ ਦੇ ਵਿੱਚ ਬਹੁਤ ਕਰੀਮ ਹੈ ਉੱਥੇ ਟਰੈਕ ਨਹੀਂ ਪਟਿਆਲੇ ਦੇ ਵਿੱਚ ਬਹੁਤ ਬੱਚੇ ਸਪੋਰਟਸ ਕਰਨ ਵਾਲੇ ਨੇ ਇੱਥੇ ਟਰੈਕ ਨਹੀਂ ਕਿੰਨਾ ਫਰਕ ਹੁੰਦਾ ਕਿ ਟਰੈਕ ਤੇ ਭੱਜਣ ਦਾ ਤੇ ਕਿ ਜਿਹੜਾ ਆਮ ਸਟਰੀਟ ਭੱਜਦਾਗਾ ਫਰਕ ਕਿੰਨਾ ਹੁੰਦਾ ਸਰ ਮੈਂ ਗਰਾਸ ਤੇ ਉੱਤੇ ਰੈਪੀਟੀਸ਼ਨ ਲਗਾਉਂਗੀ ਜਿਦਾ ਅਸੀਂ ਜਦੋਂ ਰੇਸ ਲਾਨ ਜਾਂਦੇ ਆ 1500 ਮੀਟਰ ਹੁੰਦੀ ਆ ਅਸੀਂ ਉਹਦਾ ਕੀ ਕਰਦੇ ਆ 1200 ਮੀਟਰ ਦਾ ਟਾਈਮ ਟ੍ਰਾਇਲ ਲੈ ਲੈਂਦੇ ਆ ਆਪਣਾ ਜਾਂ ਵਰਕਆਊਟ ਦੇ ਵਿੱਚ 1200 ਮੀਟਰ ਰੱਖਦੇ ਆ 800 ਮੀਟਰ ਵਾਲੇ 600 ਮੀਟਰ ਜ਼ਿਆਦਾ ਰੱਖਦੇ ਆ ਜਾਂ ਕਿਲੋਮੀਟਰ ਜ਼ਿਆਦਾ ਰੱਖਦੇ ਆ ਸਿੰਥੈਟਿਕ ਟਰੈਕ ਤੇ ਦੌੜੂੰਗੀ ਪੂਰਾ ਜ਼ੋਰ ਲਾਉਂਗੀ 1 ਮਿੰਟ 30 ਸੈਕਿੰਡ ਦੇ ਵਿੱਚ ਮੈਂ 600 ਮਿੰਟ ਲਾ ਦੂੰਗੀ ਤਮੈਨੂੰ ਪਤਾ ਕਿ ਹੁਣ ਜਦ ਮੈਂ ਰੇਸ 'ਚ ਮੇਰਾ ਲੋਡ ਘਟੇਗਾ ਮੈਂ 2 ਮਿੰਟ ਦੀ 800 ਮੀਟਰ ਲਾ ਦੂੰਗੀ। ਇਹੀ ਬੱਚਾ ਦਾ ਗਰਾਸ ਤੇ ਕਰੂਗਾ ਉਹਦੀ ਪੂਰਾ ਜੋਰ ਲਾਉਣ ਦੇ ਬਾਅਦ ਵੀ ਵਾਤਵਾਤ 1 ਮਿੰਟ 38 ਸੈਕਿੰਡ 36 ਸੈਕਿੰਡ ਕਿੰਨੇ ਵਾਲਾ ਬੱਚਾ ਬਣਿਆ ਉਹਦੇ ਮਾਈਂਡ ਸੈਟ ਕੀ ਹੋਊਗਾ ਕਿ ਮੈਂ 2 6 ਵਾਲੀ ਹੋਵੇ ਪਰ ਜਦੋਂ ਨੈਸ਼ਨਲ ਦੇ ਵਿੱਚ ਜਾਊਗੀ ਉੱਥੇ ਕੁੜੀ ਤਾਂ ਕੋਈ ਵੀ ਨਹੀਂ 2 6 ਵਾਲੀ ਸਾਰੀਆਂ ਤਾਂ 2 ਮਿੰਟ ਵਾਲੀਆਂ ਨੇ। ਤਾਂ ਉਹ ਤਾਂ ਦੇਖ ਕੇ ਬੱਚਾ ਡਰ ਜਾਏਗਾ ਨਾ ਕਿ ਆ ਤਾਂ ਕੁੜੀਆਂ ਪਹਿਲੇ ਤਕੜੀਆਂ ਨੇ ਤੇ ਮੈਂ ਤਾਂ ਇੰਨੇ ਵਾਲਾ ਵਰਕਆਊਟ ਕੀਤਾ ਨਹੀਂ। ਜਦ ਕਿ ਉਹ ਵੀ ਉੰਨੇ ਵਾਲੀਆਂ ਨੇ ਪਰ ਉਹ ਵੀ ਕੁੜੀਆਂ ਜਿਹੜਾਸ ਦੇ ਉੱਤੇ ਕਰਦੀਆਂ ਤਾਂ ਮੈਂਟੈਲਿਟੀ ਜਿਹੜੀ ਹੈ ਨਾ ਸਰ ਉਹ ਅਗਰ ਤੁਹਾਡਾ ਮਾਈਂਡ ਸੈਟ ਹੀ ਸਲੋ ਹੋ ਗਿਆ ਜਾਂ ਲੋ ਹੋ ਗਿਆ ਉਹ ਤੁਹਾਨੂੰ ਤੁਸੀਂ ਜਿੰਨੀ ਮਰਜ਼ੀ ਮਿਹਨਤ ਕਰਕੇ ਤੁਸੀਂ ਜ਼ੀਰੋ ਹੋ ਸੋ ਅੱਜ ਦਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹ ਹੀ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜੱਜ ਬਣੀਆਂ ਨੇ ਜਾਂ ਫਿਰ ਖੇਡਾਂ ਦੇ ਵਿੱਚ ਤਰੱਕੀ ਕੀਤੀ ਐ ਸੀ ਕੋਸ਼ਕ ਭਾਗ ਦਿਖਾਏ ਸੀਗੇ ਬਹੁਤ سارے ਉਹ ਜਿਹੜੇ ਇਸ ਕੈਮਰੇ ਮੂਰੇ ਨਹੀਂ ਵੀ ਆ ਸਕੇ ਅਸੀਂ ਮੁਬਾਰਕ ਉਹਨਾਂ ਨੂੰ ਵੀ ਦਿੰਨੇ ਆ ਮੁਬਾਰਕ ਉਹਨਾਂ ਸਾਰੇ ਖਿਡਾਰੀਆਂ ਨੂੰ ਵੀ ਜਿਨ੍ਹਾਂ ਨੇ ਪੰਜਾਬ ਦੇ ਲਈ ਮੈਡਲ ਜਿੱਤੇ ਨੇ ਮੁਬਾਰਕ ਉਹਨਾਂ ਸਾਰੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੈ ਉਹਨਾਂ ਸਾਰੇ ਬੱਚਿਆਂ ਲਈ ਵੀ ਜਿਹੜੇ ਟੈਸਟ ਕਲੀਅਰ ਕਰਨਾ ਚਾਹੁੰਦੇ ਨੇ ਦੇਖੋ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਜ਼ਰੂਰੀ ਹੈ ਮਿਹਨਤੋ ਬਿਨਾ ਕੁਝ ਨਹੀਂ ਹੁੰਦਾ ਜਿਹੜਾ ਬੰਦਾ ਜਿਹੜਾ ਬੱਚਾ ਮਿਹਨਤ ਕਰਦਾ ਨਾਮ ਉਦੈ ਹੁੰਦਾ ਤੇ ਅੱਗੇ ਵੱਲ ਉਹੀ ਵੱਧਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਪਸੰਦ ਆਇਆ ਹੋਣਾ ਜ਼ਿੰਦਗੀ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਜ਼ਿੰਦਗੀ ਹੀ ਹਮੇਸ਼ਾ ਸਾਰਿਆਂ ਦੀ ਹੋਣੀ ਚਾਹੀਦੀ ਹੈ ਤੇ ਹੱਸਣਾ ਹੀ ਜ਼ਿੰਦਗੀ ਦਾ ਮੁੱਖ ਨਾਮ ਹੈ ਮਿਹਨਤ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਸੋ ਆਓ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਚੰਗਾ ਪਸੰਦ ਆਇਆ ਹੋਣਾ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਹੋਰਾਂ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ